अंग 53। ਹਲਕੀ ਨੀਲੀ ਵਰਦੀ ਪਾ ਕੇ ਫੈਕਟਰੀ 'ਚ ਮੁਸ਼ੱਕਤ ਕਰਨ ਆਏ ਹਾਕਮ ਦਾ ਧਰਮਪਾਲ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਡਿਪਟੀ ਦੀ ਕੁਰਸੀ ਅੱਗੇ ਮੇਜ਼ ਸੀ, ਮੇਜ਼ ਦੇ ਦੂਜੇ ਪਾਸੇ ਹਾਕਮ ਖੜਾ ਸੀ, ਉਹਦੇ ਬੈਠਣ ਲਈ ਨਾ ਕੁਰਸੀ ਨਾ ਸਟੂਲ। ਧਰਮਪਾਲ ਨੇ ਦਰਾਜ਼ ਖੋਲ੍ਹਿਆ, ਵਿੱਚੋਂ ਜੇਲ੍ਹ ਮੈਨੂਅਲ ਕੱਢ ਕੇ ਮੇਜ਼ 'ਤੇ ਰੱਖ ਲਿਆ। ਫਿਰ ਹਾਕਮ ਨੂੰ ਆਖਣ ਲੱਗਾ, ਤੂੰ ਜੇਲ੍ਹ ਮੈਨੂਅਲ ਦਾ ਹਵਾਲਾ ਦੇ ਕੇ ਆਖੇਗਾ ਕਿ ਕੈਦੀ ਤੋਂ ਉਹਦੀ ਯੋਗਤਾ ਅਤੇ ਸਰੀਰਕ ਸਮਰੱਥਾ ਅਨੁਸਾਰ ਕੰਮ ਲੈਣਾ ਚਾਹੀਦਾ। ਮੈਂ ਬੀ ਕਲਾਸ ਕੈਦੀ ਹਾਂ, ਮੈਥੋਂ ਹਲਕਾ ਫੁਲਕਾ ਕੰਮ ਲਓ। ਜੇਲ੍ਹ ਪ੍ਰਸ਼ਾਸਨ ਨੇ ਪੂਰੇ 7 ਸਾਲ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਹੈ। ਤੈਨੂੰ ਬਾਊ ਬਣਾ ਕੇ ਦਫ਼ਤਰ ਬਿਠਾਇਆ ਗਿਆ, ਤੇਰੀ ਹਰ ਮਰਜ਼ੀ 'ਤੇ ਫੁੱਲ ਚੜ੍ਹਾਏ ਗਏ, ਪਰ ਤੂੰ ਨਮਕ ਹਰਾਮ ਕੀਤਾ, ਸਾਡੀ ਹੀ ਦਾੜੀ ਨੂੰ ਹੱਥ ਪਾਉਣ ਲੱਗ ਪਿਆ। ਫਿਰ ਧਰਮਪਾਲ ਨੇ ਮੈਨੂਅਲ ਖੋਲ੍ਹਿਆ, ਇੱਕ ਪੰਨਾ ਹਾਕਮ ਅੱਗੇ ਕਰਦਿਆਂ ਆਖਿਆ, ਇਹ ਮੈਨੂਅਲ ਅੰਗਰੇਜ਼ਾਂ ਦਾ ਬਣਾਇਆ ਹੋਇਆ, ਤੇਰੇ ਵਰਗੇ ਬਾਗੀਆਂ ਨਾਲ ਨਜਿੱਠਣ ਲਈ। ਲੈ, ਇਸ ਨਿਯਮ ਹੇਠ ਦਰਜ ਕਿੰਤੂ ਪਰੰਤੂ ਪੜ੍ਹ ਲੈ। ਇੱਥੇ ਦਰਜ ਹੈ, ਜੇ ਤੇਰੇ ਵਰਗੇ ਕਿਸੇ ਕੈਦੀ ਦਾ ਦਿਮਾਗ ਖਰਾਬ ਹੋ ਜਾਏ ਤਾਂ ਉਸ ਕੋਲੋਂ ਬੀ ਕਲਾਸ ਖੋਈ ਜਾ ਸਕਦੀ ਹੈ। ਹਾਲੇ ਵੀ ਕਲਾਸ ਤੇਥੋਂ ਖੋਈ ਨਹੀਂ ਗਈ। ਮੁਸ਼ੱਕਤ ਦਾ ਸਵਾਦ ਚੁਕਾਉਣ ਲਈ ਤੈਨੂੰ ਫੈਕਟਰੀ ਭੇਜਿਆ ਗਿਆ, 2-4 ਦਿਨਾਂ 'ਚ ਤੇਰਾ ਦਿਮਾਗ ਠੀਕ ਹੋ ਜਾਏਗਾ। ਸਰੀਰਕ ਤੌਰ 'ਤੇ ਤੂੰ ਰਿਸ਼ਟ ਪੁਸ਼ਟ ਹੈ, ਹਰ ਤਰ੍ਹਾਂ ਦੇ ਕੰਮ ਕਰਨ ਦੇ ਯੋਗ ਹੈ। ਨਿਯਮਾਂ ਨੂੰ ਧਿਆਨ 'ਚ ਰੱਖਦਿਆਂ ਤੈਨੂੰ ਮੁਸ਼ੱਕਤ ਲਈ ਆਰ ਏ 'ਚ ਭੇਜਿਆ ਜਾਂਦਾ ਹੈ। ਉੱਥੇ 10-12 ਕੈਦੀ ਹਨ, ਯੂਨੀਅਨ ਬਣਾਉਣ 'ਚ ਤੇਰੀ ਮਦਦ ਕਰਨਗੇ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਸੋਚਦਾ ਹਾਕਮ ਚੁੱਪ ਚਾਪ ਧਰਮਪਾਲ ਦੇ ਨਹੋਰੇ ਸੁਣਦਾ ਰਿਹਾ। ਧਰਮਪਾਲ ਨੇ ਘੰਟੀ ਖੜਕਾਈ, ਸੇਵਾਦਾਰ ਰਾਹੀਂ ਅਤੇ ਪੰਜਾ ਇੰਚਾਰਜ ਨੂੰ ਬੁਲਾਇਆ। ਇਹ ਵਕੀਲ ਸਾਹਿਬ ਹਨ, ਕਦੇ ਜੇਲ੍ਹ 'ਚ ਬੜੇ ਮਸ਼ਹੂਰ ਹੋਇਆ ਕਰਦੇ ਸਨ, ਹੁਣ ਸਤਾਰੇ ਗਰਦਿਸ਼ ਹਨ, ਇਹਨਾਂ ਤੋਂ ਪਿਆਰ ਨਾਲ ਕੰਮ ਲੈਣਾ। ਅੱਧ ਖੜ ਉਮਰ ਦੇ ਮਾੜਚੂ ਜੇ ਪੰਜਾ ਇੰਚਾਰਜ ਨੂੰ ਨਵੀਂ ਕੈਦੀ ਉੱਪਰ ਸਖਤੀ ਵਰਤਣ ਦਾ ਇਸ਼ਾਰਾ ਕਰਕੇ ਹਾਕਮ ਨੂੰ ਉਹਦੇ ਹਵਾਲੇ ਕਰਤਾ। ਫੈਕਟਰੀ ਹਾਕਮ ਲਈ ਨਵੀਂ ਨਹੀਂ ਸੀ, ਉਹ ਕਈ ਵਾਰ ਇੱਥੇ ਆਇਆ ਸੀ। ਉਸ ਸਮੇਂ ਆਰੇ 'ਚ ਦੇਸੀ ਕੈਦੀ ਟਾਵਾਂ ਟੱਲਾ ਹੀ ਹੁੰਦਾ ਸੀ, ਬਹੁਤੇ ਕੈਦੀ ਪ੍ਰਵਾਸੀ ਸਨ। ਉਹਨਾਂ ਕੋਲੋਂ ਮਿਹਨਤ ਮਜ਼ਦੂਰੀ ਨਾਲ ਕਮਾਏ ਪੈਸੇ ਗ੍ਰਿਫਤਾਰੀ ਸਮੇਂ, ਪੁਲਿਸ ਨੇ ਜਾਂ ਮੁਕੱਦਮਾ ਝਗੜਦੇ ਸਮੇਂ ਵਕੀਲ ਮੁਨਸ਼ੀ ਨੇ ਖੋਹ ਲਏ ਹੁੰਦੇ ਸਨ। ਕੱਛੇ ਬਣਾਉਣ ਨਾਲ ਜੇਲ੍ਹ ਆਏ ਕੈਦੀ ਕੋਲ ਜੇਲ੍ਹ ਕਰਮਚਾਰੀਆਂ ਨੂੰ ਦੇਣ ਲਈ ਕੁਝ ਨਹੀਂ ਹੁੰਦਾ, ਉਹਨਾਂ ਨੂੰ ਆਰੇ 'ਤੇ ਭੇਜ ਦਿੰਦੇ ਸਨ। ਜੇਲ੍ਹ ਕਰਮਚਾਰੀਆਂ ਦੀ ਆਪਣੀ ਮਜਬੂਰੀ ਹੈ, ਜੇਲ੍ਹ 'ਚ ਫਰਨੀਚਰ ਬਣਦਾ, ਫਰਨੀਚਰ ਲਈ ਲੋੜੀਂਦੀ ਲੱਕੜ ਆਰੇ 'ਚ ਚਿਰਦੀ ਹੈ, ਜੇ ਆਰਾ ਹੈ ਤਾਂ ਆਰਾ ਚਲਾਉਣ ਲਈ ਮਿਸਤਰੀ ਮਜ਼ਦੂਰ ਵੀ ਚਾਹੀਦੇ ਹਨ। ਇਹ ਲੋੜ ਪ੍ਰਵਾਸੀ ਕੈਦੀ ਪੂਰੀ ਕਰਦੇ ਹਨ। ਪ੍ਰਵਾਸੀਆਂ ਨੂੰ ਇੱਥੇ ਜਾਂ ਉੱਥੇ ਕੰਮ ਕਰਨ 'ਚ ਬਹੁਤ ਫਰਕ ਨਹੀਂ ਪੈਂਦਾ, ਉਹ ਸਖ਼ਤ ਕੰਮ ਕਰਨ ਦੇ ਆਦੀ ਹੁੰਦੇ ਹਨ। ਬਾਹਰ ਵੀ 25-25 ਇੱਟਾਂ ਸਿਰ 'ਤੇ ਚੁੱਕ ਕੇ 4-4 ਮੰਜ਼ਿਲਾਂ ਉੱਪਰ ਚੜ੍ਹਾਉਂਦੇ ਹਨ। ਮੈਂ ਕਦੇ ਸਖ਼ਤ ਕੰਮ ਨਹੀਂ ਕੀਤਾ, ਭਾਰੀਆਂ ਸ਼ਤੀਰੀਆਂ ਕਿਸ ਤਰ੍ਹਾਂ ਚੁੱਕਾਂਗਾ, ਆਰੇ ਵੱਲ ਵਧਦੇ ਹਾਕਮ ਨੂੰ ਫਿਕਰ ਹੋਣ ਲੱਗਾ। ਆਪਣੀ ਹੋ ਰਹੀ ਦੁਰਦਸ਼ਾ ਲਈ ਉਹ ਸੈਸ਼ਨ ਜੱਜ ਹਿਰਦੇਪਾਲ ਸਿੰਘ ਨੂੰ ਕੋਸਣ ਲੱਗਾ। ਸੁਪਰੀਮ ਕੋਰਟ ਦੇ ਲੋਕ ਪੱਖੀ ਜੱਜ ਜਸਟਿਸ ਕ੍ਰਿਸ਼ਨਾ ਅਈਅਰ ਆਪਣੇ ਫੈਸਲਿਆਂ ਰਾਹੀਂ ਹੇਠਲੀਆਂ ਅਦਾਲਤਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਹਨ। ਉਹ ਕਹਿੰਦੇ ਹਨ, ਸਰਕਾਰ ਨੂੰ ਤਾਂ ਕਾਨੂੰਨ ਸੋਧਣ 'ਚ ਦਿਲਚਸਪੀ ਨਹੀਂ ਹੈ, ਪਰ ਨਿਆਂਪਾਲਿਕਾ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਵੇ। ਅਦਾਲਤਾਂ ਨੇ ਲੋਕਾਂ ਦੀਆਂ ਆਸਾਂ 'ਤੇ ਪੂਰਾ ਉਤਰਨਾ, ਜੱਜਾਂ ਨੇ ਜੇਲ੍ਹ ਦੇ ਬੰਦ ਦਰਵਾਜ਼ਿਆਂ ਨੂੰ ਖੋਲ੍ਹ ਕੇ ਉੱਥੇ ਇਨਸਾਫ਼ ਦੀ ਤਾਜ਼ੀ ਹਵਾ ਪਹੁੰਚਾਉਣੀ, ਕੈਦੀਆਂ ਨੂੰ ਮਾਨਸਿਕ ਤੌਰ 'ਤੇ ਟੁੱਟਣ ਤੋਂ ਬਚਾਉਣਾ ਹੈ। ਜਦੋਂ ਕੈਦੀਆਂ ਦੇ ਮੁੱਢਲੇ ਅਧਿਕਾਰ ਖਤਰੇ ਵਿੱਚ ਹੋਣ ਤਾਂ ਅਦਾਲਤ ਨੇ ਜੇਲ੍ਹ ਪ੍ਰਬੰਧ 'ਚ ਦਖਲ ਦੇਣਾ ਅਤੇ ਕਸੂਰਵਾਰ ਜੇਲ੍ਹ ਅਧਿਕਾਰੀਆਂ ਦੇ ਕੰਨ ਖਿੱਚਣੇ ਹਨ। ਹਾਕਮ ਨੇ ਸੋਚਿਆ ਸੀ ਮਾਇਆਨਗਰ ਦੇ ਸੈਸ਼ਨ ਜੱਜ ਨੇ ਇਹਨਾਂ ਫੈਸਲਿਆਂ ਨੂੰ ਪੜ੍ਹਿਆ ਹੋਏਗਾ, ਤਿਹਾੜ ਜੇਲ੍ਹ 'ਚ ਬੰਦ ਦੋ ਕੈਦੀਆਂ ਦੀਆਂ ਚਿੱਠੀਆਂ ਪੜ੍ਹ ਕੇ ਜਿਸ ਤਰ੍ਹਾਂ ਕ੍ਰਿਸ਼ਨਾ ਅਈਅਰ ਦਾ ਮਨ ਤੜਫ ਉੱਠਿਆ ਸੀ, ਉਵੇਂ ਹਿਰਦੇਪਾਲ ਦਾ ਹਿਰਦਾ ਵਿਲਕ ਪਏਗਾ, ਝੱਟ ਉਹ ਜੇਲ੍ਹ ਪ੍ਰਸ਼ਾਸਨ ਦੀਆਂ ਵਾਗਾਂ ਕੱਸ ਦੇਗਾ। ਪਰ ਹੋਇਆ ਬਿਲਕੁਲ ਇਹਦੇ ਉਲਟ। ਸੈਸ਼ਨ ਜੱਜ ਨੂੰ ਚਾਹੀਦਾ ਸੀ ਉਹ ਖੱਤ ਲਿਖਣ ਵਾਲੇ ਦਾ ਨਾਂ ਗੁਪਤ ਰੱਖਦਾ, ਉਹਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਸੀ ਖੱਤ ਦਾ ਲਿਖਾਰੀ ਪੂਰੀ ਤਰ੍ਹਾਂ ਜੇਲ੍ਹ ਅਧਿਕਾਰੀਆਂ ਦੀ ਗ੍ਰਿਫਤ 'ਚ ਹੈ, ਨਾ ਜ਼ਾਹਰ ਹੋਣ 'ਤੇ ਉਹਨੂੰ ਹਰ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੇ ਹਨ। ਉਹਨੂੰ ਚਾਹੀਦਾ ਸੀ ਉਹ ਚਿੱਠੀ 'ਚ ਦਰਜ ਤੱਥਾਂ ਨੂੰ ਘੋਖਦਾ, ਇਨਸਾਫ਼ ਲਈ ਤੜਫਦੇ ਕੈਦੀਆਂ ਨੂੰ ਮਿਲਦਾ, ਉਹਨਾਂ ਦੀਆਂ ਤਕਲੀਫਾਂ ਦੂਰ ਕਰਦਾ, ਕਸੂਰਵਾਰ ਜੇਲ੍ਹ ਕਰਮਚਾਰੀਆਂ ਨੂੰ ਕਟਹਿਰੇ 'ਚ ਖੜਾਉਂਦਾ। ਕੈਦੀਆਂ ਦੀ ਥਾਂ ਉਹਨੇ ਜੇਲ੍ਹ ਅਧਿਕਾਰੀਆਂ ਦਾ ਸਾਥ ਦਿੱਤਾ, ਖੱਤ ਨੂੰ ਗੁਪਤ ਰੱਖਣ ਦੀ ਥਾਂ ਉਹਦੀਆਂ ਫੋਟੋ ਕਾਪੀਆਂ ਉਹਨਾਂ ਦੇ ਹਵਾਲੇ ਕਰ ਦਿੱਤੀਆਂ। ਖੱਤ ਲਿਖਣ ਵਾਲੇ ਕੈਦੀ ਦੀ ਸ਼ਨਾਖਤ ਕਰਨ 'ਚ ਉਹਨਾਂ ਦੀ ਮਦਦ ਕੀਤੀ, ਹੇਮਾ ਅਤੇ ਬਸੰਤ ਨੂੰ ਰਾਹਤ ਦਿੱਤੀ, ਪਰ ਕੈਦੀਆਂ ਨਾਲ ਹਮਦਰਦੀ ਕਾਰਨ ਨਹੀਂ, ਸਗੋਂ ਜੇਲ੍ਹ ਅਧਿਕਾਰੀਆਂ ਦੀ ਖੱਲ ਬਚਾਉਣ ਲਈ। ਜੇਲ੍ਹ 'ਚ ਬੰਦ ਮੋਦਨ ਉਹ ਬਿਆਨ ਦੇ ਸਕਦਾ ਸੀ ਜੋ ਅਧਿਕਾਰੀ ਚਾਹੁੰਦੇ ਸਨ, ਜੇਲ੍ਹ ਅਧਿਕਾਰੀਆਂ ਦੀ ਹਾਜ਼ਰੀ 'ਚ ਉਹ ਆਪਣੀ ਮਰਜ਼ੀ ਕਿਸ ਤਰ੍ਹਾਂ ਕਰ ਸਕਦਾ ਸੀ। ਸੈਸ਼ਨ ਜੱਜ ਦਾ ਫਰਜ਼ ਸੀ ਗੁਪਤ ਪੜਤਾਲ ਕਰਨ ਦਾ। ਉਹ ਇਕੱਲੇ ਇਕੱਲੇ ਕੈਦੀ ਨੂੰ ਇਕਾਂਤ 'ਚ ਲਿਜਾਂਦਾ, ਫਿਰ ਉਹਨਾਂ ਕੋਲੋਂ ਅਸਲੀਅਤ ਪੁੱਛਦਾ, ਪਰ ਉਹ ਇੰਜ ਤਾਂ ਵੀ ਕਰਦਾ ਜੇ ਉਹਨੂੰ ਕੈਦੀਆਂ ਨਾਲ ਹਮਦਰਦੀ ਹੁੰਦੀ।
ना तनहाई चक्कियां च गया, ना हथ कड़ियां ते बेड़ियां वाले कैदियों नूं मिलिया। अगों तो कोई कैदी अपनी आवाज़ बुलंद ना कर सके, इसलिए हाकम नूं सब सिखाउण दी सलाह दे गया। हाकम ने न्यायपालिका ते इंसाफ की टेक रख के थोड़ी जी हिम्मत बटोरी सी। जे वाड़ी खेत नूं खाण लग जाए तां गुंगा घुगियां बने कैदियां दा कौन रखा है। आरे वल वधदे हाकम नूं इक होर चिंता सता रही सी। जट ने जटा का बनना ही सी। हिरदेपाल ने रणजोत सिंह नाल मिल जाने च बहुते अफसोस वाली गल नहीं सी। भोलू नारायण दे क्यों ना बने। हाकम निजी सहूलतों लई लड़ाई नहीं सी लड़ रहा, उन्हों हर तरह की सहूलत मिली सी। वह सांझे काम लई लड़ रहा सी। पड़ताल दौरान 3-4 कैदी हाकम के विरुद्ध भुगत गए, झूठ बोल गए। दफ्तर के मुंशी मुसद्दी लाल उपर हाकम ने बहुत एहसान किए सन। पहला उन्होंने कपड़ा रंगन वाली भट्ठी चो कढ़ के दफ्तर लिया, फिर प्रेर के पढ़न लाया, 11वीं 12वीं जमात पास कराई, हूँ बीए की तैयारी करवा रहा है। दरोगे की शह ते मुसद्दी ने पहला झूठ मूठ मिसल हाकम के नाँ चढ़ाइया, फिर धोखे नाल रजिस्टर ते हाकम के दस्तखत कराए, फिर आप ही मिसल गुम कीतियां। देश दोष हाकम सिर मड़िया, हाकम नूं सज़ा कराउण च सहाई होया। हेमा ते बसंत ने भी लोड़ा मारिया, घर जाके बैठ गए, एक बारी भी मुलाकात लई नहीं आई, खत तक नहीं लिखा। फिर उन्हें ख्याल आया, हो सकता मिलन आए होण, उन्हां नूं बाहरों ही मोड़ता होवे, उन्हां खत पाए होण, खत पाड़ते होण। हाकम नूं सूचना मिली सी अजकल उस नाल इंज हो रहा सी। थोड़ी देर बाद मुसद्दी होरां प्रति हाकम दा रवैया नरम पैण लगा। वह बेचारे मजबूर सन, जेल अधिकारियों के हाथों च कठपुतलियां सन, उन्हां उह कीता जो उन्हां तों कराया गया। कैदियों नूं माफ़ करके हाकम अफसरां नूं कोसण लगा, मैं अफसरां दा की बिगाड़िया, कानून अनुसार सहूलतां मंगियां हन, वह भी अपने लिए नहीं, उन्हां लई जिहड़े आप मूंह नहीं खोल सकते, उन्हां लई जिन्हां नूं अपने हक्कां की जानकारी नहीं। अफसर मेरे इस काम नूं गुनाह समझते हैं, मैनूं सबक सिखाउण ते तुल पए हैं। कानून कहिंदा जेल अधिकारियों नूं नरम दिल ते लोक हितू होना चाहिए। कैदियों की शरीरक मानसिक ते समाजिक समस्यावां नूं समझ के उन्हां नूं सुलझाउण च मददगार होना चाहिए। अफसर उल्टा कैदियों दीयां समस्यावां नूं उलझा रहे हैं। हाकम नाल किस तरह नजिठना, इशारे नाल धर्मपाल ने मीते नूं जो समझाया सी, उह हाकम नूं भी समझ आ गया सी। हाकम जाणी जाण सन, अफसर क्रोप हो चुके सन। हुण उहनूं शरीरक ते मानसिक दोहां तरह का कष्ट पहुँचाया जाएगा, पर उहनूं इह समझ नहीं सी आ रही कि संकट की इस घड़ी च उहदे नाल कौण खलोएगा। हाकम नूं अपने बी क्लास के साथी कैदियों उपर गुस्सा भी आ रहा है। जापता सी उन्होंने तूफान के आने तो पहला छाउण वाली चुप तो ही भविख का अंदाजा ला लिया सी। आने बहाने उन्होंने हाकम को किनारा करना शुरू करता। प्रोफेसर 3 सालों का रोटी वाल रहा सी। पिछले 3 दिनों तो एक कला रोटी खाण लग पिया सी। डॉक्टर मूंगी के हलवे का शौकीन सी, हफ्ते च 2 दिन उहदे घरों हलवा हुंदा सी। पहलों हाकम नूं खवाउंदा सी, फिर आप खांदा सी। पिछली बार उन्हें हलवा सब कोलों लुका के खाधा सी। SDO ते बैंक मैनेजर नूं उस बिना सैर का मज़ा नहीं सी आउंदा। कल वह भी अख बचा के निकल गए सन। रात नूं मैते होरां विचकार ताश की बाजी लगती सी। रात मैते ने उन्हें जोटीदार बनन का सद्दा नहीं सी दिता, ना सलाह मशवरे लई कोल बिठाया। घोड़े वाला जिवें सारी बैठक च फिर गया सी, जिवें उह साथी कैदियों नूं हाकम का बाइकाट करन लई कह गया। इकला बैठा हाकम उपराम हो गया, वह पढ़न च मन नहीं सी लगा। कले पए दे मन च भैड़े भैड़े ख्याल आने लगे सन। रुझेवें च रहन लई उह बिना बुलाया ही ताश वालियां कोल जा बैठा। उन्हां नक बुल कढ़े, खेडना बंद किया ते अपने खड्डियां ते जा पए। इन्ना बेशरम हाकम भी नहीं सी, उन्हें भी उन्हां कोलों पासा वटना शुरू करता। अज कम्मां ते जाण तों पहलां किसे ने उस नाल अगे वांग दुआ सलाम नहीं सी कीती। हाकम मूंह लटका के फैक्ट्री वल चल पिया ते अपने आप नाल खौजलदा आरे वल जा रहा सी। हाकम दे अगे जांदा 5 इंचार्ज खुश सी, उहनूं हाकम दी सेवा दा मौका मिलिया सी। जापदा सी हाकम ने मीते नूं पछाणिया नहीं सी, पर मीते नूं उहनूं झट पछाण लिया सी। उहनां दोहां नूं इक्को दिन सज़ा होई सी ते उह इकट्ठे इस जेल च आए सन। मीते नूं हाकम तद तक सिद्धा कम नहीं सी पिया, उंज उहनें सुण रख्या सी कि हाकम गुरमीत वर्गा भला मानस इंसान है। उन्हें मीते वर्गे सैकड़े गरीब गुरबियां का फायदा किया। संकट की इस घड़ी च मैं गरीब गुरबियां की नुमाइंदी करांगा, हर तरह का जोखम उठा के उहदी मदद करांगा। मन च जिहड़ियां पड़तां पड़दा मीता हाकम नूं आरे ते लै गया।
ये वकील साहब हैं, नक मूंह बन्नी खड़े चार पांच प्रवासी कैदियों नाल। मीते ने हाकम की जान पछाण कराई। फिर मीते ने आले दुआले देखा, जब उन्हें यकीन हो गया किधरे कोई नहीं है तो उन्हें हौली जी आख्या, ये बहुत काम के बंदे हैं, हमने इनकी मदद करनी है, इनसे हल्का फुल्का काम लेना है। जी साहब, कैदियों ने सिर झुका के हुक्म की तामील का यकीन दवाया। ऐसे करना, शतीरियां तुम्हें ढोते रहना, इन्हें खलपाड़े उठाने पे लगा देना, खलपाड़े भी थोड़ी थोड़ी उठवाना। ध्यान रखना, साहिब आता दिखाई दे तो इनको शतीरियों पे लगा देना, वैसे मैं भी इधर ही हूँ। जी साहब, आके प्रवासियों ने एक बार फिर मीते की हां छां मिलाई। कैदियों को मिले इस मान सन्मान ने हाकम के मनों सारा बोझ ला दिता। उन्हें खुशी हुई, उन्हें काम की कदर करने वाला कोई तो सी। इन्हें नाले नवे जोश नाल भरिया पहाड़ नाल टकराने लई तैयार हो गया। बिजली की मोटर का बटन दबदिया ही चराई का काम शुरू हो गया। दो मिस्त्री चराई का काम संभालने लई खड्डे च उतर गए। आरे तो 30 फुट की दूरी से उशतीरियां पईआं सन जिन्हों की अज चराई होनी सी। चार कैदी शतीरियां दुआले हो गए। दो कैदियों ने एक शतीरी नूं मोढ़ियां ते रख के आरे तक ले जाना सी। दो कैदी आरे दे दूजे पासे चले गए। उन्हां चों एक ने चराई बाद निकले सही माल नूं स्टोर च पहुंचाना सी। दूजे ने वाधू घाटू बची लक्कड़ नूं आरे दे बाहर खड़ी रेहड़ी च रखना सी। फिर रेहड़ी नूं खिंच के लंगर तक ले जाना सी। बालण लंगर च ला के मुड़ आरे ते आउणा सी। धर्मपाल वल्लों हुक्म सी हाकम नूं शतीरियां ढोण ते लाउणा सी। मीते ने हुक्म अदूली करके ते अपने अधिकारां दी वरतों करके हाकम नूं खलपाड़ा ढोण दे हल्के काम ते लाता। उहदी मदद लई इक होर कैदी लाता। चार कु चक्कर लाउण बाद हाकम नूं थकावट महसूस होण लगी। छिलतां ने उहदी हथेलियां ते उंगलां नूं बिन्न दित्ता। कुछ छिलतां उहने नहुआं नाल कढ दित्तियां, कुछ फिर भी मास च खुबियां रहि गईआं। इह छिलतां उहनूं तकलीफ पहुंचाउण लगियां। हाकम दे नाल काम करदे कैदी नूं लंगर ते मुंशी कोलों गालां पैण लगियां। बालण लेट पुज रहा सी, चुल्हिआं च अग मट्ठी जा रही सी। कैदी नूं रेहड़ी जल्दी जल्दी लै के आउण दी हदायत होई। हाकम साथी कैदी की मजबूरी समझ रहा सी। उहदी कमजोरी कारण साथी कैदी नूं झाड़ां पै रहीआं सन। हाकम ने अंदाजा लाया, गालां उहनूं भी पैण वालीआं हन। झाड़ झम तों बचण लई हाकम तेजी फड़न लगा। हत्थां च 2 कु खलपाड़ा लै जाण दी थां बाहां उपर रख के 12-12 खलपाड़ा लै जाण लगा। 7-8 चक्कर बाद बाहां जवाब देण लगियां। उहदा कमीज़ भावें पूरियां बाहां वाला सी, फिर भी सिलतां ते लक्कड़ दीआं तिखियां नुकरां चमड़ी तक मार करन लगियां। जोड़ साथ छड्डन लगे, भार कारण बाहां हेठ नूं लुढ़कण लगियां। शतीरियां ढोंदे कैदी हाकम दी स्थिति भांप गए। उन्होंने शतीरियां ढोण दी रफ्तार तेज़ कीती। 1/2 घंटे च उन्होंने आरे अगे शतीरियां दा ढेर लाता। जिन्नी देर च शतीरियां चिरन गईआं उन्नी देर च हाकम दा काम नबेड़ देणगे। मशीन नूं तेल देण दे बहाने मिस्त्री ने आरा रोक दिता। कैदियों नूं हाकम की मदद लई होर समां मिल गया। नहीं, मैं अपना काम आप करूँगा, हाकम ने प्रवासियों नूं खलपाड़ां चुकण तों रोकिया। इन्हां विचारियां नूं की पता सी कि किसी दूजे कैदी कोलों अपने हिस्से की मुशक्कत करवाउणा ते दूजे लई मुशक्कत करना दोवें जुर्म हन। इन्हीं दिनी जेल अधिकारी हाकम नूं जेल मैनुअल पढ़ाउण ते तुले सन। झट उह मैनुअल कढ के बैठ जाणगे ते हाकम दे नाल नाल प्रवासियों का जीउणा भी हराम कर देणगे। आराम वाली घंटी खड़कन तक हाकम धू घड़ीस करता रहा। 15 मिनट सुस्ताउण बाद शरीर हल्का होने की थां होर भारा हो गया। बाहां सुज गई, उंगलां अकड़ गई, ढोई दुखन लगी। हुण होर काम नहीं होना, हाकम नूं महसूस होने लगा। पर मुशक्कत करनी भी जरूरी सी, कोताही हुंदिया उहदी छुट्टी बंद हो जाणी सी। रहिंदा काम पूरा करन लई उहनूं छुट्टी वाले दिन बुलाया जाणा सी। उस दिन कहिड़ा उस तों काम होना सी, सज़ा दे तौर ते उहदियां माफ़ियां बंद होणियां सन, खाणे च कटौती होणी सी। हाल की घड़ी हाकम जोखम नहीं सी उठा सकता, हर हाल च उन्हें मुशक्कत करनी पैनी सी। नाले हाकम लकड़ा ढोंदा रहा, नाले लहू पीने समा ब्याह चुके कानून नूं कोसदा रहा। यह कोई कानून है जिहड़ा मनुखां नूं पशु बनाउण लई अफसरां नूं मन मर्जी करन दी खुल दिंदा है? फिर उह सोचदा कानून तां कदों ना, कसूर उहनां नूं लागू करन वालिआं दा, कसूर है उहनां नूं समें समें ना सोधण वालिआं दा। हाकम नूं नेतावां दी याद आउण लगी। जवाहर लाल नहरू तों लैके सुरजीत सिंह बरनाला तक ने जेल दा स्वाद चख्या। दुपहर समय प्रवासियों ने चुल्हे उत्ते पाणी वाला पतीला चाढ़ता, विच भुक्की दा बुक सुट्टता। जदों पाणी नूं 10-15 उबाले आ गए, गुड़ ते चाह पत्ती सुट्टी, फिर उह काढ़े दे ठंडा होण दा इंतजार करन लगे। अज तक हाकम ने नशिआं दे सेवन विरुद्ध प्रचार कीता सी, कैदियों नूं नशे छड्डण लई प्रेरिया सी। काम नूं सिरे चाढ़न लई अज उहनूं खुद नशे दी लोड़ महसूस हो रही सी। शतीरियां उपर लेट के आराम करदा हाकम प्रवासियों वालों चाह की सुलह वजन की उड़ीक करन लगा।
ਮੀਤਾ ਹਾਕਮ ਤੋਂ 2 ਕਦਮ ਅੱਗੇ ਸੋਚੀ ਬੈਠਾ ਸੀ। ਉਹਨੇ ਚਾਹ ਦੇ ਨਾਲ ਨਾਲ ਕਾਲੀ ਮਾਈ ਵੀ ਪਰੋਸਤੀ। ਪਹਿਲੇ ਹੱਲੇ ਹਾਕਮ ਚਾਹ ਵਾਲਾ ਗਲਾਸ ਫੜਨ ਤੋਂ ਝਿਜਕਿਆ। ਦੋਵੇਂ ਨਸ਼ੇ ਮਹਿੰਗੇ ਸਨ, ਪ੍ਰਵਾਸੀਆਂ ਨੇ ਹੱਡ ਵੇਚ ਕੇ ਖਰੀਦੇ ਹੋਣਗੇ। ਉਹਨਾਂ ਦੀ ਮਿਹਨਤ ਦੀ ਕਮਾਈ ਤੇ ਛਾਪਾ ਨਹੀਂ ਸੀ ਮਾਰਨਾ ਚਾਹੁੰਦਾ। ਨਸ਼ਾ ਅੰਦਰ ਸੁੱਟਣ ਤੋਂ ਗੁਰੇਜ਼ ਕਰਨ ਦਾ ਇੱਕ ਹੋਰ ਕਾਰਨ ਵੀ ਸੀ। ਅੱਗੋਂ ਤੋਂ ਮੁਸ਼ਕਤ ਉਹਨੂੰ ਹਰ ਰੋਜ਼ ਕਰਨੀ ਪੈਣੀ ਸੀ। ਕਿਧਰੇ ਉਹ ਨਸ਼ੇ ਤੇ ਨਾ ਲੱਗ ਜਾਏ, ਸਜ਼ਾ ਸਮਾਪਤ ਹੋਣ ਤੱਕ ਕਿਧਰੇ ਅਮਲੀ ਨਾ ਬਣ ਜਾਏ। ਭਵਿੱਖ ਬਾਰੇ ਸੋਚ ਸੋਚ ਵਰਤਮਾਨ ਨੂੰ ਬਰਬਾਦ ਨਹੀਂ ਸੀ ਕੀਤਾ ਜਾ ਸਕਦਾ। ਹਾਲ ਦੀ ਘੜੀ ਹਾਕਮ ਸਾਹਮਣੇ ਅੱਜ ਦਾ ਦਿਨ ਸਹੀ ਸਲਾਮਤ ਕੱਢਣ ਦੀ ਸਮੱਸਿਆ ਸੀ। ਸਾਰੇ ਪੰਨੇ ਵਿਚਾਰ ਕੇ ਹਾਕਮ ਨੇ ਕੌੜਾ ਘੁੱਟ ਭਰ ਲਿਆ। ਦੁਬਾਰਾ ਕੰਮ ਸ਼ੁਰੂ ਕਰਨ ਤੱਕ ਸਰੀਰ ਤਕੜਾ ਤਕੜਾ ਮਹਿਸੂਸ ਕਰਨ ਲੱਗਾ। ਦਰਦ ਖੰਭ ਲਾ ਗਿਆ। ਘੰਟਾ ਕੁ ਝੁੱਟੀ ਆਉਣ ਬਾਅਦ ਸਰੀਰ ਫੇਰ ਢਿੱਲਾ ਪੈਣ ਲੱਗਾ। ਕੰਮ ਦੀ ਰਫ਼ਤਾਰ ਸੁਸਤ ਹੋਣ ਲੱਗੀ। ਉਹ ਰਾਮਦਿਆ, ਤੂੰ ਇਹਨੂੰ ਸ਼ਤੀਰੀਆਂ ਚੁੱਕਣ 'ਤੇ ਨਹੀਂ ਲਾਇਆ? ਅਚਾਨਕ ਦੌਰੇ 'ਤੇ ਆਇਆ ਡਿਪਟੀ ਜਦੋਂ ਮੀਤੇ 'ਤੇ ਕੜਕਿਆ ਤਾਂ ਹਾਕਮ ਨੂੰ ਆਪਣੀ ਹੱਡ ਹਰਾਮੀ ਹੋਣ 'ਤੇ ਸ਼ਰਮ ਆਈ। ਉਸ ਕਾਰਨ ਇੱਕ ਗਰੀਬ ਨੂੰ ਝਿੜਕਾਂ ਪੈਣ ਲੱਗੀਆਂ ਸਨ। ਚੱਲ ਵੀ ਉੱਧਰ ਚੱਲ। ਚੋਰੀ ਫੜੀ ਜਾਣ 'ਤੇ ਛਿੱਥੇ ਪੈਂਦੇ ਮੀਤੇ ਨੇ ਹਾਕਮ ਨੂੰ ਸ਼ਤੀਰੀਆਂ ਵੱਲ ਜਾਣ ਦਾ ਹੁਕਮ ਸੁਣਾਇਆ। ਸਾਂਗਵਾਂ ਵਾਂਗ ਹਾਕਮ ਸ਼ਤੀਰੀਆਂ ਦੇ ਢੇਰ ਵੱਲ ਹੋ ਗਿਆ। ਸਾਰੀ ਹਿੰਮਤ ਬਟੋਰ ਕੇ ਹਾਕਮ ਨੇ ਸ਼ਤੀਰੀ ਨੂੰ ਹੱਥ ਪਾਇਆ। ਚੁੱਕੇ ਇੱਕ ਸਿਰ ਆਪਣੇ ਮੋਢੇ 'ਤੇ ਰੱਖ ਲਿਆ, ਦੂਜੇ ਸਿਰੇ ਨੂੰ ਇੱਕ ਪ੍ਰਵਾਸੀ ਕੈਦੀ ਨੇ ਸੰਭਾਲ ਲਿਆ। ਸ਼ਤੀਰੀ ਮੋਢੇ 'ਤੇ ਚੁੱਕੇ ਲਿਜਾਂਦੇ ਹਾਕਮ ਨੂੰ ਆਰੇ 'ਤੇ ਸ਼ਤੀਰੀਆਂ ਵਿਚਕਾਰਲਾ 30 ਕੁ ਫੁੱਟ ਦਾ ਫਾਸਲਾ 30 ਮੀਲ ਜਿੰਨਾ ਲੱਗਾ। 100 ਸੁੱਖਾਂ ਸੁੱਕ ਕੇ ਮਸਾਂ ਆ ਰਹਾ ਆ। ਸ਼ਤੀਰੀ ਹੇਠਾਂ ਸੁੱਟਦੇ ਹਾਕਮ ਨੂੰ ਲੱਗਾ ਜਿਵੇਂ ਉਹਦਾ ਮੋਢਾ ਸੁੰਨ ਹੋ ਗਿਆ। ਹਾਕਮ ਨੇ ਚੋਰ ਅੱਖ ਨਾਲ ਇੱਧਰ ਉੱਧਰ ਤੱਕਿਆ। ਥੰਮਲੇ ਪਿੱਛੇ ਖੜਾ ਧਰਮਪਾਲ ਮੋਢਾ ਮਲਦੇ ਹਾਕਮ ਨੂੰ ਦੇਖ ਰਿਹਾ ਸੀ। ਉਹਦੇ ਬੁੱਲਾਂ 'ਤੇ ਮੁਸਕਰਾਹਟ ਸੀ। ਮੁਸਕਰਾਹਟ ਦਾ ਅਰਥ ਹਾਕਮ ਚੰਗੀ ਤਰ੍ਹਾਂ ਸਮਝ ਰਿਹਾ ਸੀ। 3 ਸ਼ਤੀਰੀਆਂ ਢੋਣ ਬਾਅਦ ਮੋਢਿਆਂ ਦੇ ਨਾਲ ਨਾਲ ਹਾਕਮ ਦਾ ਲੱਕ ਵੀ ਦੁਖਣ ਲੱਗਾ। ਗੋਡੇ ਕੜਕਣ ਲੱਗੇ, ਪੈਰ ਹਜ਼ਾਰਾਂ ਮਣ ਭਾਰੇ ਹੋ ਗਏ। ਇੱਕ ਕਦਮ ਪੁੱਟਣ ਬਾਅਦ ਦੂਜਾ ਕਦਮ ਪੁੱਟਣਾ ਸੰਭਵ ਜਾਪਦਾ। 4 ਸ਼ਤੀਰੀ ਮੋਢੇ 'ਤੇ ਰੱਖਦਿਆਂ ਉਹਦੀਆਂ ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ। ਪੈਰ ਥਿੜਕਣ ਲੱਗੇ। ਥਿੜਕਦਾ ਥਿੜਕਦਾ ਹਾਕਮ ਪੂਰੀ ਤਰ੍ਹਾਂ ਥਿੜਕ ਗਿਆ। ਗੁਬਾਰ ਪੇਟ 'ਚ ਉੱਠ ਕੇ ਸਿਰ ਨੂੰ ਚੜ੍ਹਨ ਲੱਗਾ, ਘੁਮੇਰ ਆਉਣ ਲੱਗੀ। ਨੀਂਹ ਬੇਹੋਸ਼ੀ 'ਚ ਉਹਨੂੰ ਮਹਿਸੂਸ ਹੋਇਆ ਜਿਵੇਂ ਜ਼ਮੀਨ 'ਤੇ ਡਿੱਗ ਰਿਹਾ, ਜਿਵੇਂ ਸ਼ਤੀਰੀ ਉਸ ਉੱਪਰ ਗਿਰ ਰਹੀ ਹੈ, ਜਿਵੇਂ ਉਹਦੀਆਂ ਹੱਡੀਆਂ ਕੜ ਕੜ ਕਰਕੇ ਟੁੱਟ ਰਹੀਆਂ ਹਨ, ਜਿਵੇਂ ਦੂਰ ਖੜਾ ਧਰਮਪਾਲ ਉੱਚੀ ਉੱਚੀ ਹੱਸ ਰਿਹਾ। ਅੰਗ ਚਰੰਜਮਾ। ਸਰਦਾਰ ਜੀ, ਤੁਸੀਂ ਠੀਕ ਹੋ ਗਏ ਹੋ? ਅੱਜ ਭਲਕ ਤੁਹਾਨੂੰ ਛੁੱਟੀ ਕਰਤੀ ਜਾਏਗੀ। ਜਦੋਂ ਤੋਂ ਕੰਪਾਊਡਰ ਦੇ ਸਹਾਇਕ ਸ਼ਾਮ ਲਾਲ ਕੈਦੀ ਨੇ ਹਾਕਮ ਨੂੰ ਇਹ ਖ਼ਬਰ ਸੁਣਾਈ, ਉਦੋਂ ਤੋਂ ਉਹਦੀ ਬੇਚੈਨੀ ਹੋਰ ਵੱਧ ਗਈ ਸੀ। ਆਮ ਹਸਪਤਾਲਾਂ 'ਚ ਮਰੀਜ਼ ਨੂੰ ਛੁੱਟੀ ਮਿਲਣ ਦੀ ਖ਼ਬਰ 100 ਸੁੱਖਾਂ ਸੁੱਖਣ ਬਾਅਦ ਮਿਲਦੀ ਹੈ। ਜੇਲ੍ਹ ਹਸਪਤਾਲ 'ਚ ਸਥਿਤੀ ਇਹਦੇ ਉਲਟ ਹੁੰਦੀ ਹੈ। ਛੁੱਟੀ ਹੋਣ ਦੀ ਖ਼ਬਰ ਸੁਣਦਿਆਂ ਹੀ ਕੈਦੀ ਦੇ ਚਿਹਰੇ 'ਤੇ ਹਵਾਈਆਂ ਉੱਡਣ ਲੱਗਦੀਆਂ ਹਨ। ਉਹ ਕੁਝ ਦਿਨ ਹੋਰ ਦਾਖਲ ਰਹਿਣ ਲਈ ਤਰਲੋ ਮੱਛੀ ਹੋਣ ਲੱਗਦਾ। ਹਾਕਮ ਮਛਲਾ ਬਣ ਕੇ ਹਸਪਤਾਲ ਦਾਖਲ ਰਹਿਣ ਦਾ ਇੱਛੁਕ ਨਹੀਂ ਸੀ। ਠੀਕ ਹੋਣਾ ਦੂਰ, ਦਿਨੋ ਦਿਨ ਉਹਦੀ ਹਾਲਤ ਵਿਗੜ ਰਹੀ ਸੀ। ਉਹਦੇ ਜ਼ਖਮ ਮੱਲੇ ਸਨ, ਤੁਰਨਾ ਫਿਰਨਾ ਮੁਸ਼ਕਲ ਸੀ। ਅਜਿਹੀ ਹਾਲਤ 'ਚ ਉਹਨੂੰ ਕੰਮ 'ਤੇ ਭੇਜਣਾ ਘੋਰ ਬੇਇਨਸਾਫੀ ਸੀ। ਜੇਲ੍ਹ ਪ੍ਰਸ਼ਾਸਨ ਮੈਨੂੰ ਮਾਰਨ 'ਤੇ ਤੁਲਿਆ ਹੋਇਆ। ਇਸ ਖ਼ਬਰ ਤੋਂ ਬਾਅਦ ਹਾਕਮ ਦਾ ਸ਼ੱਕ ਯਕੀਨ 'ਚ ਬਦਲਣ ਲੱਗਾ। 4 ਦਿਨਾਂ ਤੋਂ ਹਸਪਤਾਲ 'ਚ ਰੁਲ ਰਿਹਾ ਸੀ। ਕਿਸੇ ਨੇ ਇੱਕ ਵਾਰੀ ਵੀ ਉਹਦੇ ਜ਼ਖਮਾਂ ਦਾ ਮੁਆਇਨਾ ਨਹੀਂ ਸੀ ਕੀਤਾ। ਡਾਕਟਰ ਨੇ ਜਾਣ ਬੁੱਝ ਕੇ ਹਸਪਤਾਲ ਆਉਣਾ ਛੱਡਤਾ ਸੀ। ਹਾਕਮ ਪਹਿਲੇ ਦਿਨ 'ਤੇ ਦੁਹਾਈ ਪਾ ਰਿਹਾ ਸੀ, ਮੇਰੇ ਪੈਰ ਦਾ ਦਰਦ ਵੱਧਦਾ ਜਾ ਰਿਹਾ, ਕੋਈ ਹੱਡੀ ਟੁੱਟ ਗਈ ਜਾਪਦੀ ਹੈ, ਮੇਰੇ ਪੈਰ ਦਾ ਐਕਸਰੇ ਕਰਾਓ, ਪੈਰ 'ਤੇ ਪਲਸਤਰ ਲਾਓ। ਪਰ ਕੰਪਾਊਡਰ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਕਹਿੰਦਾ ਸੀ ਮੈਂ ਪੜਤਾਲ ਕਰ ਲਈ ਹੈ, ਹੱਡੀ ਠੀਕ ਹੈ, ਕੇਵਲ ਮਾਸ ਫਟਿਆ। ਹਾਕਮ ਦਾ ਵਹਿਮ ਕੱਢਣ ਲਈ ਉਹਨੇ ਬਹਾਦਰਾਂ ਦੀ ਬੈਠਕ ਵਿੱਚੋਂ ਮੀਏ ਨੂੰ ਬੁਲਾਇਆ। ਕੈਦੀਆਂ ਦੀਆਂ ਲੱਤਾਂ ਬਾਹਾਂ ਟੁੱਟਦੀਆਂ ਰਹਿੰਦੀਆਂ ਹਨ, ਹਰ ਇੱਕ ਨੂੰ ਸਿਵਲ ਹਸਪਤਾਲ ਕੌਣ ਲਿਜਾਂਦਾ? ਟੁੱਟੀਆਂ ਹੱਡੀਆਂ ਉਹ ਬੰਦ ਹੈ। ਮੀਏ ਨੇ ਵੀ ਕੰਪਾਊਡਰ ਦੀ ਹਾਂ 'ਚ ਹਾਂ ਮਿਲਾਈ, ਪੱਟੀ ਖੋਲ੍ਹੀ ਅਤੇ ਕੱਸ ਕੇ ਬੰਨ੍ਹ ਕੇ ਚਲਾ ਗਿਆ। ਹਾਕਮ ਦੇ ਬਾਕੀ ਜ਼ਖਮਾਂ ਦਾ ਹਾਲ ਵੀ ਪੈਰ ਵਰਗਾ ਹੀ ਸੀ। ਪਹਿਲੇ ਦਿਨ ਜੋ ਮੱਲਮ ਪੱਟੀ ਹੋਣੀ ਸੀ ਹੋ ਗਈ, ਮੁੜ ਨਾ ਜ਼ਖਮਾਂ ਨੂੰ ਸਾਫ਼ ਕੀਤਾ ਗਿਆ, ਨਾ ਪੱਟੀ ਬਦਲੀ ਗਈ। ਹਾਕਮ ਦੀ ਪੱਟੀਆਂ ਬਦਲਣ ਦੀ ਬੇਨਤੀ ਬਸ ਆਇਆ ਆ ਕੇ ਠੁਕਰਾ ਦਿੱਤੀ ਜਾਂਦੀ। ਕੱਲ੍ਹ ਤੋਂ ਹਾਕਮ ਦੇ ਜ਼ਖਮਾਂ 'ਚ ਟਸ ਟਸ ਹੋ ਰਹੀ ਸੀ। ਜਾਪਦਾ ਸੀ ਜ਼ਖਮਾਂ 'ਚ ਪਸ ਪੈ ਗਈ ਹੈ। ਜ਼ਖਮਾਂ ਨੂੰ ਅੰਦਰੋਂ ਦਵਾਈਆਂ ਅਤੇ ਬਾਹਰੋਂ ਮੱਲਮ ਪੱਟੀ ਨਾਲ ਸੁਕਾਉਣਾ ਜ਼ਰੂਰੀ ਸੀ। ਐਂਟੀਬਾਇਓਟਿਕ ਦੀ ਥਾਂ ਉਹਨੂੰ ਪੇਨ ਕਿਲਰ ਦਿੱਤੇ ਜਾ ਰਹੇ ਸਨ। ਜ਼ਖਮ ਤਾਬ ਆਉਣ ਤਾਂ ਕਿਸ ਤਰ੍ਹਾਂ? ਹਾਕਮ ਦੀ ਸੱਜੀ ਅੱਖ, ਕੂਹਣੀ, ਖੱਬੀ ਲੱਤ, ਪੈਰ ਬੁਰੀ ਤਰ੍ਹਾਂ ਜ਼ਖਮੀ ਸਨ। ਗੋਡਿਆਂ ਮੋਢਿਆਂ ਤੋਂ ਲੈ ਕੇ ਗਰਦਨ ਤੱਕ ਸਾਰੇ ਸਰੀਰ 'ਤੇ ਰਗੜਾਂ ਸਨ। ਜ਼ਖਮਾਂ ਦੇ ਨਾਲ ਨਾਲ ਹਾਕਮ ਹੇਠਲੇ ਵਾਰਡ ਦੇ ਮਾਹੌਲ ਤੋਂ ਵੀ ਦੁਖੀ ਸੀ। 10 ਬਿਸਤਰਿਆਂ ਵਾਲੇ ਕਮਰੇ 'ਚ 15 ਮੰਜੇ ਅੜਾ ਦਿੱਤੇ ਗਏ ਸਨ। 15 ਦੀ ਥਾਂ 35 ਮਰੀਜ਼ ਭਰਤੀ ਕਰਤੇ ਗਏ ਸਨ। ਕਿਸੇ ਨੂੰ ਪੀਲੀਆ, ਕਿਸੇ ਨੂੰ ਦਮਾਂ, ਕਿਸੇ ਨੂੰ ਟੀਬੀ, ਕੋਈ ਬਾਹਰ ਕਰਾ ਰਿਹਾ ਸੀ, ਕੋਈ ਖੰਘ ਰਿਹਾ ਸੀ, ਕੋਈ ਉਲਟੀਆਂ ਕਰ ਰਿਹਾ ਸੀ, ਕੋਈ ਬੀੜੀ ਪੀ ਰਿਹਾ ਸੀ, ਕੋਈ ਜ਼ਰਦਾ ਚਬਾ ਰਿਹਾ ਸੀ। ਬੂਹ 'ਤੇ ਹਵਾੜ ਕਾਰਨ ਹਾਕਮ ਦੀ ਪੀੜ 'ਚ ਵਾਧਾ ਹੋ ਰਿਹਾ ਸੀ।
ਉਹ ਬੀ ਕਲਾਸ ਕੈਦੀ ਸੀ, ਉਹਨੂੰ ਉੱਪਰਲੇ ਵਾਰਡ 'ਚ ਰੱਖਿਆ ਜਾਣਾ ਚਾਹੀਦਾ ਸੀ। ਵਾਰਡ ਡਾਕਟਰ ਨੇ ਬਦਲਣਾ, ਹਰ ਵਾਰ ਕੰਪਾਊਂਡਰ ਇਹ ਆ ਕੇ ਟਾਲ ਜਾਂਦਾ ਸੀ। ਉਹ ਡਾਕਟਰ ਕੋਲ ਬੇਨਤੀ ਕਰੇ ਤਾਂ ਕਿਸ ਤਰ੍ਹਾਂ ਪਿਛਲੇ 4 ਦਿਨ ਤੋਂ ਇੱਕ ਵਾਰੀ ਵੀ ਉਹਨੇ ਸ਼ਕਲ ਨਹੀਂ ਸੀ ਦਿਖਾਈ। ਪਹਿਲੇ ਦਿਨ ਉਹਦੀ ਅਦਾਲਤ 'ਚ ਗਵਾਹੀ ਸੀ, ਸਾਰੀ ਦਿਹਾੜੀ ਉੱਥੇ ਲੱਗ ਗਈ। ਅਗਲੇ ਦਿਨ ਉਹਦੀ ਆਪਣੇ ਮਹਿਕਮੇ ਦੀ ਮੁਖੀ ਨਾਲ ਮੀਟਿੰਗ ਸੀ, ਵਾਪਸ ਮੁੜਦੇ ਨੂੰ ਤਰਕਾਲਾਂ ਪੈ ਗਈਆਂ। ਫਿਰ ਇੱਕ ਦੋਸਤ ਦੀ ਭੈਣ ਦਾ ਵਿਆਹ ਆ ਗਿਆ, ਇੱਕ ਦਿਨ ਦੀ ਛੁੱਟੀ ਲਈ, ਇੱਕ ਦਿਨ ਦੀ ਫਰਲੋ ਮਾਰੀ। ਹਾਕਮ ਡਾਕਟਰ ਅਤੇ ਕੰਪਾਊਂਡਰ ਦੋਹਾਂ ਦੀ ਸ਼ਰਾਰਤ ਸਮਝ ਰਿਹਾ ਸੀ, ਉਸ ਤੋਂ ਗਿਣ ਗਿਣ ਕੇ ਬਦਲੇ ਲੈ ਰਹੇ ਸਨ। ਹਾਕਮ ਨੇ ਕਈ ਵਾਰ ਉਹਨਾਂ ਦੇ ਕੰਮ ਕਾਰ 'ਤੇ ਉਂਗਲ ਉਠਾਈ ਸੀ। ਜ਼ਖਮੀ ਦੁਸ਼ਮਣ ਨੂੰ ਪਾਣੀ ਪਿਲਾਉਣ ਵਾਲੇ ਉਹ ਭਾਈ ਘਨੱਈਆ ਨਹੀਂ ਸਨ। ਹਾਕਮ ਮਸਾਂ ਉਹਨਾਂ ਦੇ ਅੜਕ ਕੇ ਆਇਆ ਸੀ, ਉਹ ਦੁਸ਼ਮਣ ਨੂੰ ਬੁਰੇ ਦਾ ਘਰ ਦਿਖਾਉਣ 'ਤੇ ਤੁਲੇ ਸਨ। 3 ਰਾਤਾਂ ਤੋਂ ਉਂਘਾਇਆ ਹੋਣ ਕਾਰਨ ਉਹਦਾ ਸਿਰ ਪਹਿਲਾਂ ਹੀ ਭਾਰਾ ਸੀ। ਅੱਖਾਂ 'ਚ ਲਾਲੀ ਉਤਰੀ ਸੀ, ਨਾਲੇ ਰੜਕ ਪੈ ਰਹੀ ਸੀ, ਭੁੱਖ ਮਰ ਚੁੱਕੀ ਸੀ, ਬੇਚੈਨੀ ਹਰ ਪਲ ਵੱਧ ਰਹੀ ਸੀ। ਕਦੇ ਉਹ ਬਿਸਤਰੇ ਉੱਪਰ ਲੇਟ ਜਾਂਦਾ, ਕਦੇ ਉੱਠ ਕੇ ਬੈਠ ਜਾਂਦਾ, ਕਦੇ ਇੱਧਰ ਉੱਧਰ ਟਹਿਲਣ ਲੱਗਦਾ, ਕਦੇ ਫਿਰ ਮੰਜੇ 'ਤੇ ਆ ਬੈਠਦਾ, ਕਦੇ ਗੱਲਾਂ ਕਰਦਾ ਕਰਦਾ ਚੁੱਪ ਕਰ ਜਾਂਦਾ, ਕਦੇ ਦੂਜੇ ਪਾਸੇ ਮੂੰਹ ਕਰਕੇ ਲੇਟ ਜਾਂਦਾ। ਸ਼ਾਮ ਲਾਲ ਤੋਂ ਛੁੱਟੀ ਹੋਣ ਦੀ ਖਬਰ ਸੁਣਨ ਬਾਅਦ ਹਾਕਮ ਨੂੰ ਮੌਤ ਸਿਰਾਣੇ ਖੜੀ ਦਿਖਾਈ ਦੇਣ ਲੱਗੀ। ਜੇਲ੍ਹ ਪ੍ਰਸ਼ਾਸਨ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਬਦਲੇ ਮੌਤ ਦੀ ਸਜ਼ਾ ਪਾਉਣ ਵਾਲਾ ਮੈਂ ਪਹਿਲਾ ਸ਼ਹੀਦ ਨਹੀਂ ਹੋਵਾਂਗਾ, ਜੇਲ੍ਹ 'ਚ ਇਹ ਵਰਤਾਰਾ ਆਮ ਹੈ, ਸੋਚਦਾ ਹਾਕਮ ਆਪਣੇ ਤੋਂ ਪਹਿਲੇ ਸ਼ਹੀਦਾਂ ਨੂੰ ਯਾਦ ਕਰਨ ਲੱਗਾ। ਪਰਸੋਂ ਹਾਕਮ ਦੇ ਨਾਲ ਦੇ ਬੈੱਡ 'ਤੇ ਪਏ ਹਰੀਏ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਸਾਥੀ ਕੈਦੀਆਂ ਨਾਲ ਹੋਈ ਲੜਾਈ 'ਚ ਉਹਦੀ ਸੱਜੀ ਬਾਂਹ ਟੁੱਟ ਗਈ ਸੀ। ਜੇਲ੍ਹ ਦੇ ਡਾਕਟਰ ਕੋਲੋਂ ਹੱਡੀ ਠੀਕ ਢੰਗ ਨਾਲ ਜੁੜ ਨਹੀਂ ਸੀ ਸਕੀ, ਉਹਨੂੰ ਹੱਡੀ ਤੋੜ ਕੇ ਦੁਬਾਰਾ ਬੰਨਣੀ ਪਈ। ਮਿਹਨਤ ਫਿਰ ਵੀ ਰਾਸ ਨਾ ਆਈ, ਸਾਰੀ ਬਾਂਹ 'ਚ ਪਸ ਪੈ ਗਈ। ਹੱਡੀਆਂ ਦੇ ਮਾਹਰ ਡਾਕਟਰਾਂ ਨੇ ਸਲਾਹ ਦਿੱਤੀ, ਮਰੀਜ਼ ਦੀ ਜਾਨ ਬਚਾਉਣ ਲਈ ਉਹਦੀ ਬਾਂਹ ਕੱਟਣੀ ਜ਼ਰੂਰੀ ਹੈ, ਮਰਦਾ ਕੀ ਨਾ ਕਰਦਾ। ਰੋਂਦੇ ਕੁਰਲਾਉਂਦੇ ਨੂੰ ਉਹਦੀ ਬਾਂਹ ਕਟਾਉਣ ਲਈ ਸਹਿਮਤੀ ਦੇਣੀ ਪਈ। ਹਰੀਏ ਦੀ ਬਾਂਹ ਟੁੱਟੀ ਨਹੀਂ, ਤੋੜੀ ਗਈ ਸੀ। ਬਾਂਹ ਕਿਹਨੇ ਤੋੜੀ, ਕਿਉਂ ਤੋੜੀ, ਇਹ ਰਾਮ ਕਹਾਣੀ ਖੁਦ ਹਰੀਏ ਨੇ ਸੁਣਾਈ। ਹਰੀਆ ਪਿਛਲੇ 2 ਹਫ਼ਤੇ ਤੋਂ ਬਿਮਾਰ ਸੀ, ਉਹਦੇ ਸਰੀਰ 'ਤੇ ਖਾਜ ਹੋ ਰਹੀ ਸੀ। ਜੇਲ੍ਹ ਹਸਪਤਾਲ ਦੀਆਂ ਦਵਾਈਆਂ ਅਸਰ ਨਹੀਂ ਸੀ ਕਰ ਰਹੀਆਂ, ਉਲਟਾ ਬਿਮਾਰੀ ਵੱਧ ਰਹੀ ਸੀ। ਸਾਰਾ ਸਰੀਰ ਫਿਣਸੀਆਂ ਨਾਲ ਭਰਨ ਲੱਗ ਪਿਆ ਸੀ। ਹਰੀਆ ਸਿਵਲ ਹਸਪਤਾਲੋਂ ਦਵਾਈ ਲੈਣਾ ਚਾਹੁੰਦਾ ਸੀ, ਡਾਕਟਰ ਨੂੰ ਸਿਵਲ ਹਸਪਤਾਲ ਭੇਜਣ ਲਈ ਤਿਆਰ ਨਹੀਂ ਸੀ। ਕਹਿੰਦਾ ਸੀ ਜੇ ਕੈਦੀ ਦਾ ਸਿਰ ਦੁਖਣ ਲੱਗ ਪਏ, ਉਹ ਸਿਵਲ ਹਸਪਤਾਲ ਦਾਖਲ ਹੋਣ ਲਈ ਕਾਹਲਾ ਪੈਣ ਲੱਗਦਾ ਹੈ। ਅਸਲ 'ਚ ਕੈਦੀ ਘੁੰਮਣਾ ਫਿਰਨਾ ਚਾਹੁੰਦਾ ਹੈ। ਹਰੀਏ ਨੂੰ ਕਹਿੰਦਾ ਸੀ ਤੇਰੀ ਬਿਮਾਰੀ ਨੂੰ ਮੋੜ ਪੈ ਗਿਆ, ਪੂਰੀ ਤਰ੍ਹਾਂ ਠੀਕ ਹੋਣ ਨੂੰ ਕੁਝ ਦਿਨ ਲੱਗਣਗੇ, ਇੱਥੇ ਰਹਿ ਜਾ, ਇੱਥੇ ਰਹਿ ਜਾ ਉੱਥੇ। ਹਰੀਏ ਨੂੰ ਡਾਕਟਰ ਦੀ ਗੱਲ 'ਤੇ ਯਕੀਨ ਨਹੀਂ ਸੀ ਹੋ ਰਿਹਾ, ਉਹਨੂੰ ਨੀਂਦ ਆਉਣੋਂ ਹਟ ਗਈ ਸੀ, ਉਹਦੀ ਹਾਲਤ ਪਾਗਲਾਂ ਵਰਗੀ ਹੁੰਦੀ ਜਾ ਰਹੀ ਸੀ। ਹਰੀਏ ਨੇ ਜੇਲ੍ਹ ਸੁਪਰਡੈਂਟ ਕੋਲ ਅਪੀਲ ਕੀਤੀ, ਅਪੀਲ ਉੱਥੋਂ ਵੀ ਨਾਮਨਜ਼ੂਰ ਹੋ ਗਈ। ਉਹਦਾ ਹਿਸਟਰੀ ਟਿਕਟ ਦੱਸਦਾ ਸੀ, ਇਸ ਬਹਾਨੇ ਇੱਕ ਵਾਰੀ ਪਹਿਲਾਂ ਉਹ ਸਿਵਲ ਹਸਪਤਾਲ ਗਿਆ ਸੀ ਅਤੇ ਉੱਥੋਂ ਫਰਾਰ ਹੋ ਗਿਆ ਸੀ, ਹੁਣ ਵੀ ਜੇਲ੍ਹੋਂ ਭੱਜਣ ਦੀ ਤਿਆਰੀ ਜਾਪਦੀ ਸੀ। ਬਿਮਾਰੀ 'ਤੇ ਸੁਣਵਾਈ ਨਾ ਹੋਣ ਕਾਰਨ ਦੁਖੀ ਹੋਏ ਹਰੀਏ ਦੀ ਵਾਰਡਰ ਨਾਲ ਝੱਟ ਹੋ ਗਈ। ਗੁੱਸੇ 'ਚ ਪਾਗਲ ਹੋਏ ਹਰੀਏ ਨੇ ਵੇਲੇ ਕੁ ਵੇਲੇ ਕੰਮ ਆਉਣ ਲਈ ਤਿੱਖਾ ਕਰਕੇ ਰੱਖੇ ਚਮਚੇ ਨਾਲ ਵਾਰਡਰ ਦੀ ਛਾਤੀ ਵਿੰਨਣ ਦਾ ਯਤਨ ਕੀਤਾ ਸੀ। ਵਾਰਡਰ ਨੂੰ ਲੱਗੇ ਜ਼ਖਮ ਗਹਿਰੇ ਨਹੀਂ ਸਨ, ਪਰ ਪ੍ਰਸ਼ਾਸਨ ਨੇ ਇਸ ਹਮਲੇ ਨੂੰ ਗੰਭੀਰਤਾ ਨਾਲ ਲਿਆ ਸੀ। ਅੱਜ ਇੱਕ ਜੇਬ ਕਤਰੇ ਨੇ ਵਾਰਡਰ 'ਤੇ ਹਮਲਾ ਕੀਤਾ, ਕੱਲ੍ਹ ਨੂੰ ਕੋਈ ਚੋਰ ਕਿਸੇ ਡਿਪਟੀ ਦੀ ਪੱਗ ਨੂੰ ਹੱਥ ਪਾਏਗਾ। ਸਪੋਲੀਆਂ ਦੇ ਛੋਟੇ ਹੁੰਦਿਆਂ ਦੇ ਸਿਰ ਕੁਚਲ ਦੇਣੇ ਚਾਹੀਦੇ ਨੇ। ਪ੍ਰਸ਼ਾਸਨ ਨੇ ਹਰੀਏ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਸੀ। ਅਗਲੇ ਦਿਨ ਸਵੇਰ ਦੀ ਗਿਣਤੀ ਸਮੇਂ ਹਰੀਏ ਨੂੰ ਉਹਦਾ ਜੁਰਮ ਪੜ੍ਹ ਕੇ ਸੁਣਾਇਆ ਗਿਆ, ਫਿਰ ਸਜ਼ਾ ਸੁਣਾਈ ਗਈ, ਫਿਰ ਸਜ਼ਾ ਅਮਲ 'ਚ ਲਿਆਂਦੀ ਗਈ। ਨੰਗੇ ਪਿੰਡੇ ਉਹਨੂੰ 20 ਕੋੜੇ ਮਾਰੇ ਗਏ। ਨਾਲੇ ਡਿਪਟੀ ਨੇ ਐਲਾਨ ਕੀਤਾ, ਜੇਲ੍ਹ ਕਰਮਚਾਰੀਆਂ ਉੱਪਰ ਉੱਠਣ ਵਾਲੇ ਹੱਥਾਂ ਨੂੰ ਵੱਢਤਾ ਜਾਏਗਾ। ਹਰੀਏ ਦੀ ਚਮੜੀ ਉਸੇ ਵਾਰਡਰ ਤੋਂ ਉਧੜਵਾਈ ਗਈ, ਬਾਂਹ ਰਾਤ ਨੂੰ ਵਫ਼ਾਦਾਰ ਕੈਦੀਆਂ ਕੋਲੋਂ ਤੁੜਵਾਈ ਗਈ। ਇਸ ਯੱਗ 'ਚ ਡਾਕਟਰ ਨੇ ਵੀ ਇਹ ਉੱਤੇ ਪਾਈ, ਨਤੀਜਾ ਸਾਹਮਣੇ ਸੀ, ਵਾਰਡਰ 'ਤੇ ਉੱਠਣ ਵਾਲਾ ਹੱਥ ਧੜ ਨਾਲੋਂ ਅਲੱਗ ਹੋ ਚੁੱਕਾ ਸੀ। ਹਰੀਏ ਨੇ ਦੁਖੀ ਹੋ ਕੇ ਤੈਸ਼ ਚਾ ਕੇ ਇੱਕ ਵਾਰਡਰ 'ਤੇ ਹਮਲਾ ਕੀਤਾ ਸੀ। ਇੱਕ ਸਧਾਰਨ ਜੁਰਮ ਬਦਲੇ ਉਹਨੂੰ ਇੰਨੀ ਭਿਆਨਕ ਸਜ਼ਾ ਮਿਲੀ ਸੀ। ਮੈਂ ਵਾਰਡਰ ਤੋਂ ਲੈ ਕੇ ਜੇਲ੍ਹ ਸੁਪਰਡੈਂਟ ਤੱਕ ਅਤੇ ਕੰਪਾਊਂਡਰ ਤੋਂ ਲੈ ਕੇ ਡਾਕਟਰ ਤੱਕ ਨਾਲ ਅੱਡਾ ਲਾਈ ਬੈਠਾ, ਇਸ ਹਿਸਾਬ ਨਾਲ ਮੈਨੂੰ ਮੌਤ ਦੀ ਸਜ਼ਾ ਮਿਲੇਗੀ। ਹਰੀਏ ਦੀ ਆਪਣੇ ਕੰਮਾਂ ਨਾਲ ਤੁਲਨਾ ਕਰਕੇ ਕਦੇ ਕਦੇ ਹਾਕਮ ਅਜਿਹੇ ਸਿੱਟੇ ਕੱਢਣ ਲੱਗਦਾ। ਮੈਂ ਹਰੀਆ ਨਹੀਂ ਹਾਂ, ਮੈਂ ਆਪਣੇ ਫਾਇਦੇ ਲਈ ਕਦੇ ਕੁਝ ਨਹੀਂ ਮੰਗਿਆ, ਦੂਜੇ ਕੈਦੀਆਂ ਲਈ ਚਿੱਠੀ ਪੱਤਰ ਕਰਦਾ, ਕਦੇ ਹਿੰਸਕ ਨਹੀਂ ਹੁੰਦਾ, ਉਹ ਮੇਰੇ ਨਾਲ ਇੰਜ ਨਹੀਂ ਕਰ ਸਕਦੇ। ਵਕੀਲਾਂ ਵਾਂਗ ਆਪਣੇ ਹੱਕ ਵਿੱਚ ਤਰਕ ਦੇ ਕਦੇ ਉਹ ਮਨ ਨੂੰ ਟਿਕਾਉਂਦਾ। ਫਿਰ ਕੋਈ ਹੋਰ ਘਟਨਾ ਯਾਦ ਆ ਜਾਂਦੀ, ਮਨ ਫਿਰ ਡੋਲ ਜਾਂਦਾ। ਨਿੰਦਰ ਪਹਿਲਵਾਨ ਸਵੇਰੇ ਹੱਸਦਾ ਖੇਡਦਾ ਕੰਮ 'ਤੇ ਗਿਆ ਸੀ, ਸ਼ਾਮ ਦੀ ਚਾਹ ਨਾਲ ਪਤਾ ਨਹੀਂ ਅੰਦਰ ਕੀ ਵੜ ਗਿਆ ਸੀ, ਪਹਿਲਾਂ ਚਾਹ ਬਾਹਰ ਨਿਕਲੀ, ਫਿਰ ਖੂਨ ਦੀਆਂ ਉਲਟੀਆਂ ਆਈਆਂ, ਹਸਪਤਾਲ ਆਉਂਦਾ ਆਉਂਦਾ ਉਹ ਬੇਹੋਸ਼ ਹੋ ਗਿਆ, ਸ਼ਾਮ ਨੂੰ ਦਮ ਤੋੜ ਗਿਆ। ਨਿੰਦਰ ਨੂੰ ਕਿਸ ਬਿਮਾਰੀ ਨੇ ਨਿਕਲਿਆ ਕਿਸੇ ਨੂੰ ਨਹੀਂ ਸੀ ਪਤਾ।
कोई आखदा सी इहनू हैजा हो गया, कोई आखदा सी उहदे ढिड्ड च फोड़ा सी उह फट गया, कोई आखदा चाह च कोई कीड़ा मकौड़ा गिर गया उहदी जहर चढ़ गई, कोई आखदा उहने कुछ खा के जान दित्ती है। हाकम नूं लोकां वल्लों लाया जा रहा पिछला अंदाज़ा ठीक लगदा सी, कुछ सोध की जरूरत सी, जहर उहने खाधा नहीं सी उहनू खवाया गया सी। आरे ते जाण तों कुछ दिन पहलां हाकम ने उड़दी उड़दी गल सुनी सी, हफ्तावारी दौरे समय किसी गलत गुस्से हो गए सबनर ने निंदर ते हाथ चुक लिया सी। अगो निंदर भी कहिंदा कहाउंदा बदमाश सी, चेले चपटिया सामने मुछ नीवीं नहीं सी करवा सकदा, हुण तक उह तीन कतल कर चुका सी, सारे कतल मुछ बचाउण लई होए सी, उहने सबनर दे रूल नूं हाथ च फड़ के रोक लिया सी। इस हुकम अदूली दे ते जेल सबनर नूं गुस्सा आया सी, दौरा विच छड के उह दफ्तर मुड़ आया सी। एम एल कारां नाल इक घंटा गुप्त विचार वटांदरा होया सी, हफ्ते के अंदर अंदर यह भाणा वरत गया सी। निंदर बाद हुण हाकम की वारी सी, हाकम अपने किते ते पछताउण लगा, मैनू अकल तो कम लैणा चाहीदा सी, जेल प्रशासन मेरा किन्ना नुकसान कर सकदा है मैनू इहदा पता होना चाहीदा सी। जेल अधिकारी मेरे नाल नरमी वरतदे रहे, मैं लाचड़दा रहा, चिड़ियां दे खेत चुगण बाद हुण पछताउण दा की फायदा, गलती कीती है नतीजे लई तैयार रहे। सोच सोच हाकम दा सिर फटन लगा, वह समझ रहा सी चिंता ते उनिंदरा होण कारण उहदा कोई भी नुकसान हो सकता है, दिमाग दा तवाजन तक हिल सकता है। इस गंभीर समस्या दा इक्को हल सी किवें ना किवें कुछ घंटियां लई सुत्ता जावे। सौण दा इक्को हल सी नींद वालियां गोलियां, गोलियां कंपाउंडर कोलों मिलनियां सी, वह हथ पला नहीं सी फड़ा रहा, कदे कहिंदा सी नींद वालियां गोलियां खत्म हन, कदे कहिंदा दवाई डॉक्टर दे लिखण ते ही मिल सकदी है, बाहरों महंगे मुल ते गोलियां मंगवाउण लई ना हाकम कंपाउंडर नूं आख सकदा सी ना कंपाउंडर ने उहदा अखां मनणा सी। एक होर ना सुन के मन नूं होर कष्ट विच नहीं सी पहुंचाना चाहुंदा। पैसे वाले कैदी गोलियां नाल जेबां भरी फिरदे सन, वह इन्हां नूं दाणियां वांग खांदे सन, हाकम नूं सख्त जरूरत दे बावजूद एक गोली भी नसीब नहीं सी हो रही। इह पक्षपात उहदे खून नूं साड़न लगा। वधे गुस्से नूं काबू करन दे इरादे नाल हाकम बिस्तरे उपर लेट गया ते अखां मीट के सौण दा यतन करन लगा। पीलीए दे शिकार नंदू दी सवेर तो हाकम ते अक सी, उहनूं लग रिहा सी जिवें 8 नंबर बिस्तरे ते पिया सरदार उह हाकम सिंह वकील है जिन्हें उहनूं सरकारी खर्चे ते वधिया वकील करवा के दित्ता सी। हाई कोर्ट की दखल अंदाजी कारण नंदू दे फैसले ते रोक लगी हुई सी ते उहदी रिहाई टली हुई सी, फिर भी उहनूं पूरा यकीन सी वकील की मेहनत कारण उहने एक दिन बरी होना ही होना है। नंदू दे शक्की होण ते कई कारण सन, पहलां इह कि हाकम सिंह मुंडा खुंडा सी, इस सरदार की दाढ़ी दे वाल अद्धे तो वध चिट्टे सन, हाकम पतले जुस्से दा सी पर इस वर्गा हड्डियां दा ढांचा नहीं सी। हाकम खुद कैदियां नूं लभ लभ कोल बिठा बिठा उन्हां नाल गल्लां करदा सी, उन्हां दीआं समस्यावां सुलझांदा सी, इस सरदार चुप गुड़प सी, खुद समस्यावां च घिरिया जापदा सी। नंदू होरां नूं दस्सिया गया सी इह साल बाद बरी हो के घर नूं चला गया सी, घर जाके हर कैदी पिछलियां नूं भुल जांदा है, इह रब्बो न्यारा बंदा नहीं सी। जदों कई महीने हाकम उन्हां नूं नज़र ना आया उन्होंने हाकम नूं भुला दिता सी। नंदू यह भी जानता सी हाकम पेशावर मुजरम नहीं सी, दोबारा जुर्म करके उहदी जेल आउण दी कोई संभावना नहीं सी। सवेर तो नंदू इस कैदी का नाम पता जानण दा यतन कर रहा सी, बाकी दे मरीजां नूं उहदे कैदी नंबर का ही पता सी, ना सरदार ने अपने बारे कुछ दस्या सी ना किसी ने उहतों कुछ पुछया सी। नंदू साथी कैदियां दी बेवकूफी ते हैरान होण लगा, हर कैदी किसी ना किसी समस्या च घिरिया सी, नदी उहनां दे वार अगों दी वीर वह रही सी ते उह प्यासे खड़े सन। अंतड़ियां दे रोगी पहाड़िए नूं उन्ना दुख अपनी बीमारी दा नहीं सी जिन्ना आखरी साह ते पई अपनी पत्नी दी आखरी इच्छा पूरी ना कर सकण दा सी। 6 महीने तो उहदी पत्नी कैंसर नाल जूझ रही सी, डाक्टर ने जवाब दे के उहनूं घर लिजा के सेवा करन दी सलाह दित्ती सी। नीं बहोशी च पए पहाड़िए दी पत्नी सारा दिन बुड़ाउंदी रहिंदी सी, मेरी जान पती दी गोद च निकलेगी, मेरे पती नूं बुलाओ। पहाड़िया कई बार छुट्टी की दरखास्त दे चुका सी, नाल डॉक्टर दे दित्ते सर्टिफिकेट नत्थी कर चुका सी, डिप्टी उहदी अर्जी ते सप बन के बैठ गया सी, कहिंदा सी बीमारी झूठी है सर्टिफिकेट भी तू पखंड कर रहे, घर जाके बच्चे पैदा करने लई तड़प रहे। नंदू पहाड़िए दा हौसला वधाउण लगा, जे कोई नंबर 808 हाकम होया तां तू अपनी दरखास्त मंजूर हुई समझ, वकील कुछ भी करे तैनूं छुट्टी दवा के रो। दमे दा रोगी बंगाली बहुता पढ़िया लिखिया नहीं सी, सख्त मेहनत करके ते गऊ वांग साऊ बन के उहने ढेर सारियां माफियां कमाईयां सन। उहदा पिंड बहुत दूर सी, सज़ा होण तों लैके अज तक कोई एक वार भी छुट्टी नहीं सी गया।
ਬੰਗਾਲੀ ਨੇ ਜਿੰਨਾ ਕੁ ਮੋਟਾ ਮੋਟਾ ਹਿਸਾਬ ਲਾਇਆ ਸੀ ਉਸ ਅਨੁਸਾਰ ਉਹਦੀ ਰਿਹਾਈ 2 ਮਹੀਨੇ ਪਹਿਲਾਂ ਹੋ ਜਾਣੀ ਚਾਹੀਦੀ ਸੀ। ਉਹ ਸਹਾਇਕ ਦਰੋਗੇ ਅੱਗੇ ਕਈ ਵਾਰ ਹਿਸਾਬ ਕਰਨ ਦੀ ਅਰਜ਼ ਕਰ ਚੁੱਕਾ ਸੀ। ਦਰੋਗਾ ਇਸ ਕੰਮ ਲਈ 500 ਰੁਪਇਆ ਮੰਗਦਾ ਸੀ। ਇੰਨੀ ਰਕਮ ਉਸ ਕੋਲ ਹੈ ਨਹੀਂ ਸੀ, ਇਸੇ ਕਾਰਨ ਉਹਦੀ ਰਿਹਾਈ ਰੁਕੀ ਸੀ। ਨੰਦੂ ਨੇ ਉਹਨੂੰ ਵੀ ਹੌਸਲਾ ਦਿੱਤਾ, ਵਕੀਲ ਸੱਤਾਂ ਪੱਤਣਾਂ ਦਾ ਤਾਰੂ ਹੈ, ਝੱਟ ਹਿਸਾਬ ਲਾ ਕੇ ਤੈਨੂੰ ਰਿਹਾਅ ਕਰਾ ਦੇਗਾ। ਭਾਲੂ TB ਦਾ ਮਰੀਜ਼ ਸੀ, ਉਹਦੀ ਬਿਮਾਰੀ ਬਹੁਤ ਵਧੀ ਸੀ। ਲਾਗ ਦੀ ਬਿਮਾਰੀ ਦੇ ਦੂਜਿਆਂ ਨੂੰ ਲੱਗਣ ਦਾ ਖਤਰਾ ਸੀ। ਡਾਕਟਰ ਉਹਨੂੰ ਕਈ ਵਾਰ ਆਖ ਚੁੱਕਾ ਸੀ ਵਧੀਆ ਇਲਾਜ ਲਈ ਤੈਨੂੰ TB ਹਸਪਤਾਲ ਭੇਜਣਾ, ਪਰ ਕਾਰਵਾਈ ਗੱਲਾਂ ਬਾਤਾਂ ਤੋਂ ਅੱਗੇ ਨਹੀਂ ਵੱਧ ਰਹੀ। ਭਾਲੂ ਸਵੇਰੇ ਸ਼ਾਮ ਡਾਕਟਰ ਦੇ ਹਾੜੇ ਕੱਢਦਾ, ਉਹ ਕਰਦਿਆਂ ਕਰਦਿਆਂ ਆ ਕੇ ਢਾਲ ਰਿਹਾ ਸੀ। ਨੰਦੂ ਨੂੰ ਉਹਨਾਂ ਚਿਰ ਚੈਨ ਨਾ ਆਇਆ ਜਿੰਨਾ ਚਿਰ ਉਹਨੇ ਕੰਪਾਊਂਡਰ ਦੀ ਚਾਪਲੂਸੀ ਕਰਕੇ ਕੈਦੀ ਨੰਬਰ 808 ਦਾ ਨਾਂ ਪਤਾ ਨਾ ਪੁੱਛ ਲਿਆ। ਫਿਰ ਖੁਸ਼ੀ ਖੁਸ਼ੀ ਪਹਾੜੀਏ ਬੰਗਾਲੀ ਅਤੇ ਭਾਲੂ ਨੂੰ ਲੈ ਕੇ ਉਹ ਹਾਕਮ ਦੁਆਲੇ ਹੋ ਗਿਆ। ਨੰਦੂ ਨੇ ਜਦੋਂ ਹਾਕਮ ਨੂੰ ਝੰਜੋੜਿਆ, ਉਸ ਸਮੇਂ ਉਹ ਰੁਲਦੂ ਕੈਦੀ ਬਾਰੇ ਸੋਚ ਰਿਹਾ ਸੀ। ਰੁਲਦੂ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਕਿਸੇ ਨੂੰ ਨਹੀਂ ਸੀ ਪਤਾ। ਬਸ ਇੰਨਾ ਪਤਾ ਹੈ ਕਿ ਉਹ ਇੱਕ ਕਤਲ ਕੇਸ 'ਚ ਸਜ਼ਾ ਭੁਗਤ ਰਿਹਾ। ਕਿੰਨੀ ਸਜ਼ਾ ਭੁਗਤ ਚੁੱਕਾ ਹੈ, ਕਿੰਨੀ ਬਾਕੀ ਹੈ, ਕਿਸੇ ਨੂੰ ਇਹ ਵੀ ਨਹੀਂ ਸੀ ਪਤਾ। ਹਰ ਕੈਦੀ ਇਹੋ ਕਹਿੰਦਾ, ਮੇਰੇ ਜੇਲ੍ਹ ਆਉਣ 'ਤੇ ਪਹਿਲਾਂ ਦਾ ਰੁਲਦੂ ਇੱਥੇ ਹੈ। ਸਾਊ ਸੁਭਾਅ ਹੋਣ ਕਾਰਨ ਲੋਕ ਉਹਨੂੰ ਦਰਵੇਸ਼ ਆਖਦੇ ਹਨ। ਰਹਿਮ ਕਰਨੇ ਜੇਲ੍ਹ ਪ੍ਰਸ਼ਾਸਨ ਨੇ ਉਹਦੀ ਮੁਸ਼ਕਤ ਮਾਫ਼ ਕੀਤੀ ਹੋਈ ਹੈ। ਉਹਦੇ ਇੱਧਰ ਉੱਧਰ ਜਾਣ 'ਤੇ ਕੋਈ ਪਾਬੰਦੀ ਨਹੀਂ, ਉਹ ਜਿੱਥੇ ਮਰਜ਼ੀ ਆ ਜਾ ਸਕਦਾ ਹੈ। ਬਹੁਤਾ ਸਮਾਂ ਹਸਪਤਾਲ ਹੀ ਰਹਿੰਦਾ ਹੈ, ਕਦੇ ਚੁੱਪ ਗੜੁੱਪ ਰਹਿੰਦਾ ਹੈ, ਕਦੇ ਕੈਦੀਆਂ ਨਾਲ ਗੱਲਾਂ ਲੱਗ ਜਾਂਦਾ ਹੈ, ਕਦੇ ਉਹ ਵਕੀਲਾਂ ਨੂੰ ਗਾਲਾਂ ਕੱਢਦਾ ਹੈ, ਕਦੇ ਜੱਜ ਨੂੰ, ਕਦੇ ਗਵਾਹਾਂ ਨੂੰ, ਕਦੇ ਆਪਣੇ ਧੀਆਂ ਪੁੱਤਾਂ ਨੂੰ। ਲੋਕ ਆਖਦੇ ਹਨ ਉਹਦੇ ਧੀਆਂ ਪੁੱਤਾਂ ਨੇ ਉਹਦੇ ਕੇਸ ਦੀ ਪੈਰਵੀ ਨਹੀਂ ਕੀਤੀ, ਨਾ ਕਦੇ ਉਹਦੀ ਮੁਲਾਕਾਤ ਲਈ ਆਏ ਹਨ। ਉਹ ਜੇਲ੍ਹ ਨੂੰ ਹੀ ਆਪਣਾ ਘਰ ਸਮਝੀ ਬੈਠਾ। ਲੋਕ ਉਹਨੂੰ ਦਰਵੇਸ਼ ਆਖਣ ਜਾਂ ਭਗਤ ਹਾਕਮ ਉਹਨੂੰ ਤਣਾਅ ਕਾਰਨ ਦਿਮਾਗੀ ਤਵਾਜਣ ਗੁਆਈ ਬੈਠਾ ਨੀਂਦ ਪਾਗਲ ਸਮਝਦਾ। ਇਸ ਲਈ ਸੌਣ ਲਈ ਉਹਨੂੰ ਨੀਂਦ ਵਾਲੀਆਂ ਗੋਲੀਆਂ ਦੀ ਲੋੜ ਪੈਂਦੀ ਹੈ। ਜਦੋਂ ਗੋਲੀ ਭੀਖ 'ਚ ਮਿਲ ਜਾਂਦੀ ਹੈ ਉਦੋਂ ਸੌਂ ਜਾਂਦਾ ਹੈ, ਨਹੀਂ ਕਈ ਕਈ ਰਾਤਾਂ ਜਾਗਦਾ ਰਹਿੰਦਾ ਹੈ। ਜਦੋਂ ਬਿਮਾਰੀ ਵੱਧ ਜਾਂਦੀ ਹੈ ਤਾਂ ਨੀਂਦ ਦਾ ਟੀਕਾ ਲਾ ਕੇ ਡਾਕਟਰ ਨੂੰ ਸੁਆ ਦਿੰਦਾ। ਕੱਲ੍ਹ ਹਾਕਮ ਨੂੰ ਸ਼ਾਮ ਲਾਲ ਨੇ ਦੱਸਿਆ ਸੀ ਡਾਕਟਰ ਨੂੰ ਉਹਨੂੰ ਮੁਫ਼ਤ ਵਿੱਚ ਟੀਕਾ ਲਾਉਣ 'ਚ ਦਿੱਕਤ ਪੇਸ਼ ਆ ਰਹੀ ਹੈ, ਪਾਗਲ ਘੋਸ਼ਿਤ ਕਰਕੇ ਉਹਨੂੰ ਜਲਦੀ ਚੱਕੀ ਬੰਦ ਕੀਤਾ ਜਾ ਰਿਹਾ। ਰੁਲਦੂ ਦੇ ਚੱਕੀ ਬੰਦ ਹੋਣ ਦਾ ਮਤਲਬ ਸੀ ਮੌਤ ਨੂੰ ਸੱਦਾ। ਉੱਥੇ ਪਏ ਦਾ ਨਾ ਕਿਸੇ ਨੇ ਇਲਾਜ ਕਰਾਉਣਾ ਸੀ, ਨਾ ਕਿਸੇ ਨੇ ਉਹਨੂੰ ਛੁਡਾਉਣਾ ਸੀ। ਦਿਨਾਂ 'ਚ ਉਹਦੇ ਸਰੀਰ ਨੇ ਖੁਰ ਜਾਣਾ ਸੀ ਅਤੇ ਅੰਦਰਲੇ ਪੰਖੇਰੂ ਨੇ ਉੱਡ ਜਾਣਾ ਸੀ। ਹਾਕਮ ਨੂੰ ਲੱਗ ਰਿਹਾ ਸੀ ਉਸ ਨਾਲ ਵੀ ਇੰਜਲ ਹੋਣ ਵਾਲਾ ਹੈ, ਸ਼ਾਇਦ ਉਹ ਨੀਂਦਰਾ ਹੋਣ ਕਾਰਨ ਉਹਨੂੰ ਵੀ ਟੀਕਾ ਲਾ ਕੇ ਸੁਆਇਆ ਜਾ ਸਕਦਾ। ਕੋਈ ਉਹਨੂੰ ਵਕੀਲ ਸਾਹਿਬ ਆ ਕੇ ਝੰਝੋੜ ਰਿਹਾ ਸੀ। ਵਕੀਲ ਸ਼ਬਦ ਉਹਨੇ ਕਈ ਸਾਲਾਂ ਬਾਅਦ ਸੁਣਿਆ ਸੀ। ਪਹਿਲਾਂ ਉਹਨੂੰ ਲੱਗਾ ਉਹਨੂੰ ਭੁਲੇਖਾ ਪਿਆ, ਫਿਰ ਉਹ ਤਰਭ ਕੇ ਉੱਠਿਆ, ਉਹਨੂੰ ਲੱਗਾ ਰੁਲਦੂ ਦੇ ਨਾਲ ਨਾਲ ਉਹਨੂੰ ਵੀ ਚੱਕੀ ਬੰਦ ਕਰਨ ਲਈ ਉਠਾਇਆ ਜਾ ਰਿਹਾ। ਹਾਂ ਅੱਬੜਵਾ ਉੱਠੇ, ਹਾਕਮ ਦੇ ਮੂੰਹੋਂ ਇੰਨਾ ਹੀ ਨਿਕਲਿਆ, ਮੈਂ ਨੰਦੂ ਹਾਂ, ਕਈ ਸਾਲ ਪਹਿਲਾਂ ਤੁਸੀਂ ਮੇਰੀ ਬਹੁਤ ਮਦਦ ਕੀਤੀ ਸੀ, ਮੈਂ ਬਰੀ ਹੋਣ ਵਾਲਾ, ਇਹ ਮੇਰੇ ਦੋਸਤ ਹਨ, ਇਹਨਾਂ ਨੇ ਤੁਹਾਡੀ ਮਦਦ ਦੀ ਸਖ਼ਤ ਜ਼ਰੂਰਤ ਹੈ। ਨੰਦੂ ਨੇ ਝਟਪਟ 3 ਸਮੱਸਿਆਵਾਂ ਹਾਕਮ ਅੱਗੇ ਰੱਖ ਦਿੱਤੀਆਂ। ਇਹ ਪਹਿਲੀ ਵਾਰ ਸੀ ਜਦੋਂ ਹਾਕਮ ਨੂੰ ਆਪਣੇ ਵਕੀਲ ਹੋਣ 'ਤੇ ਚਿੜ ਚੜੀ ਸੀ। ਇਸੇ ਵਕਾਲਤ ਦੇ ਨਸ਼ੇ ਨੇ ਉਹਨੂੰ ਇਸ ਨੌਬਤ ਤੱਕ ਪਹੁੰਚਾਇਆ ਸੀ। ਇਹਨਾਂ ਲੋਕਾਂ ਨੇ ਕੰਮ ਕਢਵਾ ਕੇ ਪਾਸਾ ਵੱਟ ਜਾਣਾ, ਪਿੱਛੇ ਕੰਡੇ ਮੈਨੂੰ ਚੁਗਣੇ ਪੈਣੇ ਆ, ਸੋਚਦੇ ਹਾਕਮ ਨੇ ਅੱਗ 'ਚ ਹੱਥ ਪਾਉਣ ਤੋਂ ਗੁਰੇਜ਼ ਕਰਨਾ ਹੀ ਠੀਕ ਸਮਝਿਆ। ਮੈਂ ਕੀ ਕਰਾਂ, ਆਪ ਜਾ ਕੇ ਦਰੋਗੇ ਦੇ ਢਿੱਡ 'ਚ ਟੱਕਰ ਮਾਰੋ। ਨੰਦੂ ਹੋਰੇ ਮੂੰਹ ਲਟਕਾ ਕੇ ਚਲੇ ਗਏ, ਅੱਖਾਂ ਮਿੱਟੀ ਪਿਆ ਹਾਕਮ ਆਪਣੇ ਰਵੱਈਏ ਦਾ ਮੁਲਾਂਕਣ ਕਰਨ ਲੱਗਾ। ਪਹਿਲੇ ਹੱਲੇ ਹਾਕਮ ਨੂੰ ਆਪਣਾ ਫੈਸਲਾ ਠੀਕ ਲੱਗਾ। ਜਦ ਲੋੜ ਸਮੇਂ ਕੈਦੀ ਉਸ ਨਾਲ ਨਹੀਂ ਖੜਦੇ, ਉਹ ਉਹਨਾਂ ਲਈ ਕਿਉਂ ਮਰੇ? ਥੋੜ੍ਹੀ ਦੇਰ ਬਾਅਦ ਉਹਦੀ ਸੋਚ ਪਲਟਾ ਖਾਣ ਲੱਗੇ, ਉਹਨੂੰ ਆਪਣੇ ਰੁੱਖੇ ਰਵੱਈਏ 'ਤੇ ਅਫਸੋਸ ਹੋਣ ਲੱਗਾ। ਮੈਂ ਇੰਨੇ ਕੌੜੇ ਬੋਲ ਕਿਸ ਤਰ੍ਹਾਂ ਬੋਲ ਪਿਆ? ਫਿਰ ਉਹ ਆਪਣੇ ਅੰਦਰ ਪੈਦਾ ਹੋਈ ਇਸ ਕੜਵਾਹਟ ਦੇ ਬੀਜ ਲੱਭਣ ਲੱਗ ਪਿਆ। ਤੁਹਾਡੀ ਛੁੱਟੀ ਦੇ ਕਾਗਜ਼ ਤਿਆਰ ਹੋ ਚੁੱਕੇ ਹਨ, ਡਾਕਟਰ ਉੱਧਰ ਉੱਪਰ ਗਿਆ ਹੈ, ਆਉਂਦਾ ਹੋਇਆ ਦਸਖਤ ਕਰੇਗਾ। ਹਾਕਮ ਦੇ ਖਿਆਲਾਂ ਦੀ ਲੜੀ ਨੂੰ ਸ਼ਾਮ ਲਾਲ ਨੇ ਤੋੜਿਆ, ਬਿਨਾਂ ਠੀਕ ਹੋਇਆ ਛੁੱਟੀ? ਡਾਕਟਰ ਦੇ ਰਵੱਈਏ 'ਤੇ ਹਾਕਮ ਨੂੰ ਚਿੜ ਚੜਨ ਲੱਗੇ। ਇੱਕ ਵਾਰ ਦਿਲ ਕੀਤਾ ਉੱਪਰ ਜਾ ਕੇ ਡਾਕਟਰ ਨਾਲ ਗੱਲ ਕਰੇ, ਫਿਰ ਉਹ ਰੁੱਕ ਗਿਆ, ਹੇਠ ਹੀ ਠੀਕ ਰਹੇਗਾ। ਉਹ ਟਿਕ ਟਿਕੀ ਲਾ ਕੇ ਪੌੜੀਆਂ ਵੱਲ ਤੱਕਣ ਲੱਗਾ, ਡਾਕਟਰ ਦੇ ਹੇਠਾਂ ਉਤਰਨ ਦਾ ਇੰਤਜ਼ਾਰ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਕੰਪਾਊਂਡਰ ਨਾਲ ਗੱਲਾਂ ਮਾਰਦਾ ਡਾਕਟਰ ਹੇਠਾਂ ਉਤਰਿਆ। ਵਾਰਡ ਵਿੱਚ ਗੇੜਾ ਮਾਰ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਦੀ ਥਾਂ ਉਹ ਸਿੱਧਾ ਆਪਣੇ ਦਫ਼ਤਰ ਜਾ ਵੜਿਆ। ਪਿੱਛੇ ਹਾਕਮ ਚਲਾ ਗਿਆ। ਠੀਕ ਹੈ ਨਾ ਹਾਕਮ ਸਿਆ, ਮੇਜ਼ 'ਤੇ ਪਏ ਕਾਗਜ਼ ਪੱਤਰ ਆਪਣੇ ਵੱਲ ਖਿੱਚਦਿਆਂ ਡਾਕਟਰ ਨੇ ਪੁੱਛਿਆ, ਬਿਨਾਂ ਇਲਾਜ ਦੇ ਕੋਈ ਠੀਕ ਕਿਸ ਤਰ੍ਹਾਂ ਹੋ ਸਕਦਾ? ਕਿਸੇ ਨੇ ਮੇਰੀ ਪੱਟੀ ਤੱਕ ਤਾਂ ਬਦਲੀ ਨਹੀਂ, ਮੇਰੇ ਜ਼ਖਮਾਂ 'ਚ ਪਸ ਪੈ ਚੁੱਕੀ ਆ, ਦੇਖੋ। ਆਖਦੇ ਹਾਕਮ ਨੇ ਪੱਟੀਆਂ ਖੋਲ੍ਹ ਖੋਲ੍ਹ ਹੇਠ ਸੁੱਟਣੀਆਂ ਸ਼ੁਰੂ ਕਰਤੀਆਂ। ਰੱਸੀ ਜਲ ਗਈ ਪਰ ਵੱਟ ਨਹੀਂ ਗਿਆ। ਕਮਰੇ 'ਚ ਪੈਂਦੇ ਗੰਦ ਤੋਂ ਚਿੜੇ ਡਾਕਟਰ ਨੇ ਮਨ 'ਚ ਬੁੜਬੁੜ ਕੀਤੀ,
ये तेरा वहम है। कंपाउंडर की रिपोर्ट अनुसार तू बिल्कुल ठीक है, मैं तेन छुट्टी कर रहा। छुट्टी वाली कोई गल नहीं, फिर भी किन्ने दिन दे आराम की सिफारिश की है। तेरे वर्गे योधे छोटे मोटे जख्मां तो नहीं डरते, दलेरी नाल मोर्चे ते डटे रहिंदे ने। मशक्कत हो ना भज, मैं अपने फर्जा चंगी तरह जानना, तुसी लोग ही अपने फर्ज नहीं निभा रहे। मैनू जान बुझ के तंग किया जा रहा है, हाकम दे बोल तख तलक होण लगे। तू भी तो सानू बंझ ते टंग रखे है, भजद्या नू बाण इको जे हुंदे है। डॉक्टर भी उसे अंदाज अख्तियार करन लगा। मैं की कीता, रंगे हथी चोरी करदे फड़े जाण वाले वांग छिथा पैंदा हाकम बड़बड़ा। तू की कीता है ते की नहीं कीता, ये तैनू पता है ते सानू भी। आपां इस बेस्ट ना पईए, अपना दवाइयां वाला लफाफा चुक ते इत्थे दस्खत कर बस। आखदे डॉक्टर ने रजिस्टर हाकम वल वधाया। मैं जदों ठीक नहीं होया मैं इत्थे दस्खत क्यों करा, धक्के नाल तुसीं जो मर्जी करो। तैश च आए हाकम ने रजिस्टर डॉक्टर वल धक्किया। खिचा ताणी च रजिस्टर कलमदान च लगा, रजिस्टर दे नाल कलमदान भी जमीन ते डिग पिया। टुटे कच का खड़का दूर तक सुनाई दिता। दिखता नहीं 100 रुपए का नुकसान करता, हाकम नूं बाहों फड़ के धूंदा। कंपाउंडर भी मन की भड़ास कढ़न लगा। मैनूं सब दिखता है, तुसीं अन्ने होए हो। हाकम की सुरुचि होण लगी। बाहों फड़े जाण ते बेइज्जत महसूस करदे हाकम ने झटका मार के कंपाउंडर कोलों बाह छुड़ा ली। अचानक पए धक्के कारण कंपाउंडर डिगदा डिगदा मसां बचिया। डॉक्टर के कमरे च हुंदे झगड़े की आवाज़ सुन के मरीज कमरे अगे जुड़न लगे। टीका लिया, हाकम के चढ़े तेवर देख के डॉक्टर ने कंपाउंडर नूं इशारा किया। मैं पागल नहीं हाँ, बिल्कुल ठीक हाँ, मैनू किसी टीके की जरूरत नहीं। तुसी उत्तेजित हो गए वकील साहब, तुहानू आराम की जरूरत है। आखदा डॉक्टर हाकम की बाँह नंगी करन लगा। मैं टीका नहीं लगाना। टीके का विरोध करदे हाकम ने बाँह छुड़ा ली। कंपाउंडर के हथों सरिंज छुट गई, शीशी जमीन से डिग के टुट गई। इन्हें इंज टीका नहीं लगवाना, इस पागल नू काबू करो। डॉक्टर ने कमरे च दाखिल हो चुके मरीज कैदियों नू हुक्म दिता। हाकम कैदियों के काबू तो बाहर होने लगा। हाकम के विरोध में भाव के डॉक्टर ने खतरे वाला हूटर बजाता। गश्त करते गार्ड झट हस्पताल हाजिर हो गए। सुरक्षा गार्डा वालों हाकम को काबू किया गया, फिर जबरी वो टीका जड़िया गया। मिनटां च हाकम के तेवर ढिले पै गए। हाकम को वो बिस्तर वाल तोर के डॉक्टर अपनी कुर्सी पर आ बैठा। कैदी वालों जेल अधिकारी हथों पाई कर इस जुर्म बदले करड़ी सजा देने लिए केस तैयार कर लगा। अंग 55। नशे के टीके कारण हाकम नूं कुछ घंटे गूढ़ी नींद आई। गूढ़ी नींद कारण डाढ़ी राहत महसूस हुई। अख खुलदियां नूं सजा वाला फरला फड़ा दिता गया। देर रात तक डॉक्टर के दफ्तर बैठा सुपरडेंट पड़ताल करता रहा। वार्ड च दाखिल हर मरीज ने डॉक्टर के बयान की तईद की सी। कई ने कोलों लूण मिर्च भी लाया सी। हाकम कहिंदा डॉक्टर जानबूझ के मरीजों का सही इलाज नहीं करता, दवाइया हड़प जांदा है। इहदी शिकायत करो, हड़ताल करो, धरने मारो, जे फिर भी सुनवाई ना होवे तां हथों पाई करो। अज उदाहरण बनदिया पहला उन्हें डॉक्टर के गलमे नूं हथ पाया, फिर गला घुटन का यतन किया। गवाहां दे बयान के आधार से सुपरडेंट ने सिट्टा कढ़िया। हाकम बागी तबीयत का बंदा है, सरकार ते सरकारी मुलाजमान विरुद्ध अग उगलता रहिंदा। कैदियों दंगे करने लई भड़कांदा, बेनामी शिकायतां करदा। पहलां कई बार ताड़ना हुई है, उसते कोई असर नहीं हुंदा। अज दा मंदभागा कारनामा इहदा सबूत है। सीधे राह पाउण लई इहनूं सख्त सज़ा देनी जरूरी है। सारे पणे विचार के डॉक्टर नूं ने हुक्म सुनाया, कैदी नंबर 808 नूं 10 दिन लई तनहाई चक्की च बंद किया जाए। हुक्म पढ़ के हाकम मुड़ चिंतावां वाले खड्डे च जा डिगा। सज़ा का हर पक्ष गैर कानूनी सी, कैदी नूं अपना पक्ष पेश करन दा मौका नहीं सी दित्ता गया। सज़ा लागू करन तो पहला जिला मजिस्ट्रेट जां सैशन जज की मंजूरी लैनी जरूरी सी, और नहीं सी लई गई। हुक्म नूं चुनौती देनी बनदी सी, पर इहदा फायदा होण वाला नहीं सी। सुपरडेंट ने अपने फैसले नूं ना अगे पाउणा सी ना रद्द करना सी। जिला मजिस्ट्रेट कोल कीती अपील सुपरडेंट राही जाणी सी। कुछ दिन इन्हां जानबुझ के लेट भेजणी सी, अगों जिला मजिस्ट्रेट किहड़ा वेला बैठा होएगा। उहदे सुनवाई शुरू करन तो पहला सज़ा खत्म हो चुकी होएगी। हाकम नूं चुप करन च भला लगा। मनोविज्ञानी सदियां तो दुहाई पा रहे हैं, कुदरत ने मनुख नूं एक समाजिक प्राणी के तौर पर विकसित किया है। तनहाई मनुख के शरीर मन ते दिमाग नूं तहस नहस कर देती है। कैदी नूं तनहाई च रखना गैर कुदरती ते गैर मनुखी है। यह अत्याचार खत्म होना चाहिए है। उच्च अदालतां इस विचार नाल सहमत हैं, इस सज़ा की इजाजत देंदियां हैं, पर बहुत ही असुखावियां परिस्थितियां च नाल भी पाबंदियां लाउंदियां हन। सज़ा उन्नी दिओ जिनी जरूरी है। कैदी नूं साथियां नाल गलबात भावें ना करन दिओ,
पर रखो अखां दे सामने, समय समय कैदी की मानसिक ते शरीरक स्थिति की डॉक्टर कोलों पड़ताल करो। हाकम नूं पता सी इह गल्लां किताबी हन, एक भी हदायत की पालना नहीं होनी। हाकम नूं इह भी पता सी होई बेइंसाफी ते चारे पासे छाए मौत वर्गे सन्नाटे कारण कैदी पहले दिन टुटना शुरू हो जांदा है। 10 दिन इकले रह के बहुते कैदी पागल हो जाते हैं, जो बचते हैं उम्र भर लिए आ रहे हो जाते हैं। हाकम के मन नाल फैसला किया, इस संकट का टाकरा मैं बहादुरी नाल करांगा। हाकम नूं कुछ नुकत्यां दा पता सी, उन्हां सहारे ध्रुव भगत वांग बलदी चिता च बैठ के भी सबूता बाहर निकलिया जा सकता है। उन्हां नुकत्यां नूं दोहराण लगा, मैं खूब पढ़ांगा, खूब लिखांगा, नाले समा बीतदा रहेगा, नाले मन की पढ़ास निकलती रहेगी। योधे सूरवीरां दे कारनामे याद करांगा, दब के वर्जिश करांगा, शरीर नूं पूरी तरह थकावांगा, फिर रज के सौवांगा। इंज जेल अधिकारियां दी मनोकामना पूरी होण नहीं देवांगा। धड़कदे दिल नाल हाकम अपनी कबर वल वधण लगा। इस बैरक च 8 कोठड़ियां सन। बैरक च पैर धरदियां एक पागल की चीख ने उहदा स्वागत किया। पागल कैदी नूं पहली चक्की च क्यों बंद किया गया, हाकम झट समझ गया। मैं इन्हां बंदर भपकियां तों डरन वाला नहीं, सोचदा हाकम एक नंबर चक्की तों निकलण लगा। हाकम नूं पता सी इस जेल च 3 अजिहे कैदी बंद हन जिन्हां नूं झूठे दोषां च लंबियां सजावां होईयां हन। रिहाई दियां सारियां आसां मुका के मौत उडीक रहे हन। उन्हां चों एक पाकिस्तानी फौज का उच्च अधिकारी सी, अपने सूत्रां नाल संपर्क कायम करने इधर आया सी। कई साल फौज के तसीहा घरां च रहा, जद उस विचों सब कुछ निचड़ गया उन्हों इस जेल च सुटता गया। इधरली सरकार उन्हों सरहदों पार छड़ना चाहती सी, उधरली सरकार उन्हों अपने शहरी नहीं सी मानती। इसे खिचोतान च 20 साल लंघ गए। अपने सरकार के व्यवहार तो चिड़दा अफसर दिमागी तवाजन खो बैठा। जो उन्हों पागलपन का दौरा पैंदा है वो अपनी सरकार नूं गालां कढ़न लगता है। कैदी किस नूं गालां कढ़ रहा सी, हाकम समझण दा यतन करन लगा। ये पागल हड्डियां दा ढांचा जिहा सी, सिर च जूआं पै जांदियां होणगियां, इसलिए उहदी दाढ़ी केस मुन्ने सन। तैश च आ के वह कपड़े पाड़ दिंदा होएगा, इसलिए वह नंग धड़ंगा सी। जाबां बाहर निकलियां सन, अखां अंदर धसियां सन, गला बैठा होया सी। उहदी कोठड़ी रूड़ी बनी सी, रोटी के टुकड़े इधर उधर खिंडे सन। जापदा सी कैदी नूं टट्टी पेशाब करन दी जाच नहीं सी, इसलिए सारा शरीर टट्टी पेशाब नाल लिबड़िया होया सी। ਇਹ ਫੌਜੀ ਨਹੀਂ ਹੋ ਸਕਦਾ, ਯੋਧੇ ਇਸ ਹੱਦ ਤੱਕ ਹੌਸਲਾ ਨਹੀਂ ਹਾਰਦੇ, ਉਹਨਾਂ ਨੂੰ ਮਰਨ ਤੱਕ ਜੂਝਣਾ ਆਉਂਦਾ। ਹਾਕਮ ਮਨੀ ਮਨ ਨੂੰ ਵਾਧੇ ਘਾਟੇ ਕਰਨ ਲੱਗਾ, ਫਿਰ ਇਹ ਨੰਦ ਸਿੰਘ ਹੋਏਗਾ। ਨੰਦ ਅਤੇ ਉਹਦੇ ਮੁੰਡੇ ਉੱਪਰ 30 ਕਤਲ ਦਾ ਦੋਸ਼ ਹੈ। ਉਹਦਾ ਸ਼ਰੀਕਾਂ ਨਾਲ ਜ਼ਮੀਨ ਦਾ ਝਗੜਾ ਚੱਲਦਾ ਸੀ। ਨੰਦ ਕੋਲ ਜ਼ਮੀਨ ਜਾਇਦਾਦ ਬਹੁਤ ਸੀ, ਪੁੱਤ ਇੱਕ ਸੀ, ਇਸ ਲਈ ਉਹ ਲੜਾਈ ਝਗੜੇ ਤੋਂ ਡਰਦਾ ਸੀ। ਆਪਣਾ ਹੱਕ ਹਾਸਲ ਕਰਨ ਲਈ ਉਹਨੇ ਕਾਨੂੰਨੀ ਲੜਾਈ ਲੜੀ ਸੀ। ਸ਼ਰੀਕਾਂ ਨੂੰ ਉਹਦਾ ਅਮਨ ਪਸੰਦ ਹੋਣਾ ਪਸੰਦ ਨਹੀਂ ਸੀ। ਜਦੋਂ ਸ਼ਰੀਕਾਂ ਦੀ ਸੁਪਰੀਮ ਕੋਰਟ ਤੱਕ ਵਾਹ ਨਾ ਚੱਲੀ ਅਤੇ ਨੌਬਤ ਕਬਜ਼ਾ ਛੱਡਣ ਤੱਕ ਆ ਗਈ, ਉਹ ਜੰਗਲੀ ਪੁਣੇ 'ਤੇ ਉੱਤਰ ਆਏ। ਇਕੱਲਾ ਸਮਝ ਕੇ ਉਹਨਾਂ ਨੇ ਮੁੰਡੇ ਨੂੰ ਖਿੱਚ ਘੇਰ ਲਿਆ। ਜੇ ਆਨੰਦ ਬੰਦੂਕ ਨਾ ਚੁੱਕਦਾ, ਉਹਦੇ ਸ਼ਰੀਕ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੀ ਅੱਖ ਦਾ ਤਾਰਾ ਬੁਝਾ ਦਿੰਦੇ। ਕਤਲ ਆਨੰਦ ਲਾਲ ਨੇ ਕੀਤੇ, ਵਕੀਲਾਂ ਦੀ ਸਲਾਹ 'ਤੇ ਸ਼ਰੀਕਾਂ ਨੇ ਕਹਾਣੀ ਨੂੰ ਨਵਾਂ ਮੋੜ ਦੇ ਦਿੱਤਾ। ਮਰਨ ਵਾਲੇ ਮਰ ਗਏ, ਆਨੰਦ ਦੇ ਮੁੰਡੇ ਨੂੰ ਫਾਂਸੀ ਚੜ੍ਹਾਇਆ ਜਾਵੇ, ਆਨੰਦ ਦੀ ਬਾਕੀ ਜ਼ਿੰਦਗੀ ਨੂੰ ਨਰਕ ਬਣਾਇਆ ਜਾਵੇ। 3 ਕਤਲ ਉਹਨਾਂ ਮੁੰਡੇ ਸਿਰ ਮੜਦੇ। ਨੰਦ ਦਾ ਹੌਸਲਾ ਪਹਿਲੇ ਦਿਨ ਹੀ ਜਵਾਬ ਦੇ ਗਿਆ। ਸ਼ਰੀਕਾਂ ਨੇ ਹੌਸਲਾ ਕਾਇਮ ਰੱਖਿਆ, ਜਿੰਨਾ ਚਿਰ 30 ਕਤਲ ਕਰਨ ਬਦਲੇ ਜ਼ਾਲਮ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਨਾ ਹੋ ਗਈ, ਉਹਨਾਂ ਭੱਜ ਨੱਠ ਜਾਰੀ ਰੱਖੀ। ਮੁੰਡੇ ਦੀ ਘੰਡੀ ਦੇ ਨਾਲ ਹੀ ਨੰਦੂ ਦੇ ਦਿਮਾਗ ਨੂੰ ਝਟਕਾ ਲੱਗ ਗਿਆ। ਸਾਰਾ ਦਿਨ ਕੋਠੜੀ 'ਚ ਪਿਆ ਨੰਦ ਮੁੰਡੇ ਨੂੰ ਆਵਾਜ਼ਾਂ ਮਾਰਦਾ ਜਾਂ ਅੰਨੇ ਕਾਨੂੰਨ ਨੂੰ ਗਾਲਾਂ ਕੱਢਦਾ। ਪਾਗਲ ਕੈਦੀ ਕਿਸ ਨੂੰ ਗਾਲਾਂ ਕੱਢ ਰਿਹਾ, ਹਾਕਮ ਨੂੰ ਇਹ ਸਮਝਣ ਦੀ ਜ਼ਰੂਰਤ ਨਹੀਂ ਸੀ। ਮੇਰੇ ਨਾਲ ਵੀ ਇੰਝ ਹੀ ਹੋਣ ਵਾਲਾ, ਉਹਨੂੰ ਇਹ ਸਮਝ ਆ ਗਈ ਸੀ। ਹਾਕਮ ਨੂੰ 4 ਨੰਬਰ ਕੋਠੜੀ ਮਿਲੀ ਸੀ। ਉਹਦੇ ਪੁੱਜਣ ਤੋਂ ਪਹਿਲਾਂ ਉਹਦਾ ਸਮਾਨ ਉੱਥੇ ਪੁੱਜ ਚੁੱਕਾ ਸੀ। ਦਰੀ, ਕੰਬਲ, ਭਾਂਡੇ ਪੁਰਾਣੇ ਸਨ। ਨਵੀਆਂ ਚੀਜ਼ਾਂ 'ਚ ਇੱਕ ਪਾਣੀ ਵਾਲਾ ਤਪਲਾ ਅਤੇ ਵੇਲੇ ਕੁ ਵੇਲੇ ਹਾਜਤ ਮਿਟਾਉਣ ਲਈ ਚੀਨੀ ਮਿੱਟੀ ਦਾ ਮੇਜ਼ ਵਿੱਚ ਫਿੱਟ ਕੀਤਾ ਕਮੋਡ। ਹਾਕਮ ਨੇ ਸਮਾਨ ਉਲਟ ਪੁਲਟ ਕੇ ਦੇਖਿਆ, ਨਾ ਕਿਤਾਬਾਂ ਲੱਭੀਆਂ, ਨਾ ਕਾਗਜ਼ਾਂ ਵਾਲਾ ਫੱਟਾ। ਇਹਨਾਂ ਗਹਿਰੇ ਮਿੱਤਰਾਂ ਦੀ ਅਣਹੋਂਦ ਕਾਰਨ ਹਾਕਮ ਅੰਦਰ ਨਿਰਾਸ਼ਾ ਦੀ ਲਹਿਰ ਦੌੜਨ ਲੱਗੀ। ਸਖ਼ਤ ਸਜ਼ਾ ਦੇਣ ਅਤੇ ਫਿਰ ਸਜ਼ਾ ਨੂੰ ਸੁਖਾਲਾ ਬਣਾਉਣ ਲਈ ਸਹੂਲਤਾਂ ਵੀ ਦੇਣ, ਜੇਲ੍ਹ ਵਾਲੇ ਇੰਨੇ ਕਮਲੇ ਨਹੀਂ, ਸੋਚਦਾ ਹਾਕਮ ਘੁੰਮ ਫਿਰ ਕੇ ਆਪਣੇ ਨਵੇਂ ਘਰ ਦਾ ਜਾਇਜ਼ਾ ਲੈਣ ਲੱਗਾ। ਅੱਧੋ ਰਾਣਾ ਜਿਹਾ ਇਹ ਕਮਰਾ 8 ਕੁ ਫੁੱਟ ਲੰਬਾ, 6 ਕੁ ਫੁੱਟ ਚੌੜਾ ਸੀ। ਪਿਛਲੇ ਪਾਸੇ ਸਲਾਖਾਂ ਵਾਲੀ ਇੱਕ ਛੋਟੀ ਜਿਹੀ ਤਾਕੀ ਸੀ, ਜਿਸ ਉੱਪਰ ਲੋਹੇ ਦੀ ਮੋਟੀ ਜਾਲੀ ਜੜੀ ਸੀ। ਜਾਲੀ ਉੱਪਰ ਮਿੱਟੀ ਦੀ ਤਹਿ ਜੰਮੀ ਸੀ। ਜੇਲ੍ਹ ਦੀ ਉਸਾਰੀ ਸਮੇਂ ਅੰਤਰਰਾਸ਼ਟਰੀ ਹਦਾਇਤਾਂ ਅਨੁਸਾਰ ਹਵਾ ਅਤੇ ਰੋਸ਼ਨੀ ਲਈ ਇਹ ਤਾਕੀਆਂ ਰੱਖੀਆਂ ਗਈਆਂ ਹੋਣਗੀਆਂ। ਚਲਾਕ ਜੇਲ੍ਹ ਅਧਿਕਾਰੀਆਂ ਨੇ ਨਾਲ ਹੀ ਕੈਦੀਆਂ ਨੂੰ ਇਹਨਾਂ ਸਹੂਲਤਾਂ ਤੋਂ ਵਾਂਝਾ ਕਰਨ ਦਾ ਇੰਤਜ਼ਾਮ ਕਰਤਾ। ਮਿੱਟੀ ਦੀ ਤਹਿ ਨਾ ਅੰਦਰ ਰੋਸ਼ਨੀ ਆਉਣ ਦਿੰਦੀ, ਨਾ ਹਵਾ।
ਤਾਕੀ ਦੇ ਪਿੱਛੇ 3 ਕੁ ਫਿੱਟ ਖਾਲੀ ਥਾਂ ਸੀ। ਉਸਦੇ ਅੱਗੇ ਅਸਮਾਨ ਛੂੰਹਦੀ ਕੰਧ ਸੀ। ਤਾਕੀ ਦੇ ਸਾਹਮਣੇ ਵਾਲੇ ਪਾਸੇ ਲੋਹੇ ਦੀਆਂ ਸਲਾਖਾਂ ਵਾਲਾ ਵੱਡਾ ਗੇਟ ਸੀ। ਗੇਟ ਅੱਗੇ 4 ਫੁੱਟ ਦਾ ਵਰਾਂਡਾ ਸੀ। ਵਰਾਂਡੇ ਦੀ ਛੱਤ ਉੱਪਰ ਲੋਹੇ ਦੇ ਵੱਡੇ ਮਜ਼ਬੂਤ ਜਾਲ ਸਨ। ਇਹਨਾਂ ਸਲਾਖਾਂ ਰਾਹੀਂ ਅਸਮਾਨ ਵੱਲ ਝਾਕਣ ਦੀ ਖੁੱਲ੍ਹ ਸੀ। ਕੋਠੜੀ ਦੀਆਂ ਕੰਧਾਂ ਉੱਪਰ ਕਿਸੇ ਸਮੇਂ ਪਲਸਤਰ ਹੋਇਆ ਹੋਣਾ। ਗੁੱਸੇ 'ਚ ਪਾਗਲ ਹੋਏ ਕੈਦੀਆਂ ਨੇ ਮੁੱਕੇ ਮਾਰ ਮਾਰੋ ਪਲਸਤਰ ਤੋੜਤਾ ਸੀ। ਕੰਧਾਂ ਉੱਪਰ ਦਾਲ ਚਾਹ ਹੱਥਾਂ ਦੀ ਮੈਲ ਦੇ ਨਿਸ਼ਾਨ ਸਨ। ਕਈ ਥਾਈਂ ਲਕੀਰਾਂ, ਤਸਵੀਰਾਂ ਅਤੇ ਹੋਰ ਉੱਟ ਪਟਾਂਗ ਚਿੰਨ ਸਨ। ਫਰਸ਼ ਟੁੱਟੀਆਂ ਭੱਜੀਆਂ ਅਤੇ ਪਿੱਲੀਆਂ ਇੱਟਾਂ ਦਾ ਸੀ। ਕੀੜੀਆਂ ਨੇ ਥਾਂ ਥਾਂ ਖੁੱਡਾਂ ਕਰ ਰੱਖੀਆਂ ਸਨ। ਕੀੜਿਆਂ ਮਕੌੜਿਆਂ ਅਤੇ ਮੱਖੀ ਮੱਛਰਾਂ ਨੂੰ ਘੁੰਮਣ ਫਿਰਨ ਦੀ ਪੂਰੀ ਆਜ਼ਾਦੀ ਸੀ। ਕੈਦੀ ਜੋ ਜੇ ਚਾਹੇ ਮਨ ਦੀ ਪੜਾਸ ਇਹਨਾਂ ਕੋਲ ਕੱਢ ਸਕਦਾ ਸੀ। ਲੱਤਾਂ ਮੋਕਲੀਆਂ ਕਰਨ ਅਤੇ ਤਾਜ਼ਾ ਦਮ ਹੋਣ ਲਈ ਹਾਕਮ ਨੂੰ ਸਵੇਰੇ ਸ਼ਾਮ 1/2 ਘੰਟੇ ਦਾ ਸਮਾਂ ਮਿਲਣਾ ਸੀ। ਅੱਗੋਂ ਪਿੱਛੇ ਕਮੋਡ ਨਾਲ ਕੰਮ ਚਲਾਉਣਾ ਪੈਣਾ ਸੀ। ਕਿਸ ਤਰ੍ਹਾਂ ਲੰਘੇਗਾ ਬਾਕੀ ਦਾ ਸਮਾਂ? ਗੇਟ ਦੀਆਂ ਸਲਾਖਾਂ ਨੂੰ ਹੱਥ ਪਾ ਕੇ ਅਸਮਾਨ ਵੱਲ ਤੱਕਦਾ ਹਾਕਮ ਆਪਣੇ ਆਪ ਨੂੰ ਪੁੱਛਣ ਲੱਗਾ। ਹਾਕਮ ਨੂੰ ਬਚਪਨ ਤੋਂ ਆਕਾਸ਼ ਨਾਲ ਪਿਆਰ ਸੀ। ਕਲਪਨਾ ਦੇ ਘੋੜਿਆਂ 'ਤੇ ਚੜ੍ਹ ਕੇ ਉਹ ਆਕਾਸ਼ ਗੰਗਾਵਾਂ 'ਚ ਗੁਆਚ ਜਾਂਦਾ ਸੀ। ਇਹ ਤੋਹਫ਼ਾ ਉਹਨੂੰ ਉਹਦੇ ਬਾਪੂ ਨੇ ਦਿੱਤਾ ਸੀ। ਕੱਪੜੇ ਸਿਉਣ ਵਾਲੀ ਮਸ਼ੀਨ 'ਤੇ ਬੈਠਾ ਬਾਪੂ ਜਦੋਂ ਥੱਕ ਜਾਂਦਾ ਉਹ ਹਾਕਮ ਨੂੰ ਲੈ ਕੇ ਕੋਠੇ 'ਤੇ ਚੜ੍ਹ ਜਾਂਦਾ। ਕਦੇ ਉਹਨੂੰ ਧਰੂ ਦੇ ਤਾਰੇ ਦੇ ਦਰਸ਼ਨ ਕਰਾਉਂਦਾ, ਕਦੇ ਸਪਤ ਰਿਸ਼ੀ ਦੇ, ਕਦੇ ਸਰਵਣ ਦੀ ਮਹਿੰਗੀ ਦਿਖਾਉਂਦਾ, ਕਦੇ ਸੰਘਣੀ ਖੇਤੀ। ਅੱਜ ਕੱਲ੍ਹ ਜੇਲ੍ਹ ਅੰਦਰ ਜਦੋਂ ਉਹਦਾ ਮਨ ਉੱਖੜਦਾ ਉਹ ਅਸਮਾਨ ਵੱਲ ਤੱਕਦਾ, ਕਦੇ ਬੱਦਲੀ ਨੂੰ ਰੱਥ ਬਣਾ ਕੇ ਵਿੱਚ ਬੈਠ ਜਾਂਦਾ, ਕਦੇ ਤਾਰਿਆਂ ਨਾਲ ਲੁਕਣ ਮਿੱਟੀ ਖੇਲਦਾ, ਸ਼ੁੱਕਰ ਸ਼ਨੀ ਅਤੇ ਮੰਗਲ ਨਾਲ ਗੱਲਾਂ ਕਰਦਾ। ਚਿੰਤਾਵਾਂ ਪਿੱਛੇ ਰਹਿ ਜਾਂਦੀਆਂ, ਉਹ ਨੀਂਦ ਦੀ ਗੋਦ 'ਚ ਸੌਂ ਜਾਂਦਾ। ਅੱਜ ਅਸਮਾਨ ਵੀ ਸੋਗਮਈ ਸੀ। ਰੁੱਖੀ ਨੀਲੀ ਚਾਦਰ ਤੋਂ ਸਿਵਾ ਉੱਥੇ ਕੁਝ ਨਹੀਂ ਸੀ, ਨਾ ਬੱਦਲੀ, ਨਾ ਚੰਦ, ਨਾ ਤਾਰਾ। ਬੰਦ ਰਸਤਿਆਂ ਤੋਂ ਘਬਰਾਇਆ ਹਾਕਮ ਜ਼ਮੀਨ ਵੱਲ ਤੱਕਣ ਲੱਗਾ। ਅਸਮਾਨ ਜਿੰਨਾ ਹੀ ਉਹਦੀ ਉਹਨੂੰ ਧਰਤੀ ਨਾਲ ਮੋਹ ਸੀ। ਜਦੋਂ ਅਸਮਾਨ ਸੁੰਨਾ ਹੁੰਦਾ ਉਹ ਮਿੱਟੀ ਤਾਂ ਮੁੱਠ ਭਰਦਾ, ਹਥੇਲੀ 'ਤੇ ਰੱਖ ਲੈਂਦਾ, ਉਸ ਨਾਲ ਗੱਲਾਂ ਕਰਦਾ। ਤੇਰਾ ਜਨਮ ਕਿੱਥੇ ਹੋਇਆ? ਤੇਰੇ ਮਾਂ ਬਾਪ ਕੌਣ ਨੇ? ਤੇਰੀ ਉਮਰ ਕਿੰਨੀ ਹੈ? ਜਦੋਂ ਤੂੰ ਮੋਈ ਦੁਨੀਆ ਦਾ ਕੀ ਬਣੇਗਾ? ਮਿੱਟੀ ਨਾਲ ਗੱਲਾਂ ਕਰ ਉਹ ਤਾਜ਼ਾ ਦਮ ਹੋ ਜਾਂਦਾ। ਅੱਜ ਉਹਦੀ ਇਹ ਇੱਛਾ ਵੀ ਪੂਰੀ ਨਹੀਂ ਸੀ ਹੋ ਰਹੀ। ਕੋਠੜੀ 'ਚ ਨਾ ਮਿੱਟੀ ਸੀ, ਨਾ ਰੇਤਾ। ਕੰਧਾਂ ਵੱਲ ਝਾਕ ਕੇ ਸਮਾਂ ਬਿਤਾਉਣਾ ਪੈਣਾ ਸੀ। ਹਾਕਮ ਇੰਝ ਹੀ ਕਰਨ ਲੱਗਾ। ਹਾਕਮ ਕੰਧਾਂ 'ਤੇ ਬਣੇ ਅਧੂਰੇ ਚਿੱਤਰਾਂ ਦੇ ਪਿਛੋਕੜ ਜਾਣਨ ਦਾ ਯਤਨ ਕਰਨ ਲੱਗਾ। ਕੈਦੀਆਂ ਨੇ ਇਹ ਚਿੱਤਰ ਕਹਾਣੀ ਤਨਹਾਈ ਦੀ ਘਬਰਾਹਟ ਤੋਂ ਬਚਣ ਲਈ ਬਣਾਏ ਹੋਣਗੇ। ਇਸੇ ਲਈ ਵਿਚਾਰ ਬਿਖਰ ਗਏ ਹੋਣਗੇ ਅਤੇ ਅਧੂਰੇ ਰਹਿ ਗਏ ਹੋਣਗੇ ਕਿ ਮੇਰੇ ਨਾਲ ਵੀ ਇੰਝ ਹੀ ਹੋਣ ਵਾਲਾ ਹੈ। ਮੇਰੇ ਦਿਮਾਗ ਦਾ ਤਵਾਜ਼ਨ ਡੋਲਣ ਵਾਲਾ ਹੈ। ਕੰਧਾਂ ਨਾਲ ਗੱਲਾਂ ਕਰਦੇ ਹਾਕਮ ਨੂੰ ਘਬਰਾਹਟ ਹੋਣ ਲੱਗਦੀ। ਨਹੀਂ, ਮੈਂ ਆਪਣਾ ਮਨੋਬਲ ਖੰਡਿਤ ਨਹੀਂ ਹੋਣ ਦਿਆਂਗਾ। ਆਪਣੇ ਦਿਮਾਗੀ ਸੰਤੁਲਨ ਨੂੰ ਬਣਾਈ ਰੱਖਣ ਲਈ ਕਦੇ ਉਹ ਭਗਤ ਸਿੰਘ ਬਾਰੇ ਸੋਚਦਾ, ਉਹਨੇ ਫਾਂਸੀ ਦਾ ਰੱਸਾ ਹੱਸ ਕੇ ਸਵੀਕਾਰ ਕੀਤਾ, ਗੁਰੂ ਗੋਬਿੰਦ ਸਿੰਘ ਬਾਰੇ ਸੋਚਦਾ, ਜਬਰ ਵਿਰੁੱਧ ਲੜਦਿਆਂ ਉਹਨਾਂ ਸਾਰਾ ਬੰਸ਼ ਕੁਰਬਾਨ ਕਰਤਾ, ਉਹ ਰਾਜਾ ਬਰੂਸ ਬਾਰੇ ਸੋਚਦਾ, ਬਾਰ ਬਾਰ ਅਸਫਲਤਾ ਦਾ ਸਾਹਮਣਾ ਕਰਨ ਬਾਅਦ ਸਫਲਤਾ ਮਿਲਦੀ ਹੈ, ਇਸ ਸਬਕ ਦੀ ਦੁਹਰਾਈ ਕਰਦਾ। ਬੈਠੇ ਹਾਕਮ ਦੀਆਂ ਲੱਤਾਂ ਆਕੜ ਗਈਆਂ। ਟਹਿਲਣ ਦੇ ਇਰਾਦੇ ਨਾਲ ਉੱਠਿਆ। ਕੋਠੜੀ ਦੀ ਲੰਬਾਈ 8 ਫੁੱਟ ਸੀ। ਇੱਕ ਕਦਮ ਪੁੱਟ ਕੇ ਦੂਜਾ ਪੁੱਟਣਾ ਔਖਾ ਹੋ ਗਿਆ। ਵਰਜਿਸ਼ ਲਈ ਲੱਤਾਂ ਬਾਹਾਂ ਹਿਲਾਈਆਂ। ਝੱਟ ਜ਼ਖਮਾਂ 'ਚ ਤਰਾਟਾਂ ਪੈਣ ਲੱਗੀਆਂ। ਉਹਨੂੰ ਯਾਦ ਆਇਆ ਸਾਰਾ ਸਰੀਰ ਤਾਂ ਜ਼ਖਮਾਂ ਨਾਲ ਗਿੰਨਿਆ ਪਿਆ, ਉਹ ਵਰਜਿਸ਼ ਦੇ ਕਾਬਲ ਨਹੀਂ। ਮਤਲਬ ਥੱਕਣ, ਟੁੱਟਣ ਅਤੇ ਕੁਝ ਦੇਰ ਸੁਸਤਾਉਣ ਦੀ ਸੁਵਿਧਾ ਵੀ ਹਾਸਲ ਨਹੀਂ ਹੈ। ਕਿਸ ਤਰ੍ਹਾਂ ਬੀਤਣਗੇ ਇੰਨੇ ਦਿਨ, ਸੋਚ ਕੇ ਉਹ ਫਿਰ ਝੂਰਨ ਲੱਗਾ। ਸਰਕਾਰਾਂ ਆਪਣੇ ਬਹਾਦਰ ਜਵਾਨਾਂ ਦੀ ਸੁੱਧ ਕਿਉਂ ਨਹੀਂ ਲੈਂਦੀਆਂ? ਹਾਕਮ ਪਾਗਲ ਹੋਏ ਫੌਜੀ ਅਫਸਰ ਬਾਰੇ ਸੋਚਣ ਲੱਗਾ। ਕਾਨੂੰਨ ਇਨਸਾਫ਼ ਕਿਉਂ ਨਹੀਂ ਕਰਦਾ? ਹਾਕਮ ਬੇਇਨਸਾਫ਼ੀ ਕਾਰਨ ਪਾਗਲ ਹੋਏ ਨੰਦ ਸਿੰਘ ਬਾਰੇ ਸੋਚਣ ਲੱਗਾ। ਫਿਰ ਉਹ ਆਪਣੇ ਨਾਲ ਹੋਏ ਧੱਕੇ ਬਾਰੇ ਸੋਚਣ ਲੱਗਾ। ਹਾਕਮ ਦੀ ਪਤਨੀ ਨੇ ਆਤਮ ਹੱਤਿਆ ਕੀਤੀ। ਇਸ 'ਚ ਹਾਕਮ ਦੀ ਭੂਮਿਕਾ ਰੱਤੀ ਭਰ ਵੀ ਨਹੀਂ ਸੀ, ਪਰ ਕਾਨੂੰਨ ਵੱਲੋਂ ਦੋਸ਼ੀ ਉਸੇ ਨੂੰ ਠਹਿਰਾਇਆ ਗਿਆ। ਦਾਜ ਦਹੇਜ ਦਾ ਕੋਈ ਰੌਲਾ ਨਹੀਂ ਸੀ। ਫਿਰ ਵੀ ਹਾਕਮ ਨੂੰ ਘੱਟ ਦਾਜ ਲਿਆਉਣ ਕਾਰਨ ਆਪਣੀ ਪਤਨੀ ਨੂੰ ਪਰੇਸ਼ਾਨ ਕਰਨ ਦਾ ਦੋਸ਼ੀ ਗਰਦਾਨਿਆ ਗਿਆ। ਜਦੋਂ ਇੱਕ ਵਕੀਲ ਆਪਣੇ ਲਈ ਇਨਸਾਫ ਪ੍ਰਾਪਤ ਨਹੀਂ ਕਰ ਸਕਦਾ, ਸਧਾਰਨ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ? ਅਜਿਹਾ ਕੁਝ ਸੋਚ ਉਹਦਾ ਦਿਮਾਗ ਗਰਮ ਹੋਣ ਲੱਗਾ। ਬੇਇਨਸਾਫੀਆਂ ਇਕੱਲੇ ਹਾਕਮ ਨਾਲ ਨਹੀਂ ਸੀ ਹੋਈਆਂ, ਉਹਨੇ ਵੀ ਲੋਕਾਂ ਨਾਲ ਬੇਇਨਸਾਫੀਆਂ ਕੀਤੀਆਂ ਸਨ। ਉਹਨੂੰ ਉਹਨਾਂ ਦੀ ਯਾਦ ਆਉਣ ਲੱਗੀ। ਤਨਹਾਈ ਦੇ ਦੂਜੇ ਦਿਨ ਉਹਨੂੰ ਪਤਨੀ ਰਵਿੰਦਰ ਦੀ ਯਾਦ ਸਤਾਉਣ ਲੱਗੀ। ਸੁਪਨਿਆਂ ਨਾਲ ਭਰੀਆਂ ਅੱਖਾਂ, ਹੱਸੂ ਹੱਸੂ ਕਰਦਾ ਚਿਹਰਾ ਸਾਹਮਣੇ ਸਾਕਾਰ ਹੋਣ ਲੱਗਾ। ਅੱਜ ਤੱਕ ਉਹ ਰਵਿੰਦਰ ਨੂੰ ਕਸੂਰਵਾਰ ਮੰਨਦਾ ਰਿਹਾ ਸੀ। ਉਹ ਵੱਡੇ ਵੱਡੇ ਸੁਪਨੇ ਲੈਂਦੀ ਸੀ, ਉਸੇ ਗੁਨਾਹ ਦਾ ਉਹਨੇ ਨਤੀਜਾ ਭੁਗਤਿਆ ਸੀ। ਅੱਜ ਹਾਕਮ ਨੂੰ ਰਵਿੰਦਰ ਠੀਕ ਜਾਪਣ ਲੱਗੀ।
ਜੇ ਉਹਨੂੰ ਫਿਲਮਾਂ ਦੇਖਣ, ਮਹਾਨਗਰਾਂ 'ਚ ਘੁੰਮਣ, ਇਡਲੀ ਡੋਸੇ ਖਾਣ ਅਤੇ ਨੌਕਰੀ ਕਰਨ ਦਾ ਸ਼ੌਕ ਸੀ ਤਾਂ ਇਸ 'ਚ ਕੀ ਬੁਰਾਈ ਸੀ। ਹਾਕਮ ਸਦਾ ਮਾਪਿਆਂ ਦਾ ਪੱਖ ਪੂਰਦਾ ਰਿਹਾ, ਨਾ ਕਦੇ ਪਤਨੀ ਦੇ ਕੋਲ ਬੈਠਾ, ਨਾ ਉਹਦੀ ਦੁੱਖ ਤਕਲੀਫ ਪੁੱਛੀ, ਨਾ ਗੁੱਸਾ ਗਿਲਾ ਦੂਰ ਕਰਨ ਦਾ ਯਤਨ ਕੀਤਾ। ਉਹ ਮਰਦੀ ਤਾਂ ਮਰਦੀ, ਨਾ ਤਾਂ ਕੀ ਕਰਦੀ। ਹਾਕਮ ਚਾਹੁਣ ਲੱਗਾ ਉਹ ਪਤਨੀ ਤੋਂ ਮਾਫ਼ੀ ਮੰਗੇ, ਉਸ ਅੱਗੇ ਗਿੜਗਿੜਾਏ, ਪਰ ਗੰਗਾ ਗਏ ਫੁੱਲ ਕਦੇ ਵਾਪਸ ਨਹੀਂ ਮੁੜਦੇ। ਹੁਣ ਉਹ ਆਪਣੇ ਕੀਤੇ ਦੀ ਸਜ਼ਾ ਭੁਗਤੇ। ਫਿਰ ਉਹਨੂੰ ਮਹਿਸੂਸ ਹੋਣ ਲੱਗਾ ਉਹ ਸਫਲ ਪੁੱਤਰ ਵੀ ਹੈ। ਪਤਨੀ ਨੂੰ ਨਜ਼ਰਅੰਦਾਜ਼ ਕਰਕੇ ਅਤੇ ਮਾਪਿਆਂ ਦਾ ਪੱਖ ਪੂਰ ਕੇ ਉਹਨੇ ਸਮਝਿਆ ਉਹ ਸਰਵਣ ਪੁੱਤਰ ਬਣ ਗਿਆ। ਜਦੋਂ ਰਵਿੰਦਰ ਮਰ ਗਈ ਅਤੇ ਉਹ ਸਿੱਖਾਂ ਪਿੱਛੇ ਪੁੱਜ ਗਿਆ ਤਾਂ ਉਹਦੀ ਸੋਚ ਬਦਲਣ ਲੱਗੀ। ਇਸ ਸਾਰੇ ਝੰਝਟ ਲਈ ਆਪਣੇ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਲੱਗਾ। ਉਹਨਾਂ ਨੂੰ ਮਹਾਂਨਗਰੋਂ ਆਈ ਅਮੀਰ ਬਾਪ ਦੀ ਇੱਕ ਪੜ੍ਹੀ ਲਿਖੀ ਕੁੜੀ ਨਾਲ ਨਿਭਣ ਦੀ ਜਾਚ ਸਿੱਖਣੀ ਚਾਹੀਦੀ ਸੀ। ਸਜ਼ਾ ਹੋਣ ਤੱਕ ਹਾਕਮ ਨੇ ਮਾਂ ਬਾਪ ਨਾਲ ਮੂੰਹ ਮੋਟਾ ਕਰੀ ਰੱਖਿਆ, ਨਾ ਮੁਲਾਕਾਤ ਲਈ ਜੇਲ੍ਹ ਆਇਆਂ ਨੂੰ ਚੱਜ ਨਾਲ ਮਿਲਿਆ, ਨਾ ਪੇਸ਼ੀ 'ਤੇ ਗਿਆ, ਸਿੱਧੇ ਮੂੰਹ ਗੱਲ ਕੀਤੀ। ਅੱਜ ਹਾਕਮ ਨੂੰ ਆਪਣੇ ਮਾਂ ਬਾਪ ਵੀ ਬੇਕਸੂਰ ਜਾਪਣ ਲੱਗੇ। ਉਹਦੇ ਬਾਪ ਨੇ ਹਾਕਮ ਨੂੰ ਵੱਡਾ ਆਦਮੀ ਬਣਾਉਣ ਦਾ ਸੁਪਨਾ ਲਿਆ ਸੀ, ਦਿਨ ਰਾਤ ਮਸ਼ੀਨ ਨਾਲ ਮਸ਼ੀਨ ਬਣ ਕੇ ਉਹਦੀ ਪੜ੍ਹਾਈ ਦਾ ਖਰਚ ਚੁੱਕਿਆ ਸੀ। ਉਹਦੀ ਮਾਂ ਦੀ ਕੁਰਬਾਨੀ ਵੀ ਘੱਟ ਨਹੀਂ ਸੀ। ਉਹ ਸਾਰਾ ਦਿਨ ਉਹਦੇ ਬਾਪ ਕੋਲ ਬੈਠ ਕੇ ਕੱਪੜਿਆਂ ਨੂੰ ਕਾਜ ਕਰਦੀ, ਬਟਨ ਲਾਉਂਦੀ, ਤਰਪਾਈ ਕਰਦੀ। ਰਾਤ ਨੂੰ ਬਾਰ ਬਾਰ ਉੱਠ ਕੇ ਕਦੇ ਹਾਕਮ ਨੂੰ ਚਾਹ ਬਣਾ ਕੇ ਦਿੰਦੀ, ਕਦੇ ਦੁੱਧ। ਜੇ ਛੋਟੇ ਘਰਾਂ ਦੇ ਬੰਦਿਆਂ ਨੂੰ ਵੱਡੇ ਘਰਾਂ ਦੀਆਂ ਧੀਆਂ ਨਾਲ ਨਜਿੱਠਣਾ ਨਹੀਂ ਆਇਆ ਤਾਂ ਇਸ 'ਚ ਉਹਨਾਂ ਦਾ ਕੀ ਕਸੂਰ। ਹਾਕਮ ਨੂੰ ਦੋਹਾਂ ਧਿਰਾਂ 'ਚ ਫੁੱਲ ਬਣਨਾ ਚਾਹੀਦਾ ਸੀ, ਉਹਨੂੰ ਗੂੰਗਾ ਬਹਿਰਾ ਬਣ ਕੇ ਮੂਕ ਦਰਸ਼ਕ ਨਹੀਂ ਸੀ ਬਣਨਾ ਚਾਹੀਦਾ। ਹੁਣ ਬੁਢਾਪੇ 'ਚ ਜੇ ਬਾਪ ਨੂੰ ਮਸ਼ੀਨ ਧੋਣੀ ਪੈਂਦੀ ਹੈ, ਮਾਂ ਨੂੰ ਮੁੜ ਕਾਜ ਕਰਨੇ ਪੈਂਦੇ ਹੈ ਤਾਂ ਉਹਦਾ ਕਸੂਰਵਾਰ ਕੌਣ ਹੈ। ਪੁੱਤ ਨੂੰ ਵੱਡਾ ਆਦਮੀ ਬਣਾਉਣ ਦੇ ਸੁਪਨੇ ਲੈਣ ਵਾਲੇ ਮਾਪੇ ਜਾਂ ਹਾਲਾਤਾਂ ਨੂੰ ਨਾ ਸਮਝ ਸਕਣ ਵਾਲਾ ਨਲਾਇਕ ਪੁੱਤ। ਹਾਕਮ ਨੂੰ ਲੱਗਾ ਜਿਵੇਂ ਅੱਖਾਂ ਭਰੀ ਮਾਂ ਬਾਪ ਉਹਦੇ ਸਿਰਾਣੇ ਖੜ੍ਹੇ ਹਨ, ਜਿਵੇਂ ਉਹ ਤੋਂ ਆਪਣਾ ਕਸੂਰ ਪੁੱਛ ਰਹੇ ਹਨ। ਹਾਕਮ ਦਾ ਮਨ ਕਰਨ ਲੱਗਾ ਸਾਰੀਆਂ ਕੰਧਾਂ ਦਰਵਾਜ਼ੇ ਤੋੜ ਕੇ ਮਾਂ ਬਾਪ ਦੇ ਚਰਨੀ ਜਾ ਲੱਗੇ, ਉਹਨਾਂ ਦੀ ਹਿੱਕ ਨਾਲ ਲੱਗ ਕੇ ਧਾਹਾਂ ਮਾਰ ਕੇ ਰੋਏ। ਰੋਣ ਦਾ ਦਿਲ ਕਾਰਨ ਤੇ ਉਹ ਸੰਭਲਿਆ, ਰੁਕ ਕੇ ਸੋਚਿਆ ਕਿਧਰੇ ਦਿਮਾਗੀ ਤਵਾਜਣ ਨੂੰ ਠੇਸ ਤਾਂ ਨਹੀਂ ਪੁੱਜਣ ਲੱਗੇ। ਆਪਣੇ ਆਪ ਨੂੰ ਬਚਾਉਣ ਲਈ ਉਹਨੇ ਸੋਚਾਂ ਦਾ ਰੁੱਖ ਬਦਲਿਆ। 3/4 ਸਜ਼ਾ ਕੱਟੀ ਜਾ ਚੁੱਕੀ ਹੈ, ਥੋੜ੍ਹੀ ਰਹਿੰਦੀ ਹੈ ਰਿਹਾਈ ਬਾਅਦ, ਉਹ ਨਵੀਂ ਜ਼ਿੰਦਗੀ ਸ਼ੁਰੂ ਕਰੇਗਾ, ਮਾਂ ਬਾਪ ਦੇ ਸੁਪਨੇ ਸਾਕਾਰ ਕਰੇਗਾ, ਉਹਨਾਂ ਦੀ ਅੱਖ ਦਾ ਤਾਰਾ ਬਣ ਕੇ ਰਹੇਗਾ। ਹਾਕਮ ਕਦੇ ਚੜ੍ਹਦੀ ਕਲਾ 'ਚ ਹੁੰਦਾ ਅੱਖ ਲੱਗ ਜਾਂਦੀ, ਢਹਿੰਦੀ ਕਲਾ 'ਚ ਹੁੰਦਾ ਅੱਖ ਖੁੱਲ ਜਾਂਦੀ। ਕਦੇ ਅੱਖ ਖੁੱਲਦੀ ਦਿਨ ਹੁੰਦਾ, ਕਦੇ ਅੱਖ ਖੁੱਲਦੀ ਤਾਂ ਰਾਤ ਹੁੰਦੀ। ਤੀਸਰੇ ਦਿਨ ਹਾਕਮ ਨੂੰ ਆਪਣਾ ਸਹੁਰਾ ਯਾਦ ਆਉਣ ਲੱਗਾ, ਉੱਤੇ ਚਿੜ ਚੜ੍ਹਨ ਲੱਗੀ। ਮੇਜਰ ਨੇ ਕਿਤੇ ਦਾ ਨਜਾਇਜ਼ ਫਾਇਦਾ ਉਠਾਇਆ, ਸਾਰੀ ਵਕਾਲਤ ਹਾਕਮ ਉੱਪਰ ਘੋਟਤੀ, ਝੂਠ ਬੋਲ ਬੋਲ ਉਹਨੂੰ ਸਜ਼ਾ ਕਰਵਾਤੀ। ਉਹਦਾ ਮੇਜਰ ਸਿੰਘ ਨਾਲ ਨਿਬੜਨ ਨੂੰ ਦਿਲ ਕਰਨ ਲੱਗਾ। ਉਹ ਜੇਲ੍ਹੋਂ ਛੁੱਟ ਕੇ ਗਏ, ਕਿਸੇ ਬਦਮਾਸ਼ ਨਾਲ ਸੰਪਰਕ ਕਰੇ, ਉਹਨੂੰ ਸੁਪਾਰੀ ਦੇਵੇ, ਮੇਜਰ ਸਿੰਘ ਦਾ ਫਾਹਾ ਮੁਕਾਵੇ, ਉਹਨੂੰ ਝੂਠ ਬੋਲਣ ਦਾ ਮਜ਼ਾ ਚਖਾਵੇ। ਇਸ ਸਮੇਂ ਉਹ ਚੱਕੀ 'ਚ ਬੰਦ ਹੈ, ਇੱਥੇ ਬੈਠ ਕੇ ਤਾਂ ਚਿੜੀ ਕਾਂ ਤੱਕ ਨਾਲ ਸੰਪਰਕ ਨਹੀਂ ਹੋ ਸਕਦਾ। ਹਾਲ ਦੀ ਘੜੀ ਸਮੱਸਿਆ ਕੋਠੜੀਓਂ ਸਹੀ ਸਲਾਮਤ ਬਾਹਰ ਨਿਕਲਣ ਦੀ ਹੈ। ਇਹ ਸੋਚ ਕੇ ਆਪਣੀ ਸਲਾਮਤੀ ਵੱਲ ਧਿਆਨ ਦੇਣ ਲੱਗਾ। ਕੋਠੜੀ 'ਚ ਆਉਂਦਿਆਂ ਹੀ ਹਾਕਮ ਦਾ ਅੰਦਰ ਜਿਵੇਂ ਮਰ ਗਿਆ ਸੀ। ਇੱਕ ਦਾਣਾ ਵੀ ਅੰਦਰ ਸੁੱਟਣ ਦਾ ਦਿਲ ਨਹੀਂ ਸੀ ਕਰਦਾ। ਦਾਲ ਰੋਟੀ ਜਿਸ ਤਰ੍ਹਾਂ ਆਉਂਦੀ ਸੀ ਉਸ ਤਰ੍ਹਾਂ ਪਈ ਰਹਿੰਦੀ। ਅੱਜ ਸਵੇਰ ਤੋਂ ਨਿਡਾਲ ਸੀ, ਕਦੇ ਲੱਗਦਾ 5-8 ਬੁਖਾਰ ਹੈ, ਕਦੇ ਲੱਗਦਾ ਇਹ ਉਹਦਾ ਵਹਿਮ ਹੈ, ਉਹ ਘੋੜੇ ਵਰਗਾ। ਅੱਜ ਟੱਟੀ ਪਿਸ਼ਾਬ ਨਹੀਂ ਸੀ ਆਇਆ, ਉਹਦਾ ਪਏ ਰਹਿਣ ਨੂੰ ਦਿਲ ਕਰ ਰਿਹਾ ਸੀ। ਹਾਕਮ ਨੂੰ ਡਾਕਟਰ 'ਤੇ ਖਿਝ ਆਉਣ ਲੱਗੀ। ਇਹਨਾਂ 3 ਦਿਨਾਂ 'ਚ ਇੱਕ ਵਾਰ ਵੀ ਉਹਨੇ ਚੱਕੀਆਂ ਵੱਲ ਗੇੜਾ ਨਹੀਂ ਸੀ ਮਾਰਿਆ। ਇਹ ਜੇਲ੍ਹ ਨਿਯਮਾਂ ਦੀ ਉਲੰਘਣਾ ਸੀ। ਡਾਕਟਰ ਸਜ਼ਾ ਦਾ ਭਾਗੀਦਾਰ ਸੀ, ਪਰ ਨਿਯਮਾਂ ਦੀ ਪਾਲਣਾ ਕਰਨਾ ਕੈਦੀਆਂ ਲਈ ਜ਼ਰੂਰੀ ਹੈ, ਅਧਿਕਾਰੀਆਂ ਲਈ ਨਹੀਂ। ਫਿਰ ਉਹਨੂੰ ਲੱਗਾ ਇਕੱਲਾ ਡਾਕਟਰ ਹੀ ਕਿਉਂ, ਸਾਰੇ ਜੇਲ੍ਹ ਕਰਮਚਾਰੀ ਸਜ਼ਾ ਦੇ ਹੱਕਦਾਰ ਹਨ, ਉਹਨਾਂ ਨੇ ਇੱਕੋ ਦਮ ਫੜਿਆ ਹੋਇਆ ਹੈ ਪਰੇਸ਼ਾਨ ਕੈਦੀਆਂ ਨੂੰ ਹੋਰ ਪਰੇਸ਼ਾਨ ਕਰਨਾ ਅਤੇ ਫਿਰ ਲੁੱਟਣਾ। ਇਹ ਸਭ ਭ੍ਰਿਸ਼ਟ ਦੇ ਜ਼ਾਲਮ ਹਨ, ਸਖ਼ਤ ਸਜ਼ਾਵਾਂ ਦੇ ਹੱਕਦਾਰ, ਪਰ ਸਜ਼ਾ ਦੇਵੇ ਕੌਣ। ਫਿਰ ਉਹ ਆਪਣੇ ਸਵਾਲ ਦਾ ਜਵਾਬ ਆਪ ਦੇਣ ਲੱਗਾ, ਇਹ ਸਜ਼ਾ ਕੋਈ ਹੋਰ ਨਹੀਂ, ਮੈਂ ਦੇਵਾਂਗਾ। ਇਹ ਸਜ਼ਾ ਕਿਸ ਤਰ੍ਹਾਂ ਦਿੱਤੀ ਜਾਵੇ, ਫਿਰ ਉਹ ਸੋਚਣ ਲੱਗਦਾ। ਹਫ਼ਤਾਵਾਰੀ ਦੌਰੇ 'ਤੇ ਆਏ ਸੁਪਡੈਂਟ ਦਾ ਗਲਾ ਘੁੱਟਿਆ ਜਾਏ, ਡਿਪਟੀ ਦੇ ਮੂੰਹ 'ਤੇ ਗਰਮ ਗਰਮ ਚਾਹ ਪਾਈ ਜਾਏ, ਸਹਾਇਕ ਦਰੋਗੇ ਦੇ ਨਾਲ ਮਸਲੇ ਜਾਣ। ਅਜਿਹਾ ਊਟ ਪਟਾਂਗ ਸੋਚਦਾ ਹਾਕਮ ਕਦੇ ਬੁੜਾਉਣ ਲੱਗਦਾ, ਕਦੇ ਹਵਾ 'ਚ ਮੁੱਕੇ ਮਾਰਨ ਲੱਗਦਾ। ਕਦੇ ਕਦੇ ਉਹਨੂੰ ਆਪਣੀ ਬੁੜ ਬੁੜਾਉਣ ਦਾ ਅਹਿਸਾਸ ਹੁੰਦਾ, ਉਹ ਨੀਂਦ ਜੀ ਵਿੱਚ ਜਾਗਦਾ, ਸੋਚਦਾ ਬੁੜਾਉਣਾ ਪਾਗਲਪਨ ਦੀ ਮੁੱਢਲੀ ਨਿਸ਼ਾਨੀ ਹੈ, ਮਤਲਬ ਸੋਚ ਕੇ ਉਹਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਦਾ। 4 ਦਿਨ 4 ਰਾਤਾਂ ਦੇ ਲੰਘ ਜਾਣ ਦਾ ਹਾਕਮ ਨੂੰ ਪੂਰਾ ਚੇਤਾ ਸੀ। 5ਵੇਂ ਦਿਨ ਉਹਨੂੰ ਟਪੜਾ ਲੱਗਣ ਲੱਗਾ, ਕਦੇ ਲੱਗਦਾ 7 ਦਿਨ ਲੰਘ ਗਏ, 3 ਬਾਕੀ ਹਨ, ਫਿਰ ਲੱਗਦਾ 3 ਦਿਨ ਲੰਘ ਗਏ, 7 ਬਾਕੀ ਹਨ।
तसली लई उहने दाल चुंगल भिओ के कंध उपर लीकां मारियां। फिर लकीरां उपर वी यकीन हुण हट गया। कदे लगदा आखरी लीक उहने कल मारी सी, कदे लगदा सवेरे मारी है, कदे उह नवीं लीक मार दिंदा, कदे ढा दिंदा। कदे उहनूं लगदा उहनूं बोतल जिन्ना नशा चढ़िया, जमीन घूम रही है, उह डिक डोले खा रहा, हवा च लटक रहा, शराबियां वांग हसन रोण ते गाउण नूं दिल करदा। कदे हाकम नूं लगदा उहदी कोठड़ी च धूआं हो गया, उहदा दम घुटण लगदा, घबराहट होण लगदी। ਉਹ ਬੈਠਣ ਦਾ ਯਤਨ ਕਰਦਾ ਪਰ ਸਰੀਰ ਸਾਥ ਨਾ ਦਿੰਦਾ। ਇੱਕ ਵਾਰ ਮਨ 'ਚ ਵਿਚਾਰ ਆਇਆ, ਮੈਂ ਕਿਉਂ ਨਰਕ ਭੋਗਾਂ, ਆਪਣੇ ਗੁਨਾਹਾਂ ਦੀ ਮਾਫ਼ੀ ਮੰਗਾਂ, ਰਹਿੰਦੀ ਸਜ਼ਾ ਮਾਫ਼ ਕਰਾਵਾਂ, ਚੁੱਪ ਕਰਕੇ ਘਰ ਨੂੰ ਜਾਵਾਂ, ਮਾਂ ਬਾਪ ਨੂੰ ਸੰਭਾਲਾਂ, ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਾਂ। ਜਦੋਂ ਸਰਕਾਰਾਂ ਲੋਕਾਂ ਲਈ ਨਹੀਂ ਸੋਚਦੀਆਂ, ਨੇਤਾ ਲੋਕਾਂ ਲਈ ਨਹੀਂ ਸੋਚਦੇ, ਮੈਂ ਇਕੱਲਾ ਕਰਾਂ, ਲੋਕਾਂ ਦਾ ਕੀ ਸਵਾਰ ਲਾਂਗਾ? ਮੈਂ ਭਗਤ ਸਿੰਘ ਨਹੀਂ ਬਣ ਸਕਦਾ। ਉਸ ਨਾਲ ਲੋਕ ਸਨ, ਰਾਜਗੁਰੂ ਸੁਖਦੇਵ ਵਰਗੇ ਸਾਥੀ ਸਨ, ਮੈਂ ਰਾਮ ਚੰਦਰ ਬਣ ਕੇ ਲੰਕਾ ਨਹੀਂ ਢਾ ਸਕਦਾ। ਉਸ ਨਾਲ ਵੀ ਵਫ਼ਾਦਾਰ ਬਾਂਦਰਾਂ ਦੀ ਸੈਨਾ ਸੀ, ਮੈਂ ਜਿਹਨਾਂ ਬਾਂਦਰਾਂ ਲਈ ਲੜ ਰਿਹਾ ਉਹ ਟਪੂਸੀ ਮਾਰ ਕੇ ਲੰਕੇਸ਼ ਨਾਲ ਜਾ ਰਲੇ ਹਨ। ਮੇਰੀ ਹਾਲੇ ਬਹੁਤੀ ਸਜ਼ਾ ਬਾਕੀ ਹੈ। ਜੇ ਅਫਸਰ ਇਸੇ ਤਰ੍ਹਾਂ ਨਾਰਾਜ਼ ਰਹੇ ਤਾਂ ਮੇਰੀ ਲਾਸ਼ ਹੀ ਬਾਹਰ ਜਾਏਗੀ। ਜਦੋਂ ਮਨ ਸਥਿਰ ਹੁੰਦਾ ਉਹਦੀ ਸੋਚ ਫਿਰ ਬਦਲਦੀ। ਮੈਂ ਮਾਫ਼ੀ ਕਿਉਂ ਮੰਗਾਂ? ਮੈਂ ਕੋਈ ਗੁਨਾਹ ਨਹੀਂ ਕੀਤਾ। ਇੱਕ ਦਿਨ ਸਭ ਨੇ ਮਰਨਾ ਹੈ, ਹੱਕਾਂ ਲਈ ਸੰਘਰਸ਼ ਕਰਦੇ ਮਰਨਾ ਹੀ ਅਸਲ ਮਰਨਾ। ਮੈਂ ਬਹਾਦਰਾਂ ਵਾਲੀ ਮੌਤ ਮਰਾਂਗਾ। ਸਵੇਰੇ ਸ਼ਾਮ ਲਾਂਗਰੀ ਲੰਗਰ ਦੇਣ ਆਉਂਦਾ ਸੀ, ਚੁੱਪ ਚਾਪ ਪੁਰਾਣੇ ਭਾਂਡੇ ਚੁੱਕ ਲਿਜਾਂਦਾ, ਨਵੇਂ ਰੱਖ ਜਾਂਦਾ। ਅੱਗੇ ਜਦੋਂ ਖੜਕਾ ਹੁੰਦਾ, ਹਾਕਮ ਦਾਲ ਰੋਟੀ ਦੇਣ ਆਏ ਕੈਦੀ ਦਾ ਮੂੰਹ ਦੇਖਣ ਲਈ ਉੱਠ ਕੇ ਬੈਠ ਜਾਂਦਾ। ਗੱਲਬਾਤ ਕੋਈ ਨਾ ਹੁੰਦੀ, ਫਿਰ ਵੀ ਮਨ ਨੂੰ ਧਰਵਾਸ ਮਿਲਦਾ। ਅੱਜ ਉਹਨੂੰ ਨਾ ਗੇਟ ਦੇ ਖੁੱਲ੍ਹਣ ਦਾ ਖੜਕਾ ਸੁਣਿਆ, ਨਾ ਲਾਂਗਰੀ ਦੀ ਪੈੜ ਚਾਲ। ਵਕੀਲ ਸਾਹਿਬ, ਸੰਕਟ ਦੇ 3 ਦਿਨ ਬਾਕੀ ਰਹਿ ਗਏ, ਥੋੜ੍ਹਾ ਜਿਹਾ ਹੌਸਲਾ ਹੋਰ ਰੱਖੋ, ਅੱਜ ਮੈਂ ਰਿਹਾਅ ਹੋ ਰਿਹਾ। ਇੱਥੋਂ ਸਿੱਧਾ ਮੈਂ ਸੰਮਤੀ ਵਾਲਿਆਂ ਕੋਲ ਜਾਵਾਂਗਾ, ਤੁਹਾਡੀ ਰਿਹਾਈ ਦਾ ਪ੍ਰਬੰਧ ਕਰਾਂਗਾ। ਹਾਕਮ ਨੂੰ ਲੱਗਾ ਕੈਦੀ ਕੁਝ ਕਹਿ ਰਿਹਾ ਸੀ, ਪਰ ਉਹ ਕੀ ਕਹਿ ਰਿਹਾ, ਕੁਝ ਕਹਿ ਵੀ ਰਿਹਾ ਹੈ ਜਾਂ ਹਾਕਮ ਨੂੰ ਭੁਲੇਖਾ ਲੱਗਾ, ਇਹ ਸਮਝ ਨਹੀਂ ਸੀ ਆਈ। ਫਿਰ ਵੀ ਧੰਨਵਾਦ ਕਰਨ ਲਈ ਉਹਨੇ ਹੱਥ ਚੁੱਕਣ ਦਾ ਯਤਨ ਕੀਤਾ, ਹੱਥ ਚੁੱਕਿਆ ਗਿਆ ਜਾਂ ਨਹੀਂ ਹਾਕਮ ਨੂੰ ਪਤਾ ਨਾ ਲੱਗਾ। ਅੰਗ 56। ਜਦੋਂ ਹਾਕਮ ਨੂੰ ਤਨਹਾਈ ਕੋਠੜੀ 'ਚ ਬੰਦ ਕਰਨ ਦੀ ਸਜ਼ਾ ਸੁਣਾਈ ਗਈ, ਉਦੋਂ ਮੁਸੱਦੀ ਦੀ ਰਿਹਾਈ 'ਚ 1 ਹਫ਼ਤਾ ਬਾਕੀ ਸੀ। ਮੁਸੱਦੀ ਨੂੰ ਪਤਾ ਸੀ ਤਨਹਾਈ ਕੋਠੜੀ 'ਚ ਖਾਣਾ ਲਿਜਾਣ ਵਾਲੇ ਕੈਦੀ ਦੀ ਚੋਣ ਬੜੇ ਧਿਆਨ ਨਾਲ ਹੁੰਦੀ ਹੈ। ਉਹ ਇਰਾਦੇ ਦਾ ਪੱਕਾ ਹੈ ਅਤੇ ਆਪਣੇ ਆਪ ਉੱਪਰ ਜਾਬਤਾ ਰੱਖਣ ਵਾਲਾ ਹੋਵੇ। ਕੈਦੀ ਨਾਲ ਅੱਖ ਨਾ ਮਿਲਾਵੇ, ਪ੍ਰਸ਼ਾਸਨ ਨੂੰ ਡਰ ਰਹਿੰਦਾ ਹੈ ਕੁਝ ਮਿੰਟਾਂ ਦੀ ਗੱਲਬਾਤ ਹੀ ਕੱਲ੍ਹ ਕਾਰਨ ਤੜਫ ਰਹੇ ਕੈਦੀ ਨੂੰ ਰਾਹਤ ਪਹੁੰਚਾ ਸਕਦੀ ਹੈ, ਸਜ਼ਾ ਦਾ ਮਕਸਦ ਅਸਫਲ ਕਰ ਸਕਦੀ ਹੈ। ਇਹ ਵਿਸ਼ੇਸ਼ ਜ਼ਿੰਮੇਵਾਰੀ ਉਸੇ ਕੈਦੀ ਨੂੰ ਸੌਂਪੀ ਜਾਂਦੀ ਹੈ ਜਿਹਦੀ ਪ੍ਰਸ਼ਾਸਨ ਪ੍ਰਤੀ ਵਫ਼ਾਦਾਰੀ ਨਿਰਖੀ ਪਰਖੀ ਹੁੰਦੀ ਹੈ। ਮੁਜਰਮ ਆਖਰ ਮੁਜਰਮ ਹੈ, ਕਿਸੇ ਵੀ ਸਮੇਂ ਪ੍ਰਸ਼ਾਸਨ ਨਾਲ ਗੱਦਾਰੀ ਕਰਕੇ ਭਾਈਚਾਰੇ ਨਾਲ ਰਲ ਸਕਦਾ ਹੈ। ਕੈਦੀ ਨੂੰ ਚੁਕੰਨਾ ਰੱਖਣ ਲਈ ਉਹਦੇ ਸਿਰ 'ਤੇ ਤਲਵਾਰ ਲਟਕਾਈ ਜਾਂਦੀ ਹੈ। ਚੋਣ ਉਸ ਕੈਦੀ ਦੀ ਹੁੰਦੀ ਹੈ ਜਿਹਦੀ ਰਿਹਾਈ 'ਚ ਕੁਝ ਹੀ ਦਿਨ ਬਚਦੇ ਹੋਣ। ਨਾਲ ਸਾਫ਼ ਸ਼ਬਦਾਂ 'ਚ ਸਮਝਾ ਦਿੱਤਾ ਜਾਂਦਾ, ਜੇ ਕੰਮ 'ਚ ਕੁਤਾਹੀ ਹੋਈ ਤਾਂ ਪਹਿਲੀਆਂ ਮਾਫ਼ੀਆਂ ਰੱਦ ਹੋ ਜਾਣਗੀਆਂ, ਰਿਹਾਈ ਟਲ ਜਾਏਗੀ। ਕੈਦੀ ਹੋਰ ਚੰਗਾ ਮਾੜਾ ਸਭ ਬਰਦਾਸ਼ਤ ਕਰ ਸਕਦਾ, ਪਰ ਰਿਹਾਈ ਚੱਲਦੀ ਨਹੀਂ ਦੇਖ ਸਕਦਾ। ਡਰਦਾ ਉਹ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਦਾ। ਮੁਸੱਦੀ ਦੋਵੇਂ ਸ਼ਰਤਾਂ ਪੂਰੀਆਂ ਕਰਦਾ ਸੀ। ਉਹ ਪਹਿਲੇ ਦਿਨ ਜੇਲ੍ਹ ਅਧਿਕਾਰੀਆਂ ਦਾ ਚਹੇਤਾ ਸੀ, ਪਰ ਜਦੋਂ ਤੋਂ ਉਹਨੇ ਆਪਣੇ ਹਾਕਮ ਦੇ ਵਿਰੁੱਧ ਗਵਾਹੀ ਦਿੱਤੀ ਸੀ, ਉਦੋਂ ਤੋਂ ਅਫਸਰਾਂ ਦੀਆਂ ਨਜ਼ਰਾਂ 'ਚ ਹੋਰ ਉੱਚਾ ਉੱਠ ਗਿਆ ਸੀ। ਮੁਸੱਦੀ ਦਾ ਮਨ ਆਖਦਾ ਸੀ ਹਾਕਮ ਦੇ ਚੱਕੀ 'ਚ ਖਾਣਾ ਪਹੁੰਚਾਉਣ ਲਈ ਉਹਨੂੰ ਚੁਣਿਆ ਜਾਏਗਾ, ਵਫ਼ਾਦਾਰੀ ਕਾਰਨ ਨਹੀਂ ਸਬਕ ਸਿਖਾਉਣ ਲਈ। ਸਭ ਨੂੰ ਪਤਾ ਸੀ ਕਿ ਉਹ ਹਾਕਮ ਦਾ ਚੇਲਾ ਸੀ, ਗੁਰੂ ਨੂੰ ਸਬਕ ਸਿਖਾਇਆ ਜਾ ਰਿਹਾ ਸੀ, ਹੁਣ ਚੇਲੇ ਦੀ ਵਾਰੀ ਸੀ। ਇਹ ਸੱਚ ਸੀ, ਹਾਕਮ ਤੇ ਮੁਸੱਦੀ ਦੀ ਬੁੱਕਲ ਸਾਂਝੀ ਸੀ। ਹਾਕਮ ਪ੍ਰਸ਼ਾਸਨ ਵਿਰੁੱਧ ਜੋ ਚਿੱਠੀ ਲਿਖਦਾ ਸੀ ਉਹ ਮੁਸੱਦੀ ਟਾਈਪ ਕਰਦਾ ਸੀ। ਉਹ ਸ਼ਿਕਾਇਤ ਪੇਸ਼ੀ ਭੁਗਤਣ ਜਾ ਰਹੇ ਕੈਦੀ ਦੇ ਹਵਾਲੇ ਕਰਦਾ ਸੀ ਤੇ ਅਗਾਂਹ ਡਾਕ 'ਚ ਪਵਾਉਂਦਾ ਸੀ। ਮਜਬੂਰੀ ਵਸ ਮੁਸੱਦੀ ਨੂੰ ਹਾਕਮ ਨਾਲ ਗੱਦਾਰੀ ਕੀਤੀ ਸੀ, ਉਸ ਵਿਰੁੱਧ ਝੂਠੀ ਗਵਾਹੀ ਦਿੱਤੀ ਸੀ ਤੇ ਉਹ ਕਿਹੜੇ ਮੂੰਹ ਹਾਕਮ ਦੇ ਮੱਥੇ ਲੱਗੇ, ਉਹਨੂੰ ਇਹ ਚਿੰਤਾ ਲੱਗੀ ਸੀ। ਹਾਕਮ ਨੂੰ ਯਾਦ ਕਰਦੇ ਹੀ ਜੇਲ੍ਹ ਯਾਤਰਾ ਦੇ ਪਹਿਲੇ ਦਿਨ ਦਾ ਭਿਆਨਕ ਦ੍ਰਿਸ਼ ਉਹਦੀਆਂ ਅੱਖਾਂ ਅੱਗੇ ਉੱਭਰ ਪੈਂਦਾ ਸੀ। ਸਜ਼ਾ ਉਹਨੂੰ ਆਪਣੇ ਉਸਤਾਦ ਦਾ ਸਿਰ ਤੋੜਨ ਦੇ ਜੁਰਮ 'ਚ ਹੋਈ ਸੀ, ਇਹ ਕੌੜਾ ਘੁੱਟ ਉਹਨੂੰ ਮਜਬੂਰੀ ਵਸ ਭਰਨਾ ਪਿਆ ਸੀ। ਪੜ੍ਹਨ 'ਚ ਮੁਸੱਦੀ ਪਹਿਲੇ ਦਿਨ ਹੁਸ਼ਿਆਰ ਸੀ, 10ਵੀਂ ਪਹਿਲੇ ਦਰਜੇ 'ਚ ਪਾਸ ਕੀਤੀ ਸੀ, ਅਗਾਂਹ ਪੜ੍ਹਨ ਦੀ ਪਰੋਖ ਨਹੀਂ ਸੀ। ਅਧਿਆਪਕਾਂ ਦੀ ਸਲਾਹ 'ਤੇ ਉਹਨੇ ਮੋਟਰ ਮਕੈਨਿਕ ਬਣਨ ਦਾ ਮਨ ਬਣਾ ਲਿਆ। ਮਸ਼ੀਨਰੀ ਉੱਪਰ ਉਹਦੀ ਪਕੜ ਮਜ਼ਬੂਤ ਸੀ, ਕੋਰਸ ਦੌਰਾਨ ਹੀ ਮਹਿੰਦਰਾ ਟਰੈਕਟਰ ਵਾਲਿਆਂ ਨੇ ਉਹਨੂੰ ਚੁਣ ਲਿਆ। ਮੁਸੱਦੀ ਨੂੰ ਕੁਦਰਤ ਨੇ ਹੋਰ ਭਾਵੇਂ ਕੁਛ ਨਹੀਂ ਸੀ ਦਿੱਤਾ, ਰੰਗ ਰੂਪ ਰੱਜ ਕੇ ਦਿੱਤਾ ਸੀ। ਵਰਕਸ਼ਾਪ ਆ ਕੇ ਉਹ ਸੁਹੱਪਣ ਉਹਦਾ ਦੁਸ਼ਮਣ ਬਣਨ ਲੱਗਾ। ਮੁਸੱਦੀ ਦਾ ਉਸਤਾਦ ਉਹ 'ਤੇ ਡਿਓਰੇ ਪਾਉਣ
ਤੇ ਅੱਗੇ ਪਿੱਛੇ ਹੱਥ ਪੱਲਾ ਮਾਰਨ ਲੱਗਾ। ਮੁਸਾ ਦੀ ਦਿਨ ਕੱਟੀ ਕਰਨਾ ਚਾਹੁੰਦਾ ਸੀ। ਉਹ ਪਹਿਲਾਂ ਹੀ ਵਕਤ ਦਾ ਮਾਰਿਆ ਸੀ। ਉਹਦਾ ਬਾਪ 10 ਸਾਲ ਪਹਿਲਾਂ ਮਾਂ ਪੁੱਤ ਨੂੰ ਇਕੱਲੇ ਛੱਡ ਕੇ ਕਿਸੇ ਜਨਾਨੀ ਨਾਲ ਕਲਕੱਤੇ ਵੱਲ ਭੱਜ ਗਿਆ ਸੀ। ਮਾਂ ਪੁੱਤ ਨੇ 10 ਨਹੁੰਆਂ ਦੀ ਕਿਰਤ ਕਰਕੇ ਮਸਾਂ ਦਿਨ ਕੱਟੇ ਸਨ। ਉਹ ਮਾਂ ਦੇ ਸੁਪਨਿਆਂ ਨੂੰ ਖੇਰੂ ਖੇਰੂ ਨਹੀਂ ਸੀ ਹੋਣ ਦੇਣਾ ਚਾਹੁੰਦਾ। ਹਰਖੇ ਮੁਸੱਦੀ ਨੇ ਇੱਕ ਦਿਨ ਲੋਹੇ ਦੀ ਰੋਡ ਉਹਦੇ ਸਿਰ 'ਚ ਜੜਤੀ। ਨਤੀਜਾ 5 ਸਾਲ ਦੀ ਬਾਮੁਸ਼ੱਕਤ ਕੈਦ ਨਿਕਲਿਆ। ਮੁਸੱਦੀ ਦੇ ਜੇਲ੍ਹ 'ਚ ਪੈਰ ਰੱਖਦਿਆਂ ਸਾਰੀ ਜੇਲ੍ਹ 'ਚ ਖਬਰ ਫੈਲ ਗਈ। ਕੁੜੀਆਂ ਵਰਗਾ ਮੁੰਡਾ ਆਇਆ ਜਿਹਨੇ ਮੌਜਾਂ ਕਰਨੀਆਂ ਨੇ ਉਹਨੂੰ ਆਪਣੀ ਬੈਰਕ 'ਚ ਲੈ ਆਵੇ। ਲੌਂਡਿਆਂ ਦੇ ਸ਼ੌਕੀਨ ਡਿਉੜੀ ਵੱਲ ਦੌੜੇ। ਮੁਸੱਦੀ ਦੇ ਸਰੀਰ ਦੀ ਪਰਖ ਗਾਵਾਂ ਮੱਝਾਂ ਵਾਂਗ ਹੋਣ ਲੱਗੀ। ਕੋਈ ਗੱਲਾਂ ਪੁੱਟਦਾ, ਕੋਈ ਹਿੱਕ ਟੋਂਦਾ, ਕੋਈ ਪੱਟਾਂ 'ਤੇ ਹੱਥ ਫੇਰਦਾ। ਅੱਖਾਂ ਭਰੀ ਮੁਸੱਦੀ ਜੇਲ੍ਹ ਕਰਮਚਾਰੀਆਂ 'ਤੇ ਹੈਰਾਨ ਹੁੰਦਾ ਰਿਹਾ। ਕੁਕਰਮ ਨੂੰ ਰੋਕਣ ਦੀ ਥਾਂ ਕੈਦੀਆਂ ਨਾਲ ਰਲ ਕੇ ਉਹ ਹਿੜ ਹਿੜ ਕਰਦੇ ਰਹੇ। ਉਹਦੀ ਬੋਲੀ ਹੋਣ ਲੱਗੀ। ਹਰ ਕੋਈ ਉਹਨੂੰ ਆਪਣੇ ਨਾਲ ਲਿਜਾਣ ਲਈ ਕਾਹਲਾ ਪੈਣ ਲੱਗਾ। ਮੁਸੱਦੀ ਨੇ ਅੱਖਾਂ ਮੀਟ ਕੇ ਆਰਾਧਨਾ ਕੀਤੀ। ਝੱਟ ਉਹਦੀ ਸੁਣੀ ਗਈ। ਝੱਟ ਭਗਵਾਨ ਕ੍ਰਿਸ਼ਨ ਹਾਕਮ ਦੇ ਰੂਪ 'ਚ ਪੁੱਜ ਗਿਆ। ਮੁਸੱਦੀ ਦੀ ਪੱਤ ਬਚ ਗਈ। ਹਾਕਮ ਨੇ ਮੁਸੱਦੀ ਨੂੰ ਫੈਕਟਰੀਓਂ ਕਢਵਾਇਆ, ਦਫ਼ਤਰ ਲਗਵਾਇਆ, ਫਿਰ ਪੜ੍ਹਨੇ ਪਾਇਆ। ਮੁਸੱਦੀ ਨੇ ਉਹਦੀਆਂ ਮਿਹਰਬਾਨੀਆਂ ਦਾ ਇਹ ਮੁੱਲ ਪਾਇਆ, ਉਹਨੂੰ ਚੱਕੀ ਬਚਾਇਆ। ਬੱਕਰੇ ਦੀ ਮਾਂ ਕਦ ਤੱਕ ਸੁੱਖ ਮਨਾਉਂਦੀ? ਰਿਹਾਈ ਤੋਂ 2 ਦਿਨ ਪਹਿਲਾਂ ਸੁਨੇਹਾ ਆ ਗਿਆ, ਕੱਲ੍ਹ ਤੋਂ ਤੂੰ ਤਨਹਾਈ ਚੱਕੀਆਂ 'ਚ ਜਾਣਾ। ਕੱਲ੍ਹ ਉਹ ਪਹਿਲੀ ਵਾਰ ਉੱਧਰ ਗਿਆ ਸੀ। ਸਾਰੇ ਰਾਹ ਆਪਣੇ ਹੱਕ 'ਚ ਤਰਕ ਘੜਦਾ ਰਿਹਾ। ਹਾਕਮ ਦੁੱਧ ਪੀਂਦਾ ਬੱਚਾ ਨਹੀਂ ਹੈ, ਉਹਨੂੰ ਪਤਾ ਜੇਲ੍ਹ 'ਚ ਕੈਦੀ ਦੀ ਆਪਣੀ ਮਰਜ਼ੀ ਨਹੀਂ ਚੱਲਦੀ। ਉਹ ਮੇਰੀ ਮਜਬੂਰੀ ਸਮਝਦਾ ਹੋਏਗਾ, ਹੁਣ ਤੱਕ ਮੈਨੂੰ ਮਾਫ਼ ਕਰ ਚੁੱਕਾ ਹੋਏਗਾ। ਬੈਰਕ ਦੇ ਗੇਟ ਕੋਲ ਜਾ ਕੇ ਉਹਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ। ਲੱਗਾ ਕੋਈ ਪਿੱਛਾ ਕਰ ਰਿਹਾ। ਜੇਲ੍ਹ ਅਧਿਕਾਰੀਆਂ ਨੂੰ ਪਤਾ ਹੈ ਹਾਕਮ ਨੂੰ ਤਕਲੀਫ਼ 'ਚ ਦੇਖ ਕੇ ਮੈਥੋਂ ਜ਼ਾਬਤਾ ਰੱਖ ਨਹੀਂ ਹੋਣਾ। ਮੈਂ ਉਹਦਾ ਹਾਲ ਚਾਲ ਪੁੱਛ ਲੈਣਾ। ਜਸੂਸ ਨੇ ਮੈਨੂੰ ਰੰਗੇ ਹੱਥੀ ਫੜ ਲੈਣਾ, ਹਾਕਮ ਦੇ ਨਾਲ ਦੀ ਚੱਕੀ 'ਚ ਡੱਕ ਦੇਣਾ। ਮੈਂ ਪ੍ਰਸ਼ਾਸਨ ਦੇ ਇਰਾਦੇ ਕਾਮਯਾਬ ਨਹੀਂ ਹੋਣ ਦੇਣੇ। ਅਜਿਹਾ ਊਟ ਪਟਾਂਗ ਸੋਚਦੇ ਮੁਸੱਦੀ ਨੇ ਇੰਜ ਹੀ ਕੀਤਾ। ਰੋਟੀ ਟੁੱਕ ਕੋਠੜੀ ਅੱਗੇ ਰੱਖਿਆ ਅਤੇ ਪਿੱਛੇ ਨੂੰ ਛੂਟ ਵੱਟ ਲਈ। ਕਾਇਰਾਂ ਵਾਲੀ ਇਹ ਦੌੜ ਸਾਰੀ ਰਾਤ ਉਹਨੂੰ ਦੌੜਾਉਂਦੀ ਰਹੀ। ਉਹ ਸੋਚਦਾ ਰਿਹਾ, ਮੈਂ ਇੰਨਾ ਕਿਉਂ ਡਰ ਗਿਆ ਸੀ? ਜੇ ਮੈਂ ਗੱਲਬਾਤ ਕਰਦਾ ਫੜਿਆ ਜਾਂਦਾ ਤਾਂ ਸਜ਼ਾ ਹੀ ਹੁੰਦੀ। 2-4 ਮਹੀਨੇ ਦੀ ਸਜ਼ਾ ਹੋਰ ਵੱਧ ਜਾਂਦੀ, ਮੇਰੇ ਪਾਪ ਕੱਟੇ ਜਾਂਦੇ। ਘਰ ਕਿਹੜਾ ਚੂੜੇ ਵਾਲੀ ਉਡੀਕਦੀ ਹੈ? ਬੁੱਢੀ ਮਾਂ ਹੈ, ਜਿੱਥੇ 4 ਸਾਲ ਰੋਹ ਧੋ ਕੇ ਕੱਟ ਲਏ, 4 ਮਹੀਨੇ ਹੋਰ ਕੱਟ ਲੈਂਦੀ। ਮੈਨੂੰ ਆਪਣੇ ਉਸਤਾਦ ਨੂੰ ਪਿੱਠ ਨਹੀਂ ਸੀ ਦਿਖਾਉਣੀ ਚਾਹੀਦੀ। ਸਵੇਰ ਤੱਕ ਉਹਨੇ ਮਨ ਤਕੜਾ ਕਰ ਲਿਆ, ਹਾਕਮ ਦੀ ਮਦਦ ਕਰਨ ਦਾ ਫੈਸਲਾ ਕਰ ਲਿਆ। ਅੱਜ ਮੈਂ ਰਿਹਾਅ ਹੋ ਜਾਣਾ ਹੈ, ਬਾਹਰ ਜਾ ਕੇ ਮੈਂ ਹਾਕਮ ਦੀ ਕੋਈ ਮਦਦ ਨਹੀਂ ਕਰ ਸਕਾਂਗਾ। ਹਾਕਮ ਨੂੰ ਚੱਕੀ 'ਚ ਕਢਾਉਣ ਲਈ ਵਕੀਲ ਕਰਨਾ ਪੈਣਾ, ਵਕੀਲ ਕਰਨ ਲਈ ਫੀਸ ਦੇਣੀ ਪੈਣੀ ਹੈ, ਪੈਸਾ ਕਿੱਥੋਂ ਆਏਗਾ? ਸਵੇਰ ਦੀ ਗਿਣਤੀ ਸਮੇਂ ਮੁਸੱਦੀ ਨੇ ਪਾਲੇ ਮੀਤੇ ਨੂੰ ਲੱਭਿਆ। ਉਹਨਾਂ ਤੋਂ ਸੰਮਤੀ ਵਾਲਿਆਂ ਦੇ ਨਾਂ ਪਤੇ ਨੋਟ ਕੀਤੇ, ਜੇਬ 'ਚ ਪਾ ਲਏ ਅਤੇ ਮਨ ਤਕੜਾ ਕਰਕੇ ਉਹ ਹੁਣ ਤਨਹਾਈ ਕੋਠੜੀਆਂ ਵੱਲ ਜਾ ਰਿਹਾ ਸੀ। ਅੱਜ ਨਾ ਉਹਨੂੰ ਕਿਸੇ ਜਸੂਸ ਦਾ ਭੁਲੇਖਾ ਪਿਆ, ਨਾ ਉਹਨੇ ਪਿਛਾਂਹ ਮੁੜ ਕੇ ਦੇਖਿਆ। ਬੈਰਕ ਕੋਲ ਜਾ ਕੇ ਉਹਨੇ ਖੰਘਣਾ ਸ਼ੁਰੂ ਕੀਤਾ। ਕੋਠੜੀ ਕੋਲ ਜਾ ਕੇ ਪੈਰ ਚਾਲ ਤੇਜ਼ ਕੀਤੀ। ਉਹਦਾ ਖਿਆਲ ਸੀ ਹਾਕਮ ਖੜਕਾ ਸੁਣ ਕੇ ਸੁਚੇਤ ਹੋ ਜਾਏਗਾ, ਉੱਠ ਕੇ ਬੈਠ ਜਾਏਗਾ, ਉਹਨੂੰ ਵਾਧੂ ਗੱਲਾਂ ਕਰਨ ਦਾ ਮੌਕਾ ਮਿਲ ਜਾਏਗਾ। ਪਰ ਇਹ ਉਹਦੇ ਹਵਾਈ ਕਿਲੇ ਸਨ। ਹਾਕਮ ਅੱਧ ਮੋਇਆ ਹੋਇਆ ਪਿਆ ਸੀ, ਉਹਦਾ ਮੂੰਹ ਅੱਧਾ ਖੁੱਲ੍ਹਾ ਸੀ, ਵਿੱਚ ਮੱਖੀਆਂ ਫਿਰ ਉੱਡ ਰਹੀਆਂ ਸਨ। ਜਾਪਦਾ ਸੀ ਉਸ ਵਿੱਚ ਮੱਖੀਆਂ ਉਠਾਉਣ ਦੀ ਹਿੰਮਤ ਨਹੀਂ ਸੀ। ਉਹਦੇ ਸਰੀਰ 'ਚ ਬੂ ਆ ਰਹੀ ਸੀ। ਜਾਪਦਾ ਸੀ ਟੱਟੀ ਪਿਸ਼ਾਬ ਵਿੱਚੇ ਨਿਕਲ ਗਿਆ ਸੀ। ਵਕੀਲ ਦੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ, ਇਸ ਕਾਲ ਕੋਠੜੀ 'ਚ ਭੁੱਖ ਹੜਤਾਲ ਦਾ ਕੀ ਫਾਇਦਾ? ਸੋਚਦੇ ਮੁਸੱਦੀ ਨੇ ਸਥਿਤੀ ਦਾ ਜਾਇਜ਼ਾ ਲਿਆ। ਮੁਸੱਦੀ ਨੇ ਹਾਕਮ ਦਾ ਸਰੀਰ ਟੋਇਆ, ਉਹ ਭੱਠ ਵਾਂਗ ਤਪ ਰਿਹਾ ਸੀ। ਹਾਕਮ ਮੁਸੱਦੀ ਨੂੰ ਪਹਿਚਾਨਣ ਦਾ ਯਤਨ ਕਰਨ ਲੱਗਾ, ਪਰ ਕੁਝ ਸਮਝ ਨਾ ਆਇਆ। ਮੁਸੱਦੀ ਦੀਆਂ ਅੱਖਾਂ ਭਰ ਆਈਆਂ, ਉਹਦਾ ਮਨ ਭੁੱਬਾ ਮਾਰ ਕੇ ਰੋਣ ਨੂੰ ਕੀਤਾ। ਮੁਸੱਦੀ ਚਾਹੁੰਦਾ ਸੀ ਉਹ ਹਾਕਮ ਕੋਲ ਬੈਠੇ, ਉਹਦੀ ਸੇਵਾ ਕਰੇ, ਉਸ ਨਾਲ ਗੱਲਾਂ ਕਰੇ, ਪਰ ਸਿਰ 'ਤੇ ਆਖੜੇ ਸੰਤਰੀ ਨੇ ਪੇਸ਼ ਨਾ ਜਾਣ ਦਿੱਤੀ। ਪਹਿਲਾਂ ਮੁਸੱਦੀ ਨੇ ਬੈਰਕ ਦੇ ਚੀਫ ਵਾਰਡਰ ਨੂੰ ਸੂਚਿਤ ਕੀਤਾ, ਹਾਕਮ ਦੀ ਹਾਲਤ ਤਰਸਯੋਗ ਹੈ। ਉਹਦੇ ਕੰਨ 'ਤੇ ਜੂੰ ਨਾ ਸਰਕੀ। ਕੈਦੀ ਮਰਨਾ ਜਾਂ ਪਾਗਲ ਹੋਣਾ ਆਮ ਜਿਹਾ ਵਰਤਾਰਾ ਸੀ। ਚੱਕਰ 'ਚ ਆ ਕੇ ਉਹਨੇ ਸਹਾਇਕ ਦਰੋਗੇ ਨੂੰ ਝੰਝੋੜਿਆ, ਉਹਨੇ ਖੁਸ਼ੀ ਮਨਾਈ। ਇਹੋ ਤਾਂ ਅਸੀਂ ਚਾਹੁੰਦੇ ਹਾਂ, ਆਖ ਕੇ ਉਹਨੇ ਮੂੰਹ ਦੂਜੇ ਪਾਸੇ ਕਰ ਲਿਆ। ਡਿਉੜੀ 'ਚ ਆ ਕੇ ਉਹਨੇ ਡਿਪਟੀ ਕੋਲ ਦੁਹਾਈ ਪਾਈ। ਡਿਪਟੀ ਨੇ ਮੁਸੱਦੀ ਨੂੰ ਡਾਂਟਿਆ, ਆਪਣਾ ਮੂੰਹ ਖੋਲ੍ਹ ਕੇ ਤੂੰ ਨਿਯਮਾਂ ਦੀ ਉਲੰਘਣਾ ਕਰ ਰਿਹਾ। ਜੇ ਤੂੰ ਸਾਡਾ ਵਫ਼ਾਦਾਰ ਨਾ ਹੁੰਦਾ ਤਾਂ ਅੱਜ ਤੇਰੀ ਰਿਹਾਈ ਦਾ ਦਿਨ ਨਾ ਹੁੰਦਾ, ਤਾਂ ਮੈਂ ਤੈਨੂੰ ਕਰੜੀ ਸਜ਼ਾ ਦਿੰਦਾ। ਮੁਸੱਦੀ ਕਿਸੇ ਹੋਰ ਕੋਲ ਭਾਂਡਾ ਨਾ ਭੰਨ ਦੇ, ਇਸ ਲਈ ਜੇਲ੍ਹ ਸੁਪਰਡੈਂਟ ਨੇ 4 ਘੰਟੇ ਪਹਿਲਾਂ ਹੀ ਉਹਦੀ ਰਿਹਾਈ ਦਾ ਵਾਰੰਟ ਬਣਾਇਆ ਅਤੇ ਉਹਨੂੰ ਜੇਲ੍ਹੋਂ ਬਾਹਰ ਕੱਢਤਾ। ਵੱਡੇ ਦਰਵਾਜ਼ਿਓਂ ਬਾਹਰ ਨਿਕਲਦੇ ਹੀ ਮੁਸੱਦੀ ਦੇ ਨਵੇਂ ਖੰਭ ਨਿਕਲ ਆਏ। ਹੁਣ ਉਹ ਜੋ ਜੀ ਆਏ ਬੋਲ ਸਕਦਾ ਸੀ, ਜਿੱਧਰ ਦਿਲ ਕਰੇ ਉਡਾਰੀ ਮਾਰ ਸਕਦਾ ਸੀ। ਝਟਪਟ ਉਹ ਬੱਸ ਸਟੈਂਡ ਗਿਆ, ਸੰਮਤੀ ਵਾਲੇ ਬਾਬੇ ਦੇ ਸ਼ਹਿਰ ਜਾਣ ਵਾਲੀ ਬੱਸ ਚੜ੍ਹ ਗਿਆ। ਅੰਗ 57। ਹਾਕਮ ਸਿੰਘ ਦੀ ਹਾਲਤ ਬਾਰੇ ਸੁਣ ਕੇ ਬਾਬਾ ਗੁਰਦਿੱਤ ਸਿੰਘ ਦੀਆਂ ਅੱਖਾਂ ਭਰ ਆਈਆਂ। ਲਾਲ ਗੁਦੜੀਆਂ 'ਚ ਰੁਲ ਰਹੇ ਆ, ਉਹਨੂੰ ਸੰਭਾਲਣਾ ਚਾਹੀਦਾ। ਕਾਨੂੰਨੀ ਚਾਰਾ
ਜੋਈ ਕਰਨ ਲਈ ਬਾਬੇ ਨੇ ਲੀਗਲ ਸੈੱਲ ਦੀ ਮੀਟਿੰਗ ਬੁਲਾਈ। ਲੀਗਲ ਸੈੱਲ ਵਾਲੇ ਹਾਕਮ ਵੱਲੋਂ ਕੀਤੇ ਕੰਮਾਂ ਬਾਰੇ ਸੁਣ ਸੁਣ ਮੂੰਹਾਂ 'ਚ ਉਂਗਲਾਂ ਪਾਉਣ ਲੱਗੇ। ਸੰਮਤੀ ਵਾਲੇ ਕਦੇ ਪਾਲੇ ਮੀਤੇ ਨੂੰ ਮਿਲਣ ਕੇਂਦਰੀ ਜੇਲ੍ਹ ਜਾਂਦੇ ਹੁੰਦੇ ਸੀ। ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਗਰੀਬ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਵਿੱਢੀ ਮੁਹਿੰਮ ਬਾਰੇ ਵੀ ਸੁਣਿਆ ਸੀ। ਉਹਨਾਂ ਸੋਚਿਆ ਸੀ ਸੁਪਰੀਮ ਕੋਰਟ ਤੋਂ ਡਰਦੀ ਇਹ ਕੰਮ ਸੂਬਾ ਸਰਕਾਰ ਕਰ ਰਹੀ ਹੈ। ਪਤਾ ਹੁੰਦਾ ਇਹ ਕੰਮ ਹਾਕਮ ਦੇ ਪੈਰੋਂ ਸ਼ੁਰੂ ਹੋਇਆ ਤਾਂ ਸੰਮਤੀ ਝੱਟ ਉਸ ਨਾਲ ਸੰਪਰਕ ਕਰਦੀ, ਉਹਦੀ ਮੁਹਿੰਮ ਨੂੰ ਹੋਰ ਅੱਗੇ ਤੋਰਦੀ। 7 ਦਿਨ ਤਨਹਾਈ 'ਚ ਰਹਿਣ ਕਾਰਨ ਹਾਕਮ ਦੀ ਜੋ ਹਾਲਤ ਹੋਈ ਸੀ ਉਹ ਤੋਂ ਬਾਅਦ ਉਹ ਨਹੀਂ ਇਹ ਨਹੀਂ ਆਖਿਆ ਜਾ ਸਕਦਾ ਸੀ ਕਿ ਡੁੱਲੇ ਬੈਰਾਂ ਦਾ ਕੁਝ ਨਹੀਂ ਵਿਗੜਿਆ। ਬੈਰਾਂ ਦਾ ਬਹੁਤ ਕੁਝ ਵਿਗੜ ਚੁੱਕਾ ਸੀ, ਕੁਝ ਬਚਦਾ ਹੋਵੇ ਤਾਂ ਬਚਾ ਲੈਣਾ ਚਾਹੀਦਾ ਸੀ। ਫੌਰੀ ਤੌਰ 'ਤੇ ਹਾਕਮ ਨੂੰ ਕੀੜਿਆਂ ਦੇ ਭੌਣ ਤੋਂ ਕਿਵੇਂ ਬਚਾਇਆ ਜਾਵੇ ਇਸ ਬਾਰੇ ਗੁਰਮੀਤ ਸਿੰਘ ਸੁਝਾਉਣ ਲੱਗਾ। ਕਾਨੂੰਨੀ ਚਾਰਾ ਜੋਈ ਨਾਲ ਫੌਰੀ ਸਹਾਇਤਾ ਸੰਭਵ ਨਹੀਂ ਹੈ। ਸਥਾਨਕ ਅਦਾਲਤਾਂ ਨੂੰ ਜੇਲ੍ਹ ਪ੍ਰਸ਼ਾਸਨ ਦੇ ਕੰਮ 'ਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਰਿੱਟ ਹਾਈ ਕੋਰਟ 'ਚ ਦਾਇਰ ਕਰਨੀ ਪਏਗੀ, ਉਸ ਲਈ ਤਰ੍ਹਾਂ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਲੋੜ ਪਏਗੀ। ਉਹਨਾਂ 'ਚ ਬਹੁਤੇ ਜੇਲ੍ਹ ਪ੍ਰਸ਼ਾਸਨ ਦੇ ਕਬਜ਼ੇ 'ਚ ਹਨ, ਇਹ ਆਸਾਨੀ ਨਾਲ ਪ੍ਰਾਪਤ ਨਹੀਂ ਹੋਣੇ। ਨਕਲਾਂ ਹਾਸਲ ਕਰਨ ਲਈ ਕਈਆਂ ਨਾਲ ਟੱਕਰ ਲੈਣੀ ਪਏਗੀ। ਕਾਨੂੰਨ ਵੀ ਕੈਦੀ ਦੇ ਹੱਕ 'ਚ ਨਹੀਂ ਹੈ। ਸਜ਼ਾ ਸੁਣਾਉਣ ਬਾਅਦ ਅਦਾਲਤ ਦਾ ਕੈਦੀ ਉੱਪਰ ਅਧਿਕਾਰ ਖਤਮ ਹੋ ਜਾਂਦਾ ਹੈ। ਸਰਕਾਰ ਕੈਦੀ ਨਾਲ ਜਿਸ ਤਰ੍ਹਾਂ ਮਰਜ਼ੀ ਨਜਿੱਠੇ, ਹਾਈ ਕੋਰਟ ਕੋਲੋਂ ਵੀ ਰਾਹਤ ਮਿਲਣੀ ਯਕੀਨੀ ਨਹੀਂ। ਇਸ ਲਈ ਅਦਾਲਤ ਦਾ ਦਰਵਾਜ਼ਾ ਸੋਚ ਸਮਝ ਕੇ ਅਤੇ ਪੂਰੀ ਤਿਆਰੀ ਬਾਅਦ ਖੜਕਾਵਾਂਗੇ। ਲੋਹੇ ਨੂੰ ਕੱਟਣ ਲਈ ਅਸੀਂ ਲੋਹੇ ਦਾ ਪ੍ਰਯੋਗ ਕਰਾਂਗੇ, ਕਾਨੂੰਨੀ ਚਾਰਾ ਜੋਰੀ ਦੀ ਥਾਂ ਇਸ ਲਈ ਸੰਘਰਸ਼ ਵਿੱਢਾਂਗੇ। ਜੇਲ੍ਹ ਪ੍ਰਸ਼ਾਸਨ ਨੂੰ ਇਹ ਜਤਾਉਣ ਲਈ ਕਿ ਸੰਘਰਸ਼ ਸੰਮਤੀ ਨੇ ਹਾਕਮ ਦਾ ਕੇਸ ਆਪਣੇ ਹੱਥ 'ਚ ਲੈ ਲਿਆ, 3 ਵਕੀਲਾਂ ਦੀ ਇੱਕ ਟੀਮ ਹਾਕਮ ਦੀ ਮੁਲਾਕਾਤ ਲਈ ਜੇਲ੍ਹ ਜਾਏਗੀ। ਇੰਨੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਸਰਕਣ ਲੱਗ ਜਾਏਗੀ। ਜੋਸ਼ 'ਚ ਆਇਆ ਪਿਆਰੀ ਲਾਲ ਆਪਣੇ ਸੁਝਾਅ ਦੇਣ ਲੱਗਾ, 1-2 ਮੈਂਬਰੀ ਟੀਮ ਹੋਰ ਬਣਾਈ ਜਾਵੇ, ਉਹ ਸੈਸ਼ਨ ਜੱਜ ਨੂੰ ਮਿਲੇ, ਉਸ ਕੋਲੋਂ ਉਹਨਾਂ ਸ਼ਿਕਾਇਤਾਂ ਦੀਆਂ ਨਕਲਾਂ ਲਏ ਜਿਹੜੀਆਂ ਉਹਨੇ ਪ੍ਰਸ਼ਾਸਨ ਵਿਰੁੱਧ ਜੱਜ ਕੋਲ ਕੀਤੀਆਂ ਹਨ, ਨਾਲ ਉਸ ਤੋਂ ਉਹਦੀ ਰਿਪੋਰਟ ਦੀ ਨਕਲ ਹਾਸਲ ਕੀਤੀ ਜਾਏ। ਮੁਸੱਦੀ ਨੇ ਸੰਮਤੀ ਨੂੰ ਇੱਕ ਹੋਰ ਸੂਚਨਾ ਵੀ ਦਿੱਤੀ। ਉਹ ਕਹਿੰਦਾ ਸੀ ਹਾਕਮਾਂ ਨੇ ਬੇਨਾਮੀ ਸ਼ਿਕਾਇਤਾਂ 1-2 ਹੀ ਕੀਤੀਆਂ ਹਨ, ਉਹਨਾਂ ਦਸਤਾਵੇਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਜਿਹੜੇ ਉਹਨੇ ਜੇਲ੍ਹ ਸੁਧਾਰਾਂ ਸੰਬੰਧੀ ਲਿਖੇ ਹਨ। ਇਹ ਸੁਝਾਅ ਉਹਨੇ ਹਾਈ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੇ ਹਨ। ਕਦੇ ਕਦੇ ਸਰਕਾਰ ਉਹਨਾਂ ਦਸਤਾਵੇਜ਼ਾਂ ਉੱਪਰ ਜੇਲ੍ਹ ਪ੍ਰਸ਼ਾਸਨ ਕੋਲੋਂ ਟਿੱਪਣੀ ਮੰਗਦੀ ਹੁੰਦੀ ਸੀ। ਬਾਅਦ ਵਿੱਚ ਇਹ ਦਸਤਾਵੇਜ਼ ਪਤਾ ਨਹੀਂ ਕਿੱਥੇ ਗੁਆਚ ਜਾਂਦੇ ਸਨ, ਕਦੇ ਕਿਸੇ ਸੁਝਾਅ 'ਤੇ ਅਮਲ ਨਹੀਂ ਹੋਇਆ। ਹਾਈ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲੋਂ ਇਹ ਦਸਤਾਵੇਜ਼ ਹਾਸਲ ਕੀਤੇ ਜਾਣ, ਬਾਬੇ ਨੇ ਹਾਈ ਕੋਰਟ ਇਕਾਈ ਨੂੰ ਸੰਦੇਸ਼ ਭੇਜਿਆ। ਗੁਰਮੀਤ ਸਿੰਘ ਦੀ ਅਗਵਾਈ 'ਚ ਵਕੀਲਾਂ ਦਾ 3 ਮੈਂਬਰੀ ਵਫਦ ਬਣਾਇਆ ਗਿਆ। ਕੱਲ੍ਹ ਨੂੰ ਦਫ਼ਤਰ ਖੁੱਲਦਿਆਂ ਹੀ ਜੇਲ੍ਹ ਪ੍ਰਸ਼ਾਸਨ 'ਤੇ ਧਾਵਾ ਬੋਲਿਆ ਜਾਏ। ਬਾਬੇ ਵੱਲੋਂ ਵਫਦ ਨੂੰ ਇਹ ਹੁਕਮ ਸੁਣਾਇਆ ਗਿਆ। ਅੰਗ 58। ਸੰਮਤੀ ਦੇ ਵਕੀਲ ਹਾਕਮ ਨੂੰ ਮਿਲਣ ਆਏ ਹਨ, ਇਹ ਸੁਨੇਹਾ ਮਿਲਦੇ ਹੀ ਜੇਲ੍ਹ ਅਧਿਕਾਰੀਆਂ ਦੇ ਪਿੱਸੂ ਪੈ ਗਏ, ਝਾਟੋ ਸਿਰ ਜੋੜ ਕੇ ਬੈਠ ਗਏ। ਵਫਦ ਨੂੰ ਕਿਸ ਤਰ੍ਹਾਂ ਬੇਰੰਗ ਮੋੜਿਆ ਜਾਵੇ ਇਸ ਮੁੱਦੇ 'ਤੇ ਵਿਚਾਰ ਹੋਣ ਲੱਗੀ। ਹਾਕਮ ਦੀ ਅਪੀਲ ਸੁਪਰੀਮ ਕੋਰਟ ਤੱਕ ਰੱਦ ਹੋ ਚੁੱਕੀ ਹੈ। ਹੇਠਲੀ ਜਾਂ ਉਤਲੀ ਕਿਸੇ ਵੀ ਅਦਾਲਤ ਵਿੱਚ ਮਾਮਲਾ ਵਿਚਾਰ ਅਧੀਨ ਨਹੀਂ ਹੈ, ਇਸ ਲਈ ਹਾਕਮ ਨੂੰ ਕਿਸੇ ਕਾਨੂੰਨੀ ਸਲਾਹ ਦੀ ਲੋੜ ਨਹੀਂ। ਇਸ ਤਰਕ ਦੇ ਆਧਾਰ 'ਤੇ ਪਹਿਲੀ ਦਰਖਾਸਤ ਰੱਦ ਕੀਤੀ ਗਈ। ਵਕੀਲ ਅਖੀਰ ਵਕੀਲ ਸਨ, ਉਹ ਵੀ ਕੱਚੀਆਂ ਗੋਲੀਆਂ ਨਹੀਂ ਸੀ ਖੇਡ ਰਹੇ। ਉਹਨਾਂ ਨੇ ਦੂਜੀ ਦਰਖਾਸਤ ਪੇਸ਼ ਕੀਤੀ, ਅਸੀਂ ਹਾਕਮ ਦੇ ਦੋਸਤ ਹਾਂ, ਇਸ ਰੂਪ 'ਚ ਉਹਨੂੰ ਮਿਲਣਾ ਚਾਹੁੰਦੇ ਹਾਂ। ਜੇਲ੍ਹ ਅਧਿਕਾਰੀਆਂ ਦੇ ਸਿਰ ਫਿਰ ਚਕਰਾਉਣ ਲੱਗੇ। ਹੁਣ ਇਸ ਮੁਸੀਬਤ ਤੋਂ ਖਹਿੜਾ ਕਿਸ ਤਰ੍ਹਾਂ ਛੁਡਾਇਆ ਜਾਵੇ ਉਹ ਫਿਰ ਸੋਚਣ ਲੱਗੇ। ਵੱਡੀ ਸਮੱਸਿਆ ਇੱਕ ਛੋਟੇ ਮੁਲਾਜ਼ਮ ਨੇ ਸੁਲਝਾਈ, ਅੱਜ ਵੀਰਵਾਰ ਹੈ, ਮੁਲਾਕਾਤ ਬੰਦ ਹੈ। ਵਕੀਲ ਹਥਿਆਰ ਸੁੱਟਣ ਵਾਲੇ ਨਹੀਂ ਸਨ, ਉਹ ਜ਼ਿਲ੍ਹਾ ਮੈਜਿਸਟਰੇਟ ਨਾਲ ਜਾ ਟਕਰਾਏ। ਸੰਮਤੀ ਵਾਲਿਆਂ ਦੀ ਗੱਲ ਸੁਣ ਕੇ ਜ਼ਿਲ੍ਹਾ ਮੈਜਿਸਟਰੇਟ ਦੰਗ ਰਹਿ ਗਿਆ। ਇੱਕ ਪੜ੍ਹੇ ਲਿਖੇ ਕੈਦੀ ਨੂੰ ਤਨਹਾਈ ਕੋਠੜੀ 'ਚ ਬੰਦ ਕਰਤਾ, ਮੈਥੋਂ ਅਗਾਊਂ ਮਨਜ਼ੂਰੀ ਤੱਕ ਕੀ ਲੈਣੀ ਸੀ, ਮੈਨੂੰ ਸੂਚਿਤ ਤੱਕ ਨਹੀਂ ਕੀਤਾ। ਗਲਤੀ ਸੁਧਾਰਨ ਲਈ ਉਹਨੇ ਵਿਸ਼ੇਸ਼ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ। ਜੇਲ੍ਹ ਪ੍ਰਸ਼ਾਸਨ ਨੇ ਸੰਮਤੀ ਦੇ ਇਰਾਦੇ ਭਾਂਪ ਲਏ, ਇਹ ਬੁਰੇ ਦੇ ਘਰ ਤੱਕ ਜਾਣ ਲਈ ਮਸ਼ਹੂਰ ਹਨ, ਆਸਾਨੀ ਨਾਲ ਖਹਿੜਾ ਨਹੀਂ ਛੁੱਟਣਾ। ਸੰਮਤੀ ਵਾਲਿਆਂ ਦੇ ਮੁੜਨ ਤੱਕ ਉਹਨਾਂ ਨੇ ਹਾਕਮ ਨੂੰ ਤਨਹਾਈ ਕੋਠੜੀ 'ਚੋਂ ਕੱਢਿਆ, ਨਵਾਇਆ ਧੁਆਇਆ, ਸਾਫ਼ ਸੁਥਰੇ ਕੱਪੜੇ ਪਵਾਏ, ਡਾਕਟਰ ਨੂੰ ਘਰੋਂ ਬੁਲਾ ਕੇ ਉਹਨੂੰ ਹਸਪਤਾਲ ਦਾਖਲ ਕਰਾਇਆ। ਜਾਈ ਅਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਰਜਿਸਟਰਾਂ ਵਿੱਚ ਖਾਲੀ ਖਾਨੇ ਛੱਡੇ ਜਾਂਦੇ ਹਨ, ਉਹ ਭਰੇ। ਹਾਕਮ ਨੂੰ ਚੱਕਰ ਆਉਣ ਕਾਰਨ ਡਿੱਗਣ ਕਾਰਨ ਜ਼ਖਮੀ ਹੋਣ ਅਤੇ ਜ਼ਖਮੀ ਹੋਣ ਕਾਰਨ ਹਸਪਤਾਲ ਦਾਖਲ ਹੋਇਆ ਦਿਖਾਇਆ। ਹਾਕਮ 8 ਦਿਨ ਤੋਂ ਭੁੱਖਾ ਸੀ, ਮੂੰਹ ਥਾਈਂ ਕੁਝ ਅੰਦਰ ਸੁੱਟਣਾ ਖਤਰੇ ਭਰਿਆ ਸੀ। ਕੁਝ ਤਾਕਤ ਦੇਣ ਲਈ ਪੌਸ਼ਟਿਕ ਖੁਰਾਕ ਡ੍ਰਿਪ ਰਾਹੀਂ ਅੰਦਰ ਸੁੱਟੀ ਗਈ। ਕੁਝ ਦੇਰ ਬਾਅਦ ਸੰਮਤੀ ਵਾਲਿਆਂ ਨੂੰ ਦਫ਼ਤਰ ਬਿਠਾਇਆ ਗਿਆ, ਤਦ ਤੱਕ ਸਥਿਤੀ 'ਤੇ ਥੋੜ੍ਹਾ ਬਹੁਤ ਕਾਬੂ ਪਾਇਆ ਗਿਆ। ਅੱਜ ਹਾਕਮ ਬਹੁਤ ਉਤੇਜਿਤ ਹੋ ਗਿਆ ਸੀ, ਹੁਣੇ ਟੀਕੇ ਲਾ ਕੇ ਉਹਨੂੰ ਸੁਲਾਇਆ ਗਿਆ। ਉਠਾਉਣਾ ਠੀਕ ਨਹੀਂ, ਵੈਸੇ ਤੁਹਾਡੀ ਮਰਜ਼ੀ, ਹਸਪਤਾਲ ਲਿਜਾ ਕੇ ਡਾਕਟਰ ਵੱਲੋਂ ਉਹਨਾਂ ਨੂੰ ਸਮਝਾਇਆ ਗਿਆ। ਵਕੀਲ ਪ੍ਰਸ਼ਾਸਨ ਦੀ ਚਲਾਕੀ ਸਮਝ ਰਹੇ ਸਨ, ਉਹ ਵੀ ਚਲਾਕੀ ਤੋਂ ਕੰਮ ਲੈਣ ਲੱਗੇ।
ਉਹ ਜਾਣਦੇ ਸਨ ਹਾਕਮ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ। 2-4 ਘੰਟਿਆਂ 'ਚ ਉਹਦੀ ਹਾਲਤ ਸੁਧਰਨ ਵਾਲੀ ਨਹੀਂ। ਉਹ ਇਹ ਵੀ ਜਾਣਦੇ ਸੀ ਉਹ ਸੁੱਕ ਕੇ ਤੀਲਾ ਹੋ ਚੁੱਕਾ ਹੈ। 2 ਦਿਨਾਂ ਦੀ ਚੰਗੀ ਖੁਰਾਕ ਨਾਲ ਉਹਦੀਆਂ ਸੁੱਕੀਆਂ ਨਾੜਾਂ 'ਚ ਖੂਨ ਦੌੜਨ ਹੋ ਰਿਹਾ, ਨਾਲੇ ਉਹ ਕੈਦ 'ਚ ਸੀ, ਰਿਹਾਅ ਹੋਣ ਹੋ ਰਿਹਾ। ਬਿਨਾਂ ਮਤਲਬ ਪ੍ਰਸ਼ਾਸਨ ਨਾਲ ਟੱਕਰ ਲੈਣ ਦਾ ਕੋਈ ਫਾਇਦਾ ਨਹੀਂ। ਸੰਮਤੀ ਵਾਲਿਆਂ ਦਾ ਬੁੱਤਾ ਸਰ ਚੁੱਕਾ ਸੀ। ਜਿਸ ਤੇਜ਼ੀ ਨਾਲ ਉਹਨੂੰ ਮੌਤ ਦੇ ਮੂੰਹ ਪਾਇਆ ਜਾ ਰਿਹਾ ਸੀ, ਉਸੇ ਤੇਜ਼ੀ ਨਾਲ ਉਹਨੂੰ ਬਚਾਉਣ ਦਾ ਯਤਨ ਹੋ ਰਿਹਾ ਸੀ। ਹਾਲ ਦੀ ਘੜੀ ਇਹੋ ਬਹੁਤ ਸੀ। ਸੰਮਤੀ ਵਾਲਿਆਂ ਨੂੰ ਸਬਰ ਦਾ ਘੁੱਟ ਭਰ ਕੇ ਵਾਪਸ ਮੁੜਨਾ ਹੀ ਠੀਕ ਲੱਗਾ। ਅੰਗ 59। ਹਾਕਮ ਨੇ ਆਪਣੇ ਦਸਤਾਵੇਜ਼ਾਂ 'ਚ ਜਿਨ੍ਹਾਂ ਹਾਈ ਕੋਰਟ ਦੇ ਫੈਸਲਿਆਂ ਦਾ ਹਵਾਲਾ ਦਿੱਤਾ ਸੀ, ਉਹ ਫੈਸਲੇ ਸੁਣਾਉਣ ਵਾਲਾ ਜਸਟਿਸ ਸਿਨਹਾ ਅੱਜ ਕੱਲ੍ਹ ਹਾਈ ਕੋਰਟ ਦਾ ਚੀਫ ਜਸਟਿਸ ਸੀ। ਭੱਜ ਨੱਠ ਕਰਕੇ ਸੰਮਤੀ ਵਾਲਿਆਂ ਨੇ ਰਿੱਟ ਉਸੇ ਦੀ ਅਦਾਲਤ 'ਚ ਲਗਵਾ ਲਈ। ਮਨ ਭਾਉਂਦੇ ਸਿੱਟੇ ਨਿਕਲਣ ਲੱਗੇ, ਰਿੱਟ ਨਾਲ ਲੱਗੇ ਦਸਤਾਵੇਜ਼ ਪੜ੍ਹ ਕੇ ਜੱਜ ਦੇ ਰੌਂਗਟੇ ਖੜ੍ਹੇ ਹੋਣ ਲੱਗੇ। ਹਾਕਮ ਸੱਚ ਆਖਦਾ ਸੀ, ਕਦੇ ਕਦੇ ਭਾਵੁਕ ਹੋ ਕੇ ਅਦਾਲਤਾਂ ਕੈਦੀਆਂ ਦੇ ਹੱਕਾਂ ਦੀ ਰਾਖੀ ਕਰਨ ਦੀਆਂ ਵੱਡੀਆਂ ਵੱਡੀਆਂ ਫੜਾਂ ਮਾਰਦੀਆਂ ਹਨ। ਇਹਨਾਂ ਕ੍ਰਾਂਤੀਕਾਰੀ ਫੈਸਲਿਆਂ ਦੀ ਕੁਝ ਦਿਨ ਅਖਬਾਰਾਂ 'ਚ ਖੂਬ ਚਰਚਾ ਹੁੰਦੀ ਹੈ, ਤਰੀਫ ਪੜ੍ਹ ਕੇ ਜੱਜ ਫੁੱਲ ਕੇ ਕੁੱਪਾ ਹੋ ਜਾਂਦੇ ਹਨ। ਸਮਝਦੇ ਹਨ ਉਹਨਾਂ ਨੇ ਸਮਾਜਿਕ ਨਿਆਂ ਲਈ ਰਸਤਾ ਖੋਲ੍ਹ ਦਿੱਤਾ ਹੈ, ਹੁਣ ਰਾਮ ਰਾਜ ਆਪੇ ਆ ਜਾਏਗਾ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ 4 ਦਿਨਾਂ ਦੀ ਚਾਂਦਨੀ ਫਿਰ ਹਨੇਰੀ ਰਾਤ ਆਉਂਦੀ ਹੈ। ਹਾਕਮ ਨੇ ਆਪਣੇ ਦਸਤਾਵੇਜ਼ਾਂ 'ਚ ਕੈਦੀਆਂ ਦੀ ਜੋ ਦੁਰਦਸ਼ਾ ਬਿਆਨੀ ਹੈ, ਜੋ ਉਹਦੇ 10ਵੇਂ ਹਿੱਸੇ ਨੂੰ ਸਹੀ ਮੰਨ ਲਿਆ ਜਾਏ ਤਾਂ ਵੀ ਇਹ ਸਿੱਟਾ ਨਿਕਲਦਾ ਹੈ ਕਿ ਸਰਕਾਰ ਨੇ ਉਹ ਫੈਸਲੇ ਅਤੇ ਉਹਨਾਂ 'ਚ ਜੇਲ੍ਹ ਸੁਧਾਰਾਂ ਸੰਬੰਧੀ ਦਿੱਤੀਆਂ ਹਦਾਇਤਾਂ ਪਾੜ ਕੇ ਰੱਦੀ ਦੀ ਟੋਕਰੀ 'ਚ ਸੁੱਟ ਦਿੱਤੇ ਹਨ। ਜੇਲ੍ਹ ਅੰਦਰਲੇ ਹਾਲਾਤ ਸੁਧਰਨ ਦੀ ਥਾਂ ਵਿਗੜ ਰਹੇ ਹਨ। ਚੀਫ ਨੇ ਆਪਣੇ ਫੈਸਲਿਆਂ 'ਚ ਇਸ ਸਮੱਸਿਆ ਨੂੰ ਨਜਿੱਠਣ ਲਈ ਵਰਤੀ ਜਾ ਰਹੀ ਅਣਗਹਿਲੀ ਕਾਰਨ ਸਰਕਾਰ ਨੂੰ ਭੰਡਿਆ ਸੀ, ਹੁਣ ਉਹਨੂੰ ਨਿਆਂਪਾਲਿਕਾ ਵੱਲੋਂ ਆਪਣੇ ਫੈਸਲਿਆਂ ਨੂੰ ਲਾਗੂ ਕਰਾਉਣ 'ਚ ਵਰਤੀ ਜਾ ਰਹੀ ਲਾਪਰਵਾਹੀ 'ਤੇ ਸ਼ਰਮ ਆਉਣ ਲੱਗੀ। ਲੱਗਾ ਸਭ ਇੱਕੋ ਥੈਲੀ ਦੇ ਚੱਟੇ ਵੱਟੇ ਹਨ। ਕੀ ਸੈਸ਼ਨ ਜੱਜ ਵਰਗੇ ਅਹਿਮ ਅਹੁਦਿਆਂ 'ਤੇ ਬੈਠੇ ਵਿਅਕਤੀ ਵੀ ਆਪਣੇ ਫਰਜ਼ਾਂ ਪ੍ਰਤੀ ਇੰਨੇ ਲਾਪਰਵਾਹ ਹਨ? ਕੀ ਅਫਸਰ ਜੇਲ੍ਹ ਨੂੰ ਵੀ ਸੈਰ ਸਪਾਟੇ ਵਾਲੀ ਥਾਂ ਸਮਝਦੇ ਹਨ? ਚੀਫ ਨੂੰ ਯਕੀਨ ਨਹੀਂ ਸੀ ਆ ਰਿਹਾ। ਝੱਟ ਉਹਦੀ ਸੋਚ ਪਲਟਾ ਖਾਣ ਲੱਗੀ। ਉਹ ਖੁਦ ਵੀ ਸੈਸ਼ਨ ਜੱਜਾਂ ਵਰਗਾ ਹੈ। ਕਈ ਵਾਰ ਉਹਨੇ ਸਰਕਾਰ ਨੂੰ ਕੈਦੀਆਂ ਦੀ ਹੱਕ ਸੁਰੱਖਿਅਤ ਕਰਨ 'ਤੇ ਨਿਯਮ ਬਣਾਉਣ ਦੀ ਲੋੜ 'ਤੇ ਹਦਾਇਤਾਂ ਦਿੱਤੀਆਂ ਹਨ। ਕਦੇ ਪਿੱਛੇ ਮੁੜ ਕੇ ਇਹ ਦੇਖਣ ਦਾ ਯਤਨ ਨਹੀਂ ਕੀਤਾ ਕਿ ਸਰਕਾਰ ਉਹਨਾਂ ਹਦਾਇਤਾਂ ਨੂੰ ਮੰਨਦੀ ਹੈ ਜਾਂ ਨਹੀਂ। ਉਹਨੇ ਇੱਕ ਵਾਰ ਵੀ ਜੇਲ੍ਹ ਦਾ ਦੌਰਾ ਨਹੀਂ ਕੀਤਾ। ਹਾਕਮ ਸੱਚ ਕਹਿੰਦਾ, ਇਹ ਫੈਸਲੇ ਕਾਨੂੰਨ ਦੀਆਂ ਪੁਸਤਕਾਂ ਦਾ ਸ਼ਿੰਗਾਰ ਅਤੇ ਖੋਜ ਵਿਦਿਆਰਥੀਆਂ ਦੀ ਖੋਜ ਦਾ ਮਸਾਲਾ ਤਾਂ ਬਣੇ ਹਨ, ਪਰ ਜਿਨ੍ਹਾਂ ਲਈ ਇਹ ਲਿਖੇ ਗਏ ਹਨ ਉਹਨਾਂ ਨੂੰ ਇਹਦਾ ਕੋਈ ਲਾਭ ਨਹੀਂ। ਨਾ ਜੇਲ੍ਹ ਪ੍ਰਸ਼ਾਸਨ ਹਦਾਇਤਾਂ ਦੀ ਪਾਲਣਾ ਕਰਦਾ ਹੈ, ਨਾ ਹੇਠਲੀਆਂ ਅਦਾਲਤਾਂ ਉਹਨਾਂ ਨੂੰ ਲਾਗੂ ਕਰਾਉਣ ਦਾ ਯਤਨ ਕਰਦੀਆਂ ਹਨ ਜਿਨ੍ਹਾਂ ਦੀ ਭਲਾਈ ਲਈ ਇਹ ਫੈਸਲੇ ਲਿਖੇ ਗਏ ਹਨ। ਉਹਨਾਂ ਨੂੰ ਇਹਨਾਂ ਦੀ ਭਿਣਕ ਤੱਕ ਨਹੀਂ, ਫਿਰ ਕੀ ਲਾਭ ਹੈ ਇਹਨਾਂ ਫੈਸਲਿਆਂ ਦਾ? ਹਾਕਮ ਠੀਕ ਕਹਿ ਰਿਹਾ, ਸਣੇ ਨਿਆਂ ਪਾਲਿਕਾ ਸਾਰਾ ਆਵਾ ਉੱਤਿਆ ਪਿਆ। ਸੋਚਦੇ ਸਿਨਾਂ ਨੂੰ ਆਪਣੇ ਹੇਠਲੇ ਸਟਾਫ 'ਤੇ ਗੁੱਸਾ ਚੜ੍ਹਨ ਲੱਗਾ। ਹਾਕਮ ਕਈ ਸਾਲਾਂ ਤੋਂ ਹਾਈ ਕੋਰਟ ਨੂੰ ਖੱਤ ਲਿਖ ਰਿਹਾ, ਕਿੰਨੇ ਹੀ ਅਹਿਮ ਤੱਥ ਅਤੇ ਸੁਝਾਅ ਇਹਨਾਂ 'ਚ ਦਰਜ ਹਨ, ਜਾਪਦਾ ਰਜਿਸਟਰਾਰ ਨੇ ਇਹਨਾਂ ਨੂੰ ਕਦੇ ਧਿਆਨ ਨਾਲ ਪੜ੍ਹਿਆ ਹੀ ਨਹੀਂ। ਸਧਾਰਨ ਸ਼ਿਕਾਇਤ ਸਮਝ ਕੇ ਟਿੱਪਣੀ ਲਈ ਜੇਲ੍ਹ ਪ੍ਰਸ਼ਾਸਨ ਕੋਲ ਮੋੜਦਾ ਰਿਹਾ। ਜੇਲ੍ਹ ਪ੍ਰਸ਼ਾਸਨ ਨੇ ਉੱਤਰ ਦਿੱਤਾ ਹੈ ਜਾਂ ਨਹੀਂ, ਜੇ ਦਿੱਤਾ ਤਾਂ ਕੀ, ਕਦੇ ਇਹ ਜਾਣਨ ਦਾ ਯਤਨ ਨਹੀਂ ਕੀਤਾ। ਇੱਕ ਕੈਦੀ ਹਾਈ ਕੋਰਟ ਨੂੰ ਖੱਤ ਲਿਖ ਰਿਹਾ ਹੈ, ਇਹ ਗੱਲ ਕਦੇ ਚੀਫ ਦੇ ਧਿਆਨ 'ਚ ਨਹੀਂ ਲਿਆਂਦੀ ਗਈ। ਜਦੋਂ ਜਾਗੋ ਉਦੋਂ ਸਵੇਰਾ, ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦਾ ਮਨ ਬਣਾ ਕੇ ਚੀਫ ਹੁਕਮ ਸੁਣਾਉਣ ਲੱਗਾ, ਸਫਾਈ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਮਾਇਆਨਗਰ ਦੇ ਸੈਸ਼ਨ ਜੱਜ ਨੂੰ ਹਦਾਇਤ ਹੋਈ, ਜ਼ਿਲ੍ਹਾ ਮੈਜਿਸਟਰੇਟ ਨੂੰ ਨਾਲ ਲੈ ਕੇ ਉਹ ਤੁਰੰਤ ਜੇਲ੍ਹ ਦਾ ਦੌਰਾ ਕਰੇ, ਜਾਂਦਿਆਂ ਹੀ ਜੇਲ੍ਹ ਦਾ ਸਾਰਾ ਰਿਕਾਰਡ ਸੀਲ ਕਰੇ, ਗੋਦਾਮਾਂ 'ਚ ਪਏ ਅਨਾਜ ਦੀ ਮਾਹਿਰਾਂ ਕੋਲੋਂ ਜਾਂਚ ਕਰਾਏ, ਹਸਪਤਾਲ 'ਚ ਦਾਖਲ ਮਰੀਜ਼ਾਂ ਦਾ ਮੁਆਇਨਾ ਹੋਵੇ, ਉਹ ਕਿਸ ਕਿਸ ਬਿਮਾਰੀ ਦਾ ਸ਼ਿਕਾਰ ਹਨ ਇਹਦਾ ਵਿਸਥਾਰ ਸਹਿਤ ਰਿਪੋਰਟ ਤਿਆਰ ਕੀਤੀ ਜਾਏ, ਹਾਕਮ ਦੇ ਦਸਤਾਵੇਜ਼ਾਂ 'ਚ ਦਰਜ ਹਰ ਨੁਕਤੇ 'ਤੇ ਟਿੱਪਣੀ ਹੋਵੇ। ਸੈਸ਼ਨ ਜੱਜ ਨੂੰ ਇੱਕ ਹੋਰ ਹਦਾਇਤ ਹੋਈ, ਉਹ ਉਹਨਾਂ ਚਿਰ ਜੇਲ੍ਹ 'ਚ ਹਾਜ਼ਰ ਰਹੇ ਜਿੰਨਾ ਚਿਰ ਸਾਰੀ ਪੜਤਾਲ ਮੁਕੰਮਲ ਨਹੀਂ ਹੁੰਦੀ। ਇਹ ਵੀ ਸਪਸ਼ਟ ਕੀਤਾ ਗਿਆ, ਅੱਗੇ ਤੋਂ ਹੋਈ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਫਿਰ ਮਾਇਆਨਗਰ ਦੇ ਸਿਵਲ ਸਰਜਨ ਨੂੰ ਹਦਾਇਤ ਹੋਈ, 3 ਮਾਹਿਰ ਡਾਕਟਰਾਂ ਨੂੰ ਨਾਲ ਲੈ ਕੇ ਹਾਕਮ ਸਿੰਘ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਦੀ ਘੋਖ ਕਰੇ, ਨਿਰਖ ਪਰਖ ਆਧੁਨਿਕ ਤਕਨੀਕ ਦੇ ਆਧਾਰ 'ਤੇ ਹੋਵੇ, ਰਿਪੋਰਟ ਦੇ ਨਾਲ ਨਾਲ ਹਾਈ ਕੋਰਟ ਨੂੰ ਟੈਸਟ ਰਿਪੋਰਟਾਂ ਵੀ ਭੇਜੀਆਂ ਜਾਣ। ਸੂਬੇ ਦੇ ਮੁੱਖ ਸਕੱਤਰ ਨੂੰ ਹਦਾਇਤ ਹੋਈ, ਉਹ ਗ੍ਰਹਿ ਸਕੱਤਰ ਨੂੰ ਨਾਲ ਲੈ ਕੇ ਸਾਰੀਆਂ ਜੇਲ੍ਹਾਂ ਦਾ ਦੌਰਾ ਕਰੇ, ਹਾਕਮ ਨੇ ਜੇਲ੍ਹਾਂ 'ਚ ਹੁੰਦੇ ਜੋ ਜੋ ਕੁਕਰਮ ਜ਼ਿਕਰ ਕੀਤੇ ਹਨ ਉਹਨਾਂ ਦਾ ਅਧਿਐਨ ਕਰੇ, 15 ਦਿਨਾਂ ਬਾਅਦ ਵਿਸਤ੍ਰਿਤ ਰਿਪੋਰਟ ਲੈ ਕੇ ਦੇਵੇ, ਦੋਵੇਂ ਅਫਸਰ ਅਦਾਲਤ ਵਿੱਚ ਹਾਜ਼ਰ ਹੋਣ। ਚੀਫ ਜਸਟਿਸ ਕਿਸੇ ਵੀ ਸਮੇਂ ਕਿਸੇ ਵੀ ਜੇਲ੍ਹ ਦਾ ਦੌਰਾ ਕਰ ਸਕਦਾ ਹੈ, ਜੇਲ੍ਹ ਵਿਭਾਗ ਤਿਆਰ ਰਹੇ। ਅੰਗ 60। ਚੀਫ ਜਸਟਿਸ ਵੱਲੋਂ ਸਰਕਾਰ ਦੀ ਹੋਈ ਖਿਚਾਈ ਦੀਆਂ ਖ਼ਬਰਾਂ ਅਗਲੇ ਦਿਨ ਵੱਡੀਆਂ ਸੁਰਖੀਆਂ ਬਣ ਕੇ ਅਖਬਾਰਾਂ 'ਚ ਛਪੀਆਂ। ਮੀਡੀਆ ਨੇ ਇਸ ਮਸਲੇ ਨੂੰ ਪੂਰੀ ਤਰ੍ਹਾਂ ਉਛਾਲਿਆ। ਸਾਬਕਾ ਕੈਦੀਆਂ ਅਤੇ ਮਾਹਿਰਾਂ ਨੂੰ
ਬੁਲਾ ਕੇ ਜੇਲ੍ਹ ਪ੍ਰਬੰਧ ਤੇ ਜੇਲ੍ਹ ਸੁਧਾਰਾਂ ਬਾਰੇ ਬਹਿਸਾਂ ਆਰੰਭ ਦਿੱਤੀਆਂ। ਉਸ ਤੋਂ ਅਗਲੇ ਦਿਨ ਤੋਂ ਜੇਲ੍ਹਾਂ 'ਚ ਹੁੰਦੇ ਅੱਤਿਆਚਾਰ ਤੇ ਘਪਲਿਆਂ ਦੇ ਸਨਸਨੀਖੇਜ਼ ਕਿੱਸੇ ਅਖਬਾਰਾਂ 'ਚ ਛਪਣ ਲੱਗੇ। ਹੋਰ ਕੁਝ ਦਿਨ ਬਾਅਦ ਲੋਕ ਸੜਕਾਂ ਉੱਪਰ ਉਤਰਨ ਲੱਗੇ, ਰੋਸ ਮੁਜ਼ਾਹਰੇ ਤੇ ਰੈਲੀਆਂ ਹੋਣ ਲੱਗੀਆਂ। ਜੇਲ੍ਹ ਸੁਧਾਰ ਲਾਗੂ ਕਰਨ ਤੇ ਕਸੂਰਵਾਰ ਜੇਲ੍ਹ ਕਰਮਚਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਜ਼ੋਰ ਫੜਨ ਲੱਗੀ। ਸਰਕਾਰ ਨੂੰ ਫਿਕਰ ਹੋਣ ਲੱਗਾ, ਸੰਮਤੀ ਪਹਿਲਾਂ ਹੀ ਮਾਣਨੀ ਸੀ, ਉਹਨੂੰ ਸਰਕਾਰ ਦੀ ਦਾੜੀ ਨੂੰ ਹੱਥ ਪਾਉਣ ਦਾ ਮੁਫ਼ਤ 'ਚ ਮੌਕਾ ਮਿਲਣ ਲੱਗਾ। ਜੇਲ੍ਹ ਮੰਤਰੀ ਮੁੱਖ ਮੰਤਰੀ ਅਫਸਰਾਂ ਦੀ ਖਿਚਾਈ ਕਰਨ ਲੱਗੇ, ਮਸਲਾ ਤੁਰੰਤ ਕਾਬੂ 'ਚ ਕਰੋ, ਸਰਕਾਰ ਕੋਲੋਂ ਜੋ ਐਲਾਨ ਕਰਾਉਣੇ ਹਨ ਕਰਾਓ, ਚੋਣਾਂ ਸਿਰ ਤੇ ਹਨ, ਸਰਕਾਰ ਕਿਸੇ ਵੀ ਕਿਸਮ ਦਾ ਜੋਖਮ ਨਹੀਂ ਉਠਾ ਸਕਦੀ। ਗ੍ਰਹਿ ਸਕੱਤਰ ਤੇ ਮੁੱਖ ਸਕੱਤਰ ਨੂੰ ਆਪਣਾ ਪਾਲਾ ਖਾਣ ਲੱਗਾ। ਪੜਤਾਲ ਦੌਰਾਨ ਪੜਤਾਲੀਆ ਕਮੇਟੀ ਨੂੰ ਖਾਮੀਆਂ ਤੋਂ ਸਿਵਾ ਕੁਝ ਨਹੀਂ ਸੀ ਲੱਭਾ। ਜੇਲ੍ਹਾਂ 'ਚ ਸਹੁੰ ਖਾਣ ਜੋਗਾ ਇੱਕ ਵੀ ਚੰਗਾ ਕੰਮ ਨਹੀਂ ਸੀ ਹੋ ਰਿਹਾ। ਮੁੱਖ ਸਕੱਤਰ ਨੇ ਕਈ ਵਾਰ ਜ਼ਿਲ੍ਹਾ ਮੈਜਿਸਟਰੇਟ ਨੂੰ ਫੋਨ ਕੀਤਾ, ਸਰਕਾਰ ਦੀ ਮਦਦ ਕਰਨ ਦੀ ਗੁਹਾਰ ਲਾਈ। ਜ਼ਿਲ੍ਹਾ ਮੈਜਿਸਟਰੇਟ ਸਰਕਾਰ ਦੀ ਮਦਦ ਕਰਨੀ ਚਾਹੁੰਦਾ ਹੋਇਆ ਵੀ ਕੁਝ ਨਹੀਂ ਸੀ ਕਰ ਸਕਿਆ। ਗ੍ਰਹਿ ਸਕੱਤਰ ਨੇ ਸੈਸ਼ਨ ਜੱਜ ਤੱਕ ਪਹੁੰਚ ਕੀਤੀ, ਉਹਦਾ ਦੂਰ ਦਾ ਰਿਸ਼ਤੇਦਾਰ ਸੀ। ਸੈਸ਼ਨ ਜੱਜ ਨੂੰ ਆਪਣਾ ਪਾਲਾ ਖਾ ਰਿਹਾ ਸੀ, ਉਹ ਪਹਿਲੀ ਮਦਦ ਉੱਪਰ ਹੀ ਪਛਤਾ ਰਿਹਾ ਸੀ। ਚੀਫ ਜਸਟਿਸ ਇਮਾਨਦਾਰੀ ਲਈ ਪ੍ਰਸਿੱਧ ਸੀ, ਬੀਸੀਆਂ ਬੇਈਮਾਨ ਜੱਜਾਂ ਨੂੰ ਉਹ ਘਰ ਦਾ ਰਸਤਾ ਦਿਖਾ ਚੁੱਕਾ ਸੀ। ਸੈਸ਼ਨ ਜੱਜ ਦੀ ਆਪਣੀ ਧੌੜੀ ਬਾਜਾ ਇਹੋ ਬਹੁਤ ਸੀ, ਉਹ ਵੀ ਹੱਥ ਖੜੇ ਕਰ ਗਿਆ। ਇਹੋ ਮਜਬੂਰੀ ਸਿਵਲ ਸਰਜਨ ਨੇ ਪ੍ਰਗਟਾਈ। ਆਟੇ 'ਚ ਲੂਣ ਤਾਂ ਰਲ ਸਕਦਾ, ਲੂਣ 'ਚ ਆਟਾ ਕਹਿਣਾ ਮੁਸ਼ਕਿਲ ਹੈ। ਹਿਸਾਬ ਕਿਤਾਬ 'ਚ ਬਹੁਤ ਵੱਡੀ ਹੇਰਾਫੇਰੀ ਸੀ। ਕਾਗਜ਼ਾਂ 'ਚ ਜੇਲ੍ਹ 'ਚ ਸਕੂਲ ਚੱਲਦਾ ਦਿਖਾਇਆ ਗਿਆ ਸੀ, 50,000 ਰੁਪਏ ਪ੍ਰਤੀ ਸਾਲ ਖਰਚਾ ਪਾਇਆ ਗਿਆ ਸੀ। ਜੇਲ੍ਹ 'ਚ ਡਸਟਰ ਤੇ ਚੌਕ ਤੱਕ ਨਹੀਂ ਸੀ, ਇਹੋ ਹਾਲ ਖੇਡਾਂ ਦਾ ਸੀ। ਚੀਫ ਜਸਟਿਸ ਦੇ ਗੁੱਸੇ ਨੂੰ ਕਿਸ ਤਰ੍ਹਾਂ ਠੰਡਾ ਕੀਤਾ ਜਾਏ, ਗ੍ਰਹਿ ਸਕੱਤਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਸਾਹਮਣੇ ਇਹ ਸਮੱਸਿਆ ਸੀ। ਕਈ ਦਿਨਾਂ ਦੇ ਵਿਚਾਰ ਵਟਾਂਦਰੇ ਬਾਅਦ ਇੱਕ ਹੱਲ ਲੱਭਿਆ ਗਿਆ, ਚੁੱਪ ਕਰਕੇ ਹਥਿਆਰ ਸੁੱਟ ਦਿੱਤੇ ਜਾਣ। ਕੱਲ੍ਹ ਜੇਲ੍ਹ ਸੁਧਾਰ ਅਗਲੀ ਪੇਸ਼ੀ ਤੋਂ ਪਹਿਲਾਂ ਲਾਗੂ ਕਰ ਦਿੱਤੇ ਕੁਝ ਜੇਲ੍ਹ ਸੁਧਾਰ ਅਗਲੀ ਪੇਸ਼ੀ ਤੋਂ ਪਹਿਲਾਂ ਲਾਗੂ ਕਰ ਦਿੱਤੇ ਜਾਣ, ਬਾਕੀਆਂ ਬਾਰੇ ਬਜਟ 'ਚ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਜਾਏ। ਕਸੂਰਵਾਰ ਅਧਿਕਾਰੀਆਂ ਦਾ ਪੱਕ ਪੂਰਨ ਦੀ ਥਾਂ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਏ, ਇਹਨਾਂ ਲੀਹਾਂ 'ਤੇ ਕਾਰਵਾਈ ਹੋਣ ਲੱਗੀ। ਪਹਿਲੇ ਦਿਨ ਜੇਲ੍ਹ ਮੰਤਰੀ ਨੇ ਪ੍ਰੈਸ ਕਾਨਫਰੰਸ ਬੁਲਾਈ ਅਤੇ ਮੰਨਿਆ ਮਾਇਆ ਨਗਰ ਦੇ ਜੇਲ੍ਹ ਸੁਪਰਡੈਂਟ ਨੇ ਆਪਣੇ ਫਰਜ਼ ਨਿਭਾਉਣ 'ਚ ਕੁਤਾਹੀ ਕੀਤੀ ਹੈ। ਉਹਨੇ ਕੈਦੀਆਂ ਉੱਤੇ ਅੱਤਿਆਚਾਰ ਕੀਤੇ ਹਨ, ਉਹਨਾਂ ਦੇ ਰਾਸ਼ਨ ਪਾਣੀ 'ਚ ਹੇਰਾਫੇਰੀ ਕਰਕੇ ਆਪਣੇ ਮਹਿਲ ਉਸਾਰੇ ਹਨ। ਡਿਪਟੀ ਸੁਪਰਡੈਂਟ ਉਹਦਾ ਭਾਈਵਾਲ ਹੈ, ਸਹਾਇਕ ਦਰੋਗਾ ਔਰਤਾਂ ਔਰਤ ਕੈਦੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਹੈ। ਇਸ ਤਰ੍ਹਾਂ ਚੀਫ ਵਾਰਡਰ ਹਰੀ ਓਮ ਵੀ ਕੈਦੀਆਂ ਨਾਲ ਗੈਰ ਮਨੁੱਖੀ ਵਿਵਹਾਰ ਕਰਦਾ। ਇਹਨਾਂ ਸਭ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ। ਸੁਪਰਡੈਂਟ ਵਿਰੁੱਧ ਸਰਕਾਰੀ ਮਾਲ ਗਬਨ ਕਰਨ ਅਤੇ ਸਹਾਇਕ ਦਰੋਗੇ ਵਿਰੁੱਧ ਬਲਾਤਕਾਰ ਦੇ ਮੁਕੱਦਮੇ ਦਰਜ ਕਰਨ ਲਈ ਲਿਖ ਦਿੱਤਾ ਗਿਆ ਹੈ। ਨਾਲੇ ਪੁਲਿਸ ਕਪਤਾਨ ਨੂੰ ਹਦਾਇਤ ਹੋਈ ਹੈ, ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸੀਖਾਂ ਵਿੱਚ ਸੁੱਟਿਆ ਜਾਏ। ਡਿਪਟੀ ਨੂੰ ਜਬਰੀ ਰਿਟਾਇਰ ਕਰਾ ਦਿੱਤਾ ਗਿਆ, ਕਾਨੂੰਨੀ ਕਾਰਵਾਈ ਮੁਕੰਮਲ ਕਰਕੇ ਬਾਕੀਆਂ ਨੂੰ ਵੀ ਨੌਕਰੀਆਂ ਕੱਢਿਆ ਜਾਏਗਾ। ਉਸ ਤੋਂ ਅਗਲੇ ਦਿਨ ਮੁੱਖ ਮੰਤਰੀ ਵੱਲੋਂ ਐਲਾਨ ਹੋਏ, ਜੇਲ੍ਹ ਹਸਪਤਾਲ ਦੇ ਬਿਸਤਰਿਆਂ ਦੀ ਗਿਣਤੀ ਦੁੱਗਣੀ ਕੀਤੀ ਗਈ, ਡਾਕਟਰਾਂ ਦੀ ਗਿਣਤੀ 'ਚ 1-3 ਕੀਤੀ ਗਈ, ਦਵਾਈਆਂ ਦੇ ਦਾ ਬਜਟ ਵਧਾਇਆ ਗਿਆ, ਬੰਦ ਪਿਆ ਸਕੂਲ ਖੋਲ੍ਹਿਆ ਗਿਆ, ਸਕੂਲ ਚਲਾਉਣ ਲਈ ਮਾਸਟਰ ਭੇਜੇ ਗਏ, ਪੁਰਾਣਾ ਅਨਾਜ ਨਸ਼ਟ ਕੀਤਾ ਗਿਆ, ਮਿਆਰੀ ਅਨਾਜ ਲੰਗਰ 'ਚ ਭੇਜਿਆ ਗਿਆ, ਪੁਰਾਣੇ ਕੈਦੀ ਭਲਾਈ ਬੋਰਡ ਨੂੰ ਭੰਗ ਕੀਤਾ ਗਿਆ, ਨਵੇਂ ਬੋਰਡ ਦੇ ਜਲਦੀ ਗਠਨ ਕਰਨ ਦਾ ਭਰੋਸਾ ਦਵਾਇਆ ਗਿਆ। ਨਾਲ ਐਲਾਨ ਹੋਇਆ ਬੋਰਡ ਵਿੱਚ ਸੰਮਤੀ ਦੇ ਨੁਮਾਇੰਦੇ ਲਏ ਜਾਣਗੇ, ਜੇਲ੍ਹ ਪ੍ਰਬੰਧ ਵਿੱਚ ਅੱਗੇ ਤੋਂ ਕੈਦੀਆਂ ਨੂੰ ਵੀ ਹਿੱਸੇਦਾਰ ਬਣਾਇਆ ਜਾਏਗਾ। ਹਾਕਮ ਵਰਗੇ ਕਾਬਲ ਕੈਦੀ ਨਾਲ ਹੋਏ ਧੱਕੇ ਨੂੰ ਤੇ ਮੁੱਖ ਮੰਤਰੀ ਨੇ ਅਫਸੋਸ ਪ੍ਰਗਟ ਕੀਤਾ, ਗਲਤੀ ਨੂੰ ਸੁਧਾਰਨ ਲਈ ਉਸ ਲਈ ਵਿਸ਼ੇਸ਼ ਰਿਆਇਤਾਂ ਦਾ ਐਲਾਨ ਕੀਤਾ, ਵਿਗੜੇ ਮਾਨਸਿਕ ਸੰਤੁਲਨ ਨੂੰ ਥਾਂ ਸਿਰ ਲਿਆਉਣ ਲਈ ਉਹਨੂੰ ਯਾਰਾਂ ਦੋਸਤਾਂ ਅਤੇ ਪਰਿਵਾਰਾਂ ਦੇ ਮੈਂਬਰਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ, ਮਨ ਮਰਜ਼ੀ ਦੇ ਹਸਪਤਾਲ 'ਚੋਂ ਇਲਾਜ ਕਰਵਾਉਣ ਦੀ ਖੁੱਲ੍ਹ ਦਿੱਤੀ ਗਈ, 6 ਮਹੀਨੇ ਛੁੱਟੀ ਦੇ ਨਾਲ ਇਲਾਜ ਦਾ ਸਾਰਾ ਖਰਚਾ ਦੇਣ ਦਾ ਭਰੋਸਾ ਦਵਾਇਆ। ਇੰਨੇ ਨਾਲ ਲੋਕਾਂ ਦਾ ਰੋਹ ਮੱਠਾ ਪੈਣ ਲੱਗਾ, ਹੁਣ ਵਾਰੀ ਸੀ ਚੀਫ ਜਸਟਿਸ ਦਾ ਗੁੱਸਾ ਠੰਡਾ ਕਰਨ ਦੀ। ਗਲਾਂ 'ਚ ਪੱਲੂ ਪਾ ਕੇ ਦੋਵੇਂ ਸਕੱਤਰ ਹਾਈਕੋਰਟ ਤੇ ਕੋਰਟ ਅੱਗੇ ਨਤਮਸਤਕ ਹੋਏ, ਮਾਫ਼ੀ ਮੰਗਣ ਬਾਅਦ ਸਰਕਾਰਾਂ ਵੱਲੋਂ ਭਰੋਸਾ ਦਵਾਇਆ। ਜੇਲ੍ਹ ਸੁਧਾਰ ਤੁਰੰਤ ਲਾਗੂ ਕਰਨ ਲਈ ਕੈਬਨਿਟ ਕਮੇਟੀ ਦਾ ਗਠਨ ਕਰਤਾ ਗਿਆ, ਹਾਕਮ ਵੱਲੋਂ ਤਿਆਰ ਕੀਤੇ ਦਸਤਾਵੇਜ਼ ਉਸ ਕਮੇਟੀ ਨੂੰ ਭੇਜ ਦਿੱਤੇ ਗਏ ਆ, ਸਰਕਾਰ ਉਹਨਾਂ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ, ਹਾਕਮ ਦੀ ਲਿਆਕਤ ਅਤੇ ਉਹਦੇ ਤਜਰਬੇ ਦਾ ਫਾਇਦਾ ਉਠਾਇਆ ਜਾਏਗਾ, ਸਮੇਂ ਸਮੇਂ ਉਹਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਬੁਲਾਇਆ ਜਾਏਗਾ। ਹਾਕਮ ਦੀ ਰਿਹਾਈ ਹੋ ਗਈ, ਕਸੂਰਵਾਰ ਅਫਸਰਾਂ ਵਿਰੁੱਧ ਕਾਰਵਾਈ ਹੋ ਗਈ, ਰਿੱਟ 'ਚ ਮੰਗੀਆਂ ਮੰਗਾਂ ਦੇ ਪੂਰਾ ਹੋ ਜਾਣ ਬਾਅਦ ਰਿੱਟ ਖਾਰਜ ਹੋਣੀ ਚਾਹੀਦੀ ਸੀ। ਚੀਫ ਨੂੰ ਪਤਾ ਸੀ ਕਮੇਟੀਆਂ ਦੇ ਗਠਨ ਜਾਂ ਬਜਟ 'ਚ ਪੈਸੇ ਦਾ ਪ੍ਰਬੰਧ ਕਰਨ ਦੇ ਵਾਅਦੇ ਹਜ਼ਾਰਾਂ ਵਾਰ ਹੋਏ ਹਨ, ਮਸਲੇ ਨੂੰ ਲਟਕਾਉਣ ਲਈ ਅਜਿਹੇ ਬਹਾਨੇ ਲਾ ਲਾ ਨਿਆਂਪਾਲਿਕਾ ਨੂੰ ਹੋਰ ਬੁੱਧੂ ਨਹੀਂ ਬਣਾਇਆ ਜਾ ਸਕਦਾ। ਚੀਫ ਨੇ ਰਿੱਟ ਖਾਰਜ ਕਰਨ ਦੀ ਥਾਂ 6 ਮਹੀਨੇ ਦੀ ਤਾਰੀਖ ਪਾਈ,
ਨਾਲ ਸਰਕਾਰ ਨੂੰ ਹਦਾਇਤ ਕੀਤੀ ਕੈਬਨਿਟ ਕਮੇਟੀ ਦੀਆਂ ਮੀਟਿੰਗਾਂ ਜਲਦੀ ਜਲਦੀ ਕਰੋ ਹਰ ਮੀਟਿੰਗ ਦੀ ਕਾਰਵਾਈ ਦੀ ਰਿਪੋਰਟ ਹਾਈ ਕੋਰਟ ਨੂੰ ਭੇਜੋ ਅੰਤਿਮ ਰਿਪੋਰਟ ਅਗਲੀ ਤਾਰੀਖ ਤੇ ਪੇਸ਼ ਕਰੋ ਇਸ ਫੈਸਲੇ ਨੇ ਸਭ ਧਿਰਾਂ ਖੁਸ਼ ਕਰਤੀਆਂ ਸੰਮਤੀ ਖੁਸ਼ ਸੀ ਜ਼ਾਲਮ ਅਫਸਰਾਂ ਨੂੰ ਕੰਨ ਹੋ ਗਏ ਕੁਝ ਦੇਰ ਲਈ ਸਹੀ ਕੈਦੀਆਂ ਨੂੰ ਜ਼ੁਲਮਾਂ ਤੋਂ ਰਾਹਤ ਮਿਲੇਗੀ ਸਰਕਾਰ ਖੁਸ਼ ਸੀ ਸੌਖੇ 'ਚ ਖਹਿੜਾ ਛੁੱਟ ਗਿਆ 6 ਮਹੀਨੇ ਬਾਅਦ ਪਤਾ ਨਹੀਂ ਕਿਹੜਾ ਰਾਜਾ ਹੋਏਗਾ ਕਿਹੜੀ ਪਰਜਾ ਅੰਗ ਕਾਟਵਾਂ ਮੁਸੱਦੀ ਦੀ ਹਿੰਮਤ ਨਾਲ ਇੱਕੋ ਸਮੇਂ ਸੰਮਤੀ ਦੀ ਝੋਲ 'ਚ ਦੋ ਲਾਲ ਆ ਪਏ ਪਹਿਲਾ ਸੀ ਹਾਕਮ ਦੂਜਾ ਸੀ ਹਰੀਸ਼ ਹਰੀਸ਼ ਰਾਏ ਨੇ ਪੀੜਤ ਧਿਰ ਦਾ ਪੱਖ ਪੂਰਨ ਲਈ ਮਾਇਆ ਨਗਰ 'ਚ ਵਿਕਟਮ ਵੈਲਫੇਅਰ ਸੁਸਾਇਟੀ ਬਣਾਈ ਇਸ ਸੰਸਥਾ ਦਾ ਮੁੱਖ ਉਦੇਸ਼ ਮੁਲਜ਼ਮਾਂ ਹਵਾਲਾਤੀਆਂ ਅਤੇ ਕੈਦੀਆਂ ਨੂੰ ਬਿਨਾਂ ਮਤਲਬ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵਿਰੋਧ ਕਰਨਾ ਸੀ ਪੀੜਤ ਧਿਰ ਨਾਲ ਖਲੋ ਕੇ ਸੁਸਾਇਟੀ ਮੁਲਜ਼ਮ ਧਿਰ ਨੂੰ ਸਬਕ ਸਿਖਾਉਣ ਦਾ ਯਤਨ ਕਰਦੀ ਸੀ ਸੰਮਤੀ ਵਾਲੇ ਹਾਕਮ ਸਿੰਘ ਦੇ ਹੱਕ ਵਿੱਚ ਕੀਤੀ ਗਈ ਰਿੱਟ ਦੀਆਂ ਖਬਰਾਂ ਪੜ੍ਹ ਕੇ ਹਾਕਮ ਦੇ ਸਹੁਰੇ ਨੇ ਸੁਸਾਇਟੀ ਨਾਲ ਸੰਪਰਕ ਕੀਤਾ ਜਵਾਈ ਨੂੰ 10 ਸਾਲ ਸਜ਼ਾ ਕਰਵਾ ਕੇ ਉਹਦਾ ਕਾਲਜਾ ਠੰਡਾ ਨਹੀਂ ਸੀ ਹੋਇਆ ਉਹ ਚਾਹੁੰਦਾ ਸੀ ਜਿਵੇਂ ਉਹਦੀ ਧੀ ਦਾ ਦੀ ਅਰਥੀ ਹਾਕਮ ਦੇ ਘਰੋਂ ਨਿਕਲੀ ਸੀ ਉਸੇ ਤਰ੍ਹਾਂ ਜੇਲੋਂ ਹਾਕਮ ਦੀ ਲਾਸ਼ ਹੀ ਨਿਕਲੇ ਇਹ ਮਾਮਲਾ ਇੱਕ ਕੈਦੀ ਅਤੇ ਜੇਲ੍ਹ ਪ੍ਰਸ਼ਾਸਨ ਵਿਚਕਾਰ ਸੀ ਮੁਦਈ ਧਿਰ ਵਜੋਂ ਮੇਜਰ ਸਿੰਘ ਨੂੰ ਸੁਣਵਾਈ 'ਚ ਲੱਤ ਅੜਾਉਣ ਦਾ ਅਧਿਕਾਰ ਨਹੀਂ ਸੀ ਸੋਚ ਵਿਚਾਰ ਬਾਅਦ ਉਹਨੇ ਸੁਸਾਇਟੀ ਨਾਲ ਸੰਪਰਕ ਕੀਤਾ ਸੀ ਸੰਮਤੀ ਵਾਂਗ ਸੁਸਾਇਟੀ ਵੀ ਲੋਕ ਹਿੱਤ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਹੈ ਸੁਸਾਇਟੀ ਨੂੰ ਰਿੱਟ ਵਿੱਚ ਧਿਰ ਬਣ ਕੇ ਸਮੁੱਚੀ ਪੀੜਤ ਜਮਾਤ ਦਾ ਪੱਖ ਪੂਰਨਾ ਚਾਹੀਦਾ ਹੈ ਹਾਈ ਕੋਰਟ ਤੋਂ ਗੁਰਮੀਤ ਨੂੰ ਪਤਾ ਲੱਗਾ ਸੁਸਾਇਟੀ ਰਿੱਟ ਵਿੱਚ ਧਿਰ ਬਣਨ ਦੀ ਤਿਆਰੀ ਕਰ ਰਹੀ ਹੈ ਉਹਦਾ ਮੱਥਾ ਠਣ ਗਿਆ ਇੰਜ ਹੋਣ ਨਾਲ ਦੋ ਲੋਕ ਪੱਖੀ ਸੰਸਥਾਵਾਂ ਦਾ ਟਾਕਰਾ ਹੋਏਗਾ ਅਤੇ ਹਾਕਮ ਨੂੰ ਮਿਲਣ ਵਾਲੀ ਰਾਹਤ 'ਚ ਰੋੜਾ ਅਟਕੇਗਾ ਮਸਲਾ ਸੁਲਝਾਉਣ ਦੀ ਨੀਅਤ ਨਾਲ ਉਹ ਮਾਇਆ ਨਗਰ ਵਾਲੀ ਬੱਸ ਚੜ੍ਹ ਗਿਆ ਵਿਕਟਮ ਵੈਲਫੇਅਰ ਸੁਸਾਇਟੀ ਦੀਆਂ ਜ਼ਿਆਦਾ ਸਰਗਰਮੀਆਂ ਮਾਇਆ ਨਗਰ ਤੱਕ ਸੀਮਤ ਸਨ ਪਹਿਲਾਂ ਸੁਸਾਇਟੀ ਵੱਲੋਂ ਕੀਤੇ ਜਾਂਦੇ ਕੰਮ ਦੀ ਖਬਰ ਕਦੇ ਕਦਾਈ ਅਖਬਾਰਾਂ 'ਚ ਛਪਦੀ ਸੀ ਪਿਛਲੇ ਸਾਲ ਇਹ ਸੰਸਥਾ ਕਾਫ਼ੀ ਸੁਰਖੀਆਂ 'ਚ ਰਹੀ ਸੀ ਮਾਇਆ ਨਗਰ 'ਚ ਦੋ ਭਰਾਵਾਂ ਦੇ ਪਰਿਵਾਰਾਂ ਵਿਚਕਾਰ ਜਾਇਦਾਦ ਦੀ ਵੰਡ 'ਤੇ ਝਗੜਾ ਛਿੜ ਪਿਆ ਸੀ ਇੱਕ ਧਿਰ ਨੇ ਕੁਝ ਭਾੜੇ ਦੇ ਟੱਟੂ ਖਰੀਦ ਕੇ ਦੂਜੀ ਧਿਰ ਦੇ ਘਰ 'ਤੇ ਹਮਲਾ ਕਰਾਤਾ ਕੋਠੀ 'ਚ ਜਾ ਕੇ ਭਾੜੇ ਦੇ ਟੱਟੂ ਜ਼ਿਆਦਾ ਹੀ ਭੂਸਰ ਗਏ ਉਹਨਾਂ 'ਚੋਂ ਇੱਕ ਨੇ ਨੌਜਵਾਨ ਲੜਕੀ ਨੇਹਾ ਨਾਲ ਬਲਾਤਕਾਰ ਕਰਨਾ ਸ਼ੁਰੂ ਕਰਤਾ ਕੁੜੀ ਦੀ ਇੱਜ਼ਤ ਬਚਾਉਂਦਾ ਉਹਦਾ ਭਰਾ ਕਮਲ ਆਪਣੀ ਜਾਨ ਗਵਾ ਬੈਠਾ ਘਰ ਦੇ ਮੁਖੀ ਵੇਦ ਉਹਦੀ ਪਤਨੀ ਨੀਲਮ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਇਹ ਵਾਕਿਆ ਵੇਦ ਦੇ ਭਤੀਜੇ ਪੰਕਜ ਅਤੇ ਨੀਰਜ ਨੇ ਕਰਵਾਇਆ ਸੀ ਤਫਤੀਸ਼ ਦੌਰਾਨ ਸਾਜਿਸ਼ ਨੰਗੀ ਹੋ ਗਈ ਇੱਕ ਵਾਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਪਰ ਉਹ ਦੋਵੇਂ ਭਰਾ ਮਾਇਆ ਨਗਰ ਦੇ ਗਿਣੇ ਚੁਣੇ ਸਨਅਤਕਾਰਾਂ 'ਚੋਂ ਸਨ ਉਹਨਾਂ ਦੀਆਂ ਰਿਸ਼ਤੇਦਾਰੀਆਂ ਉਹਨਾਂ ਤੋਂ ਵੀ ਉੱਚੀਆਂ ਥਾਵਾਂ 'ਤੇ ਸਨ ਰਿਸ਼ਤੇਦਾਰ ਕਾਵਾਂ ਵਾਂਗ ਇਕੱਠੇ ਹੋ ਗਏ ਪੈਸਾ ਅਤੇ ਰਸੂਖ ਵਰਤ ਕੇ ਪਹਿਲਾਂ ਉਹਨਾਂ ਦੀ ਜ਼ਮਾਨਤ ਕਰਾਈ ਫਿਰ ਉਹਨਾਂ ਦੇ ਨਾਮ ਮੁਲਜ਼ਮਾਂ ਦੀ ਲਿਸਟ 'ਚੋਂ ਕਟਵਾ ਕੇ ਪੀੜਤ ਧਿਰ ਨਾਲ ਧੱਕਾ ਹੁੰਦਾ ਦੇ ਕੇ ਸੁਸਾਇਟੀ ਨੇ ਮੁਕੱਦਮਾ ਆਪਣੇ ਹੱਥ 'ਚ ਲੈ ਲਿਆ ਦੋਹਾਂ ਦੋਸ਼ੀਆਂ ਨੂੰ ਮੁੜ ਕਟਹਿਰੇ 'ਚ ਖੜਨਾ ਪੈ ਗਿਆ ਬਾਜੀ ਫਿਰ ਸਨਅਤਕਾਰ ਮਾਰ ਗਏ ਸੁਸਾਇਟੀ ਨੂੰ ਅੰਗੂਠਾ ਦਿਖਾ ਕੇ ਬਾ ਇੱਜ਼ਤ ਬਰੀ ਹੋ ਗਏ ਸੁਸਾਇਟੀ ਨੇ ਹਿੰਮਤ ਨਹੀਂ ਸੀ ਹਾਰੀ ਪੰਕਜ ਨੀਰਜ ਨੂੰ ਸਜ਼ਾ ਕਰਾਉਣ ਲਈ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਇਸ ਮੁਕੱਦਮੇ ਦੀ ਕਾਰਵਾਈ ਅਖਬਾਰਾਂ 'ਚ ਛਪਦੀ ਰਹੀ ਸੀ ਗੁਰਮੀਤ ਇਸ ਉੱਪਰ ਨਜ਼ਰ ਰੱਖਦਾ ਰਿਹਾ ਸੀ ਇਸ ਕਰਕੇ ਹਰੀਸ਼ ਰਾਏ ਅਤੇ ਉਹਦੀ ਸੁਸਾਇਟੀ ਬਾਰੇ ਬਹੁਤ ਕੁਝ ਜਾਣਦਾ ਸੀ ਹਰੀਸ਼ ਨੂੰ ਮਿਲ ਕੇ ਕੁਝ ਮੁੱਦੇ ਸਪਸ਼ਟ ਕਰਨ ਲਈ ਉਹਦੀ ਪਹਿਲਾਂ ਹੀ ਇੱਛਾ ਸੀ ਪਰ ਸਬੱਬ ਨਹੀਂ ਸੀ ਬਣਿਆ ਸਬੱਬ ਬਣਦਿਆਂ ਉਹ ਮਿਲ ਬੈਠੇ ਸਨ ਹਰੀਸ਼ ਵੀ ਸੰਮਤੀ ਦੀਆਂ ਸਰਗਰਮੀਆਂ ਤੋਂ ਜਾਣੂ ਸੀ ਉਹ ਸੰਮਤੀ ਦੇ ਉਦੇਸ਼ਾਂ ਨਾਲ ਸਹਿਮਤ ਨਹੀਂ ਸੀ ਬਿਨਾਂ ਲੁਕ ਛਿਪ ਦੇ ਹਰੀਸ਼ ਸੰਮਤੀ ਦੇ ਉਦੇਸ਼ਾਂ ਪ੍ਰਤੀ ਆਪਣੇ ਵਿਚਾਰ ਪ੍ਰਗਟਾਉਣ ਲੱਗਾ ਮੁਲਜ਼ਮਾਂ ਅਤੇ ਕੈਦੀਆਂ ਨੂੰ ਸਿਰ ਚੜ੍ਹਾਉਣ 'ਚ ਸਰਕਾਰ ਹੀ ਕਸਰ ਨਹੀਂ ਛੱਡਦੀ ਸਹੂਲਤਾਂ 'ਤੇ ਸਹੂਲਤਾਂ ਦੇ ਰਹੀ ਹੈ ਜੇ ਮੁਲਜ਼ਮ ਕਹੇ ਮੇਰੇ ਕੋਲ ਵਕੀਲ ਨੂੰ ਫੀਸ ਦੇਣ ਦੀ ਪਹੁੰਚ ਨਹੀਂ ਝੜ ਸਰਕਾਰ ਉਹਨੂੰ ਉੱਚ ਕੋਟੀ ਦਾ ਵਕੀਲ ਕਰ ਦਿੰਦੀ ਹੈ ਖਰਚਾ ਆਪ ਕਰਦੀ ਹੈ ਇੱਧਰ ਜੇ ਮੁਦਈ ਆਪਣੀ ਜੇਬ ਢਿੱਲੀ ਕਰਕੇ ਵਕੀਲ ਖੜਾ ਕਰੇ ਤਾਂ ਵੀ ਕਾਨੂੰਨ ਉਸ ਵਕੀਲ ਨੂੰ ਮੂੰਹ ਨਹੀਂ ਖੋਲ੍ਹਣ ਦਿੰਦਾ ਪੀੜਤ ਧਿਰ ਨੂੰ ਗਵਾਹੀ ਦੇਣ ਲਈ ਖੁਦ ਕਟਹਿਰੇ 'ਚ ਖੜਨਾ ਪੈਂਦਾ ਮੁਲਜ਼ਮ ਵੱਲੋਂ ਸਵਾਲ ਜਵਾਬ ਵਕੀਲ ਵੱਲੋਂ ਕੀਤੇ ਜਾਂਦੇ ਹਨ ਕਾਨੂੰਨ ਮੁਲਜ਼ਮ ਨੂੰ ਬੇਕਸੂਰ ਮੰਨ ਕੇ ਚੱਲਦਾ ਹੈ ਉਹਨੂੰ ਬਰੀ ਕਰਨ ਦਾ ਬਹਾਨਾ ਭਾਲਦਾ ਹੈ ਸੋ ਕੜੀਆਂ ਵਾਲੀ ਕਹਾਣੀ ਵਿੱਚ ਜੇ ਇੱਕ ਕੜੀ ਵੀ ਕਮਜ਼ੋਰ ਪੈ ਜਾਏ ਤਾਂ ਸਾਰੇ ਮਾਮਲੇ ਨੂੰ ਸ਼ੱਕੀ ਠਹਿਰਾ ਕੇ ਦੋਸ਼ੀ ਦੀਆਂ ਹੱਥ ਕੜੀਆਂ ਖੋਲ੍ਹ ਦਿੰਦਾ ਹੈ ਭੁੱਲੇ ਚੁੱਕੇ ਜੇ ਕਿਸੇ ਦੋਸ਼ੀ ਨੂੰ ਸਜ਼ਾ ਹੋ ਜਾਏ ਸਰਕਾਰ ਉਹਨੂੰ ਜਵਾਈਆਂ ਵਾਂਗ ਪਾਲਣਾ ਸ਼ੁਰੂ ਕਰ ਦਿੰਦੀ ਹੈ ਸਹੂਲਤਾਂ ਦੇ ਕੈਦ ਨੂੰ ਕੈਦ ਨਹੀਂ ਰਹਿਣ ਦਿੰਦੀ ਹਰ ਛਮਾਹੀ ਇੱਕ ਤਮਾਹੀ ਲਈ ਕੈਦੀ ਨੂੰ ਬੱਚੇ ਪੈਦਾ ਕਰਨ ਵਿਆਹਾਂ 'ਚ ਭੰਗੜੇ ਪਾਉਣ ਫਸਲਾਂ ਬੀਜਣ ਅਤੇ ਵੱਢਣ ਲਈ ਘਰ ਭੇਜ ਦਿੱਤਾ ਜਾਂਦਾ ਹੈ ਸਰਕਾਰ ਅਤੇ ਕਾਨੂੰਨ ਨੂੰ ਪੀੜਤ ਧਿਰ ਭੁੱਲੀ ਰਹਿੰਦੀ ਹੈ ਜਿਨ੍ਹਾਂ ਨੂੰ ਇਹਨਾਂ ਮੁਲਜ਼ਮਾਂ ਨੇ ਵਿਧਵਾ ਜਾਂ ਅਨਾਥ ਬਣਾਇਆ ਹੁੰਦਾ ਜਿਨ੍ਹਾਂ ਦੀਆਂ ਇੱਜ਼ਤਾਂ ਜਾਂ ਘਰ ਲੁੱਟੇ ਹੁੰਦੇ ਹਨ ਉਹਨਾਂ ਦਾ ਕਦੇ ਕਿਸੇ ਨੂੰ ਖਿਆਲ ਨਹੀਂ ਆਉਂਦਾ ਸਰਕਾਰ ਪੀੜਤ ਧਿਰ ਦੇ ਜ਼ਖਮਾਂ 'ਤੇ ਘੱਟ ਲੂਣ ਨਹੀਂ ਛਿੜਕ ਰਹੀ
ਰਹਿੰਦੀ ਖੁੰਦੀ ਕਸਰ ਤੁਸੀਂ ਲੋਕ ਕੱਢ ਦਿੰਦੇ ਹੋ। ਮੁਜਰਮਾਂ ਨੂੰ ਬਰੀ ਕਰਾਉਣ ਅਤੇ ਜੇਲ੍ਹ 'ਚ 5-17 ਸਹੂਲਤਾਂ ਦਵਾਉਣ ਲਈ ਝੰਡਾ ਚੁੱਕੀ ਫਿਰਦੇ। ਮੁਲਜ਼ਮ ਜਮਾਤ ਰਹਿਮਦਲੀ ਦੀ ਪਾਤਰ ਨਹੀਂ ਹੈ। ਜੇ ਸਮਾਜ ਨੂੰ ਸੁਖੀ ਦੇਖਣਾ ਤਾਂ ਇਹਨਾਂ ਨਾਲ ਸਖਤੀ ਨਾਲ ਨਿਬੜੋ। ਹਰੀਸ਼ ਦੀਆਂ ਗੱਲਾਂ ਸੁਣ ਕੇ ਗੁਰਮੀਤ ਨੂੰ ਸੁਸਾਇਟੀ ਦਾ ਉਦੇਸ਼ ਸਮਝ ਆ ਗਿਆ। ਦੋਹਾਂ ਸੰਸਥਾਵਾਂ ਦਾ ਉਦੇਸ਼ ਸਾਂਝਾ ਸੀ, ਬਸ ਰਸਤਿਆਂ ਦਾ ਫਰਕ ਸੀ। ਗੁਰਮੀਤ ਪਾੜੇ ਦੂਰ ਕਰਨ ਦਾ ਯਤਨ ਕਰਨ ਲੱਗਾ। ਸਮਤੀ ਸੁਸਾਇਟੀ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ, ਪਰ ਸਖਤੀ ਉਹਨਾਂ ਮੁਜਰਮਾਂ ਉੱਪਰ ਹੋਣੀ ਚਾਹੀਦੀ ਹੈ ਜਿਹੜੇ ਸੱਚਮੁੱਚ ਕਸੂਰਵਾਰ ਹਨ। ਜੇ ਪੁਲਿਸ ਆਪਣੀ ਖੱਲ ਬਚਾਉਣ ਲਈ ਕਿਸੇ ਗਰੀਬ ਨੂੰ ਮੁਜਰਮ ਬਣਾ ਦੇ, ਕਿ ਉਸ ਮਜ਼ਲੂਮ ਲਈ ਆਵਾਜ਼ ਬੁਲੰਦ ਕਰਨਾ ਜੁਰਮ ਹੈ? ਉਹ ਵੀ ਪ੍ਰਬੰਧ ਵੱਲੋਂ ਸਤਾਈ ਹੋਈ ਪੀੜਤ ਧੇਰੀ ਹੈ। ਕਿ ਅਸੀਂ ਉਹਨਾਂ ਸਾਧਨਹੀਣ ਲੋਕਾਂ ਨੂੰ ਸਜ਼ਾ ਦੇਣ ਦਈਏ ਜਿਹੜੇ ਬੇਕਸੂਰ ਹੁੰਦੇ ਵੀ ਇਸ ਲਈ ਸਜ਼ਾ ਖਾਣਗੇ ਕਿਉਂਕਿ ਉਹਨਾਂ ਕੋਲ ਉੱਚ ਕੋਟੀ ਦੇ ਵਕੀਲਾਂ ਨੂੰ ਦੇਣ ਲਈ ਫੀਸ ਨਹੀਂ ਜਾਂ ਗਵਾਹਾਂ ਨੂੰ ਖਰੀਦਣ ਦੀ ਪਰੋਖੋ ਨਹੀਂ? ਕਿ ਉਹ ਜੇਲ੍ਹ ਵਿੱਚ ਵੀ ਜੇਲ੍ਹ ਅਧਿਕਾਰੀਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੇ ਰਹਿਣ? ਜੇ ਕੋਈ ਕਿਸੇ ਮਜਬੂਰੀ ਕਾਰਨ ਜੁਰਮ ਕਰ ਬੈਠਾ ਹੈ, ਕਿ ਉਹਨੂੰ ਸੁਧਰਨ ਦਾ ਮੌਕਾ ਨਹੀਂ ਮਿਲਣਾ ਚਾਹੀਦਾ? ਆਪਣੇ ਪੈਰਾਂ ਸਿਰ ਖੜ੍ਹੇ ਹੋਣ ਲਈ ਕਿੱਤਾ ਸਿਖਲਾਈ ਦਾ ਮੰਗ ਦੀ ਮੰਗ ਕਰਨਾ ਜੁਰਮ ਹੈ? ਸਮਤੀ ਨਾ ਕਿਸੇ ਭੈੜੇ ਅਨਸਰ ਦਾ ਪੱਖ ਪੂਰਦੀ ਹੈ, ਨਾ ਕਿਸੇ ਰਿਸ਼ਵਤ ਖੋਰ ਦਾ। ਅਸੀਂ ਪਾਲੇ ਮੀਤੇ ਲਈ ਇਸ ਲਈ ਜੂਝ ਰਹੇ ਹਾਂ ਕਿਉਂਕਿ ਉਹ ਨਿਰਦੋਸ਼ ਹਨ। ਜਿੰਨਾ ਚਿਰ ਅਸੀਂ ਉਹਨਾਂ ਨੂੰ ਬਰੀ ਕਰਾਉਣ 'ਤੇ ਲਾ ਰਹੇ ਹਾਂ, ਉਨਾ ਹੀ ਸ਼ਹਿਰ ਦੇ ਇੱਕ ਰਈਸ ਮੁੰਡੇ ਹਰਮਨਵੀਰ ਨੂੰ ਗ੍ਰਿਫਤਾਰ ਕਰਾਉਣ ਲਈ ਵੀ ਲਾ ਰਹੇ ਹਾਂ। ਗੁਰਮੀਤ ਬੋਲ ਰਿਹਾ ਸੀ, ਹਰੀਸ਼ ਸੁਣ ਰਿਹਾ ਸੀ। ਕਿਸੇ ਪਾਸਿਓਂ ਕੋਈ ਕਿੰਤੂ ਪ੍ਰੰਤੂ ਨਹੀਂ ਸੀ ਹੋ ਰਿਹਾ। ਮੈਨੂੰ ਜਾਪਦਾ ਸੁਸਾਇਟੀ ਵਾਲਿਆਂ ਨੂੰ ਜੇਲ੍ਹ ਅੰਦਰਲੇ ਜੀਵਨ ਦਾ ਨਿੱਜੀ ਅਨੁਭਵ ਨਹੀਂ ਹੈ। ਕਦੇ ਤੱਥਾਂ ਦੀ ਘੋਖ ਕਰਕੇ ਵੇਖਣਾ, ਫਿਰ ਪਤਾ ਲੱਗੇਗਾ ਮਾਫੀਆਂ, ਛੁੱਟੀਆਂ, ਅਗਾਊਂ ਰਿਹਾਈਆਂ ਅਤੇ ਬੀ ਕਲਾਸ ਦੀਆਂ ਸਹੂਲਤਾਂ ਦਾ ਆਨੰਦ ਕੌਣ ਮਾਣਦਾ ਹੈ। ਅਸੀਂ ਪੰਕਜ ਜਾਂ ਹਰਮਨਵੀਰ ਵਰਗਿਆਂ ਲਈ ਸਹੂਲਤਾਂ ਨਹੀਂ ਮੰਗਦੇ। ਅਸੀਂ ਉਹਨਾਂ ਕੈਦੀਆਂ ਲਈ ਜੂਝ ਰਹੇ ਹਾਂ ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਉਹ ਕਿਸ ਜੁਰਮ 'ਚ ਫੜੇ ਗਏ ਹਨ। ਅਸੀਂ ਉਹਨਾਂ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਾਂ ਜਿਨ੍ਹਾਂ ਦੀ ਇੱਜ਼ਤ ਜੇਲ੍ਹ ਵਿੱਚ ਵੀ ਸੁਰੱਖਿਅਤ ਨਹੀਂ ਹੈ। ਕੀ ਤੁਹਾਡੀ ਸੰਸਥਾ ਅਜਿਹੇ ਪੀੜਤਾਂ ਨੂੰ ਸਹੂਲਤਾਂ ਦਿਵਾਉਣ ਦੇ ਵਿਰੁੱਧ ਹੈ? ਗੁਰਮੀਤ ਦੀਆਂ ਸਭ ਗੱਲਾਂ ਸੱਚ ਸਨ। ਬਿਨਾਂ ਕਾਰਨ ਕਿਸੇ ਨੁਕਤੇ ਦਾ ਵਿਰੋਧ ਕਰਨਾ ਹਰੀਸ਼ ਦਾ ਸੁਭਾਅ ਨਹੀਂ ਸੀ। ਚੁੱਪ ਕਰਕੇ ਉਹ ਗੁਰਮੀਤ ਦੀਆਂ ਗੱਲਾਂ ਸੁਣਦਾ ਰਿਹਾ। ਕੀ ਤੁਹਾਨੂੰ ਪਤਾ ਹੈ ਹਾਕਮ ਨੂੰ ਤਨਹਾਈ ਕੋਠੜੀ 'ਚ ਕਿਉਂ ਸੁੱਟਿਆ ਗਿਆ ਸੀ? ਉਹ ਸਾਡੇ ਵਾਂਗ ਵਕੀਲ ਹੈ, ਜ਼ਮੀਰ ਰੱਖਦਾ ਹੈ, ਕਾਨੂੰਨ ਦੀ ਅਸਲ ਮਨਸ਼ਾ ਨੂੰ ਸਮਝਦਾ ਹੈ। ਜਦੋਂ ਸਵਾਰਥੀ ਲੋਕ ਕਾਨੂੰਨ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਤੋੜਦੇ ਮਰੋੜਦੇ ਹਨ, ਸਾਡੇ ਵਾਂਗ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹਨੇ ਆਪਣੀਆਂ ਸੁੱਖ ਸਹੂਲਤਾਂ ਤਿਆਗ ਕੇ ਪਸ਼ੂਆਂ ਵਾਂਗ ਵਿਚਰ ਰਹੇ ਕੈਦੀਆਂ ਲਈ ਆਵਾਜ਼ ਬੁਲੰਦ ਕੀਤੀ। ਜੇ ਉਹ ਚਾਹੁੰਦਾ ਬਾਕੀ ਬੀ ਕਲਾਸ ਸਾਥੀਆਂ ਵਾਂਗ ਜੇਲ੍ਹ ਅਧਿਕਾਰੀਆਂ ਦੀ ਜੀ ਹਜ਼ੂਰੀ ਕਰਕੇ ਸੁੱਖ ਸਹੂਲਤਾਂ ਮਾਣਦਾ ਰਹਿੰਦਾ, ਉਲਟਾ ਹੋਰਾਂ ਲਈ ਉਹਨੇ ਅਫਸਰਾਂ ਦੀ ਨਾਰਾਜ਼ਗੀ ਮੁੱਲ ਲਈ। ਉਹ 10 ਸਾਲ ਦੀ ਕੈਦ ਕੱਟ ਚੁੱਕਾ ਹੈ, ਉਹਦੇ ਨਾਲ ਦੇ ਕਦੋਂ ਦੇ ਰਹਾ ਹੋ ਕੇ ਘਰਾਂ ਨੂੰ ਜਾ ਚੁੱਕੇ ਹੈ। ਮਾਫੀਆਂ ਦੀ ਥਾਂ ਉਹਨੂੰ ਸਜ਼ਾਵਾਂ ਮਿਲ ਰਹੀਆਂ ਹਨ। ਉਹਨੂੰ 20 ਸਾਲ ਕੈਦ ਕੱਟਣੀ ਪੈ ਸਕਦੀ ਹੈ। ਕਿ ਅਜਿਹੇ ਜੁਝਾਰੂ ਬੰਦੇ ਨੂੰ ਪਾਗਲ ਹੋਣੋ ਜਾਂ ਮੌਤ ਦੇ ਮੂੰਹ ਜਾਣੋ ਬਚਾਉਣਾ ਜੁਰਮ ਹੈ? ਹਾਕਮ ਨੂੰ ਨੋਚ ਨੋਚ ਕੇ ਖਾਣ ਲਈ ਗਿਰਜਾਂ 'ਚ ਸੁਟਵਾ ਕੇ ਸੁਸਾਇਟੀ ਕਿਸ ਉਦੇਸ਼ ਦੀ ਪੂਰਤੀ ਕਰ ਰਹੀ ਹੋਏਗੀ? ਮੈਨੂੰ ਸਮਝਾਓ। ਜੇ ਗੌਰ ਨਾਲ ਸੋਚੀਏ ਤਾਂ ਸਾਡੇ ਉਦੇਸ਼ ਸਾਂਝੇ ਹਨ। ਅਸੀਂ ਵੀ ਪੀੜਤ ਧਿਰ ਲਈ ਲੜ ਰਹੇ ਹਾਂ। ਫਰਕ ਇੰਨਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਪੀੜਤ ਸਮਝਦੇ ਹੋ ਜਿਨ੍ਹਾਂ ਦੇ ਵਿਰੋਧੀਆਂ ਤੱਕ ਕਾਨੂੰਨ ਦੀਆਂ ਮਾਹਾਂ ਪੁੱਜ ਨਹੀਂ ਸਕਦੀਆਂ। ਅਸੀਂ ਕੁਚੱਜੇ ਪ੍ਰਬੰਧ ਦੇ ਸਤਾਏ ਲੋਕਾਂ ਨੂੰ ਵੀ ਪੀੜਤ ਸਮਝਦੇ ਹਾਂ। ਕਿ ਪੰਕਜ ਨੀਰਜ ਨੂੰ ਕਟਹਿਰੇ 'ਚ ਖੜਾ ਕਰਨ ਨਾਲ ਮਸਲਾ ਹੱਲ ਹੋ ਜਾਏਗਾ? ਕਿ ਪਾਲੇ ਮੀਤੇ ਦੇ ਬਰੀ ਹੋਣ ਨਾਲ ਮੁੜ ਕਿਸੇ ਨਾਲ ਧੱਕਾ ਨਹੀਂ ਹੋਏਗਾ? ਸਭ ਕੁਝ ਪਹਿਲਾਂ ਵਾਂਗ ਹੀ ਚੱਲੇਗਾ, ਅਸੀਂ ਜਾਣਦੇ ਹਾਂ। ਇਕੱਲੇ ਇਕੱਲੇ ਵਿਅਕਤੀ ਲਈ ਲੜ ਕੇ ਬਹੁਤਾ ਕੁਝ ਨਹੀਂ ਸੰਵਰਨਾ। ਸਮੁੱਚੇ ਪ੍ਰਬੰਧ ਨੂੰ ਬਦਲ ਕੇ ਹੀ ਲੋਕਾਂ ਨੂੰ ਰਾਹਤ ਮਿਲੇਗੀ। ਇਹ ਛੋਟੀਆਂ ਛੋਟੀਆਂ ਲੜਾਈਆਂ ਉਸ ਮਨ ਲਈ ਪੌੜੀਆਂ ਹਨ। ਆਓ ਤੁਸੀਂ ਸਾਡੇ ਨਾਲ ਚੱਲੋ, ਆਪਾਂ ਰਲ ਮਿਲ ਕੇ ਸਾਂਝੇ ਉਦੇਸ਼ ਵੱਲ ਵਧੀਏ। ਸੰਮਤੀ ਨੀਰਜ ਪੰਕਜ ਨੂੰ ਸਜ਼ਾ ਕਰਾਉਣ 'ਚ ਤੁਹਾਡੀ ਮਦਦ ਕਰੇਗੀ। ਤੁਸੀਂ ਪਾਲੇ ਮੀਤੇ ਨੂੰ ਬਰੀ ਕਰਾਉਣ 'ਚ ਸਾਡੇ ਨਾਲ ਮੋਢਾ ਜੋੜੋ। ਆਪਾਂ ਹਾਕਮ ਨੂੰ ਵੀ ਛੁਡਾਈਏ, ਉਹਨੂੰ ਵੀ ਆਪਣੇ ਨਾਲ ਰਲਾਈਏ। ਆਪਣੀ ਗੱਲ ਮੁਕਾ ਕੇ ਗੁਰਮੀਤ ਨੇ ਹਰੀਸ਼ ਵੱਲ ਦੋਸਤੀ ਦਾ ਹੱਥ ਵਧਾਇਆ। ਹਰੀਸ਼ ਇੱਕ ਬੁੱਧੀਜੀਵੀ ਸੀ, ਰਾਜਨੀਤੀ ਨੂੰ ਸਮਝਦਾ ਸੀ। ਗੁਰਮੀਤ ਦੀਆਂ ਗੱਲਾਂ ਨੇ ਉਹਦੀ ਸਮਝ ਨੂੰ ਹੋਰ ਨਿਖਾਰ ਦਿੱਤਾ। ਹਰੀਸ਼ ਨੇ ਦੋਵਾਂ ਹੱਥਾਂ ਨਾਲ ਗੁਰਮੀਤ ਦਾ ਹੱਥ ਫੜਿਆ ਅਤੇ ਘੁੱਟ ਕੇ ਹਿੱਕ ਨਾਲ ਲਾ ਲਿਆ। ਸਰੀਰਕ ਪੱਖੋਂ ਤੰਦਰੁਸਤ ਹੋਣ ਲਈ ਹਾਕਮ ਨੂੰ 1 ਮਹੀਨਾ ਲੱਗਾ। ਉਹਨੂੰ ਮਾਨਸਿਕ ਤੌਰ 'ਤੇ ਰਿਸ਼ਟ ਪੁਸ਼ਟ ਕਰਨ ਲਈ ਸੰਮਤੀ ਨੂੰ 2 ਮਹੀਨੇ ਸੰਘਰਸ਼ ਕਰਨਾ ਪਿਆ। ਗੁਰਮੀਤ ਅਤੇ ਪਿਆਰੇ ਲਾਲ ਉਸ ਨਾਲ ਮੌਜੂਦਾ ਨਿਆਂ ਪ੍ਰਬੰਧ ਦੀ ਸਾਰਥਕਤਾ ਬਾਰੇ ਗੱਲਾਂ ਕਰਦੇ। ਉਹ ਕਿਸ ਧਿਰ ਦੇ ਹੱਕ 'ਚ ਭੁਗਤ ਰਿਹਾ ਸਿੱਟੇ ਕੱਢਦੇ। ਰਾਤ ਨੂੰ ਬਾਬਾ ਗੁਰਦਿੱਤ ਸਿੰਘ ਉਹਨੂੰ ਆਪਣੇ ਕੋਲ ਪਾਉਂਦਾ, ਸੰਘਰਸ਼ ਦੀਆਂ ਗਥਾਵਾਂ ਸੁਣਾਉਂਦਾ। ਜਮਾਤੀ ਸੰਘਰਸ਼ ਬਿਨਾਂ ਢਾਂਚੇ ਬਦਲੇ ਨਹੀਂ ਜਾ ਸਕਦੇ, ਉਹਨੂੰ ਇਹ ਸਮਝਾਉਂਦਾ। ਲੋਕ ਪੱਖੀ ਸੰਘਰਸ਼ ਕਿਸ ਤਰ੍ਹਾਂ ਵਿੱਢਣੇ ਅਤੇ ਕਿਸ ਤਰ੍ਹਾਂ ਨਜਿੱਠਣੇ ਨੇ, ਇਸ ਬਾਰੇ ਉਸ ਨਾਲ ਰਾਮੂ ਅਤੇ ਅਸ਼ੋਕ ਗੱਲਾਂ ਕਰਦੇ। ਤਨਹਾਈ ਕੋਠੜੀ 'ਚ ਬੰਦ ਹਾਕਮ ਨੂੰ ਲੱਗਦਾ ਸੀ ਅਭਿਮਨਿਓ ਵਾਂਗ ਉਹ ਇਕੱਲਾ ਹੀ ਚੱਕਰਵਿਊਹ 'ਚ ਫਸ ਗਿਆ। ਬਿਨਾਂ ਚੱਕਰਵਿਊਹ ਤੋੜਿਆਂ ਹੀ ਸ਼ਹੀਦ ਹੋਣਾ ਪੈਣਾ। ਹੁਣ ਉਹਨੂੰ ਮਹਿਸੂਸ ਹੋਣ ਲੱਗਾ ਸੀ ਜੂਝਣ ਵਾਲਾ ਉਹ ਇਕੱਲਾ ਨਹੀਂ ਹੈ। ਉਹਦੀ ਰਹਿਨੁਮਾਈ ਲਈ ਬਾਹਰ ਬੁੱਧੀਮਾਨ
कृष्ण होएगा, महारथी अर्जन ते भीम होंगे। उन्हां दी कमान हेठ निष्काम कारज लई लड़ रही विशाल पांडव सेना इस वार अभिमन्यु ना हारेगा ना शहीद होएगा, जेतू हो गए बाहर निकलेगा। हाकम दा मन जल्दी जेल मुड़न लई काला पैण लगदा। जल्दी तो जल्दी एक दो कैदियां दी थां समुची साधनहीन जमात लई संघर्ष विढ़ना चाहुंदा सी। किसे वार्डर जां डिप्टी दी थां समुची व्यवस्था नाल टकराउणा चाहुंदा सी। बार बार उस संती वाले नूं जोर पा रहा सी, मेरी छुट्टी कटवाओ, मैनूं जेल जाण दी इजाजत दिओ, फिर मेरे जोर देखना। अगे जेल च कैदी मुजरम बन के निकलदे सन, हुण घुलाटिए बन के निकलणगे। हाकम नूं इक होर काल सी उहदी सजा जल्दी तों जल्दी खत्म होवे, फिर उह संती वल्लों वड्डे संघर्ष च खुल के हिस्सा लए। संती उहदी उत्साह ते खुश सी, पर उहनूं जेल जाण दी इजाजत नहीं सी दे रही। मानसिक चिकित्सक हाले उहदी जेल जाण दे हक च नहीं सी। हाई कोर्ट ने 8 साल पुरानियां अपीलां सुननियां शुरू कर दियां। पाले मीते दी अपील दी वारी किसी भी दिन आ सकदी सी। तूं अपील च हिस्सा लैणा, हाई कोर्ट नूं अपनी काबिलियत दिखाउणी है। इस बहाने संती उहनूं जेल जाण तों रोक रही सी। हरीश राय ते उहदी संस्था ने ते संती नाल आ रलण नाल संती दा बाहूबल कई गुणा वध गया। संती जाणदी सी सरकारां ने बणदे टुटदे रहिणा, सारे मुख मंत्री इक्को थैली दे चट्टे वट्टे हन। लोक भलाई दी टेक किसी उपर नहीं रखी जा सकती। हरीश राय के सुझाव से समती ने अपने हथी अपना आपी कार्य सवारना शुरू किया। पिंडां च पिंड पद्धर ते शहरां च वार्ड पद्धर ते समझौता कमेटियां बनाईयां गईयां। मसले के उठन की कुसर मुसर सुनदियां ही इकाइयां दोवां धिरां नाल संपर्क करदियां, उन्हां नूं थाने कचहरी के नतीजियां तों जाणू करवा के घर बैठ के समस्या नजिठण लई प्रेरदियां। ब्लॉक पद्धर ते एक उड्डन दस्ता बनाया गया। यह दस्ता वारदात वाली थां ते पुलिस नालों पहलां पहुंचदा, पुलिस दे बराबर खलो के पुलिस नूं सच झूठ दा नितारा करन लई मजबूर करदा। पुलिस जे मनमानी करन दा यतन करदी तां दस्ता अपने तौर ते तफ्तीश आरंभ दिंदा। इकट्ठे कीते सबूतां नूं पत्रकारां सामने रखदा, पत्रकार अखबारां राहीं गल लोकां अगे रखदा। उड्डन दस्ता दुध दा दुध पानी दा पानी नितारदा, ना मुदई धिर नाल धक्का होण दिंदा ना मुलजिम धिर नाल। पुलिस मुलजम धिर की मदद ना कर सके, इसलिए दस्ता परचा दर्ज होने तक मुदई धिर के नाल नाल रहिंदा। उड्डन दस्तिया की दखल अंदाजी कारण पुलिस की मनमानी घटती जा रही थी। पुलिस तो पहला लोग दस्तिया नाल संपर्क करन लग पे। जिला पद्धर उपर चौकसी कमेटियां बनाई गई। इन्हां कमेटियां के कारकुन जिला प्रशासन के दफ्तर के नाल नाल जिला कचहरियां कचहरी ते जेल के चक्कर भी कटते, पेशी भुगतन आए लोगों नूं इकट्ठियां करके समझौतियां लई प्रेरदे। वकीलों की सहायता नाल लोक अदालत का गठन किया गया। यह अदालत लोगों नूं गवाहां ते सबूतां दे झंझटां तों बचा के आमो सामने बिठाउंदी, दोवां धिरां नूं मंजिल ते पहुंचा के उठदी। चौकसी कमेटी सैशन जज ते जिला मजिस्ट्रेट नाल वी तालमेल रखदी, अफसरां नूं हर महीने जेल का दौरा करन लई मजबूर करदी। निरीखण भी रवायती नहीं सी रहन दित्ता जांदा, नुमाइंदे अफसरां दे नाल जांदे, लंगर दी पकरी रोटी तों लैके गोदाम च पाईआं दालां तक का मुआयना कराते, कैदी भलाई बोर्ड के मैंबर बदलवाए, ठेकेदार कमिस्टरां दे मंत्रियां दी पत्नियां दी थां मनोचिकित्सक वकील दे समाज सेवक नामजद कराए, नवे मैंबरां दी दिलचस्पी चहेते कैदियां नूं रायतां दवाउण, जेल च अपना माल वेचण, गिद्दे भंगड़े देखण दी थां कैदियां दीआं समस्यावां समझण ते सुलझाउण च हुंदी। चौकसी कमेटी दे मैंबर अपने तौर ते कैदियां नाल संपर्क करदे, उहनां दे दुख सुणदे, उहनां नूं दूर करन दा यतन करदे। सूबा पद्धर ते तालमेल कमेटी बनाई गई। मीडिया ते भरातरी संस्थावां दे सहयोग नाल एक कमेटी अपनी गल राष्ट्रीय पद्धर तक पहुंचाउण लगी। कानून माहिरां दी सहायता नाल कमेटी पहलां लोक पक्षी कानून दे खरड़े कढ़दी, फिर उहनां नूं किताबचियां ते अखबारां राहीं लोकां तक पहुंचाउंदी, रैलियां ते गोष्ठियां राहीं लोकां नूं कानून दे उद्देश समझाउंदी। संती दीआं सरगर्मियां नाल अफसरां दे नाल नाल नेतावां नूं घबराहट होण लगी। उहनां दी हालत उस सप्प वर्गी हो गई जिदे मूंह च कोड़ किरली आ गई सी। अपने हमायतियां नूं खुश करन लई जे कोई अधिकारी किसी कानून की अनदेखी करदा तां लोक गल पै जांदे, जे सरकार लोकां दी घुरकी तों डरदी तां हमायती मूंह मोटा कर लैंदे। लोकां विच आधार बनाई रखण ते आउण वालियां चोणां की तैयारी लई हमायतियां अते पैसा दोहां दी जरूरत सी। संती ने दोहां की कमी कर रखी सी। बागियां नूं किस तरह नत्थ पाई जाए, लख यतन के बावजूद सरकार नूं इस समस्या का हल नहीं सी लभ रिहा। हाल की घड़ी सरकार दड़ वटन च भला समझती सी। अंग 64 संती वालों तो बिना पाले मीते दे केस च किसी नूं कोई दिलचस्पी नहीं सी। उन्हां नूं इस मुकदमे च फसाउण वाले मुख्यमंत्री नूं सियासत तों सन्यास लेना पै गया सी। अजकल किसी बाहरले मुल्क च राजदूत बन के दिन कट्टी कर रहा सी।
ਨਵਾਂ ਮੁੱਖ ਮੰਤਰੀ ਪੁਰਾਣਾ ਹੋਣ ਵਾਲਾ ਸੀ। ਬੰਟੀ ਦੇ ਦਾਦਾ ਜੀ ਸਵਰਗ ਸਧਾਰ ਚੁੱਕੇ ਸਨ। ਉਹਨਾਂ ਵੱਲੋਂ ਖੜੀਆਂ ਕੀਤੀਆਂ ਸੰਸਥਾਵਾਂ 'ਚ ਫੁੱਟ ਪੈ ਚੁੱਕੇ ਸੀ। ਖੇਰੂ ਖੇਰੂ ਹੋਣ ਬਾਅਦ ਉਹਨਾਂ ਦਾ ਭੋਗ ਪੈ ਚੁੱਕਾ ਸੀ। ਬੰਟੀ ਦੀ ਮਾਂ ਨੂੰ ਇਹ ਵੀ ਪਤਾ ਨਹੀਂ ਹੋਣਾ ਕਿ ਦੋਸ਼ੀ ਜੇਲ੍ਹ 'ਚ ਹਨ ਜਾਂ ਬਾਹਰ। ਜਾਪਦਾ ਸੀ ਹਾਈ ਕੋਰਟ ਨੂੰ ਵੀ ਇਸ ਕੇਸ 'ਚ ਕੋਈ ਦਿਲਚਸਪੀ ਨਹੀਂ ਸੀ। ਪਿਛਲੇ 10 ਸਾਲਾਂ 'ਚ ਸੰਮਤੀ ਨੇ ਕਈ ਵਾਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੈਂਕੜੇ ਸਬੂਤ ਪੇਸ਼ ਕਰਕੇ ਦੋਵਾਂ ਨੂੰ ਬੇਕਸੂਰ ਸਿੱਧ ਕੀਤਾ ਸੀ। ਨਾਲ ਮੰਗ ਕੀਤੀ ਸੀ ਅਪੀਲ ਦੀ ਸੁਣਵਾਈ ਜਲਦੀ ਕੀਤੀ ਜਾਏ, ਪੂਰੀ ਸਜ਼ਾ ਭੁਗਤਣ ਬਾਅਦ ਬਰੀ ਹੋਣ ਦਾ ਕੀ ਅਰਥ ਰਹਿ ਜਾਏਗਾ। ਹਰ ਵਾਰ ਹਾਈ ਕੋਰਟ ਇੱਕੋ ਮਜਬੂਰੀ ਜ਼ਾਹਿਰ ਕਰਦੀ, ਸਾਡੇ ਕੋਲ ਲੱਖਾਂ ਕੇਸ ਸੁਣਵਾਈ ਲਈ ਪਏ ਹਨ, ਹਜ਼ਾਰਾਂ ਅਪੀਲਾਂ ਇਸ ਤੋਂ ਵੀ ਪੁਰਾਣੀਆਂ ਹਨ, ਅਦਾਲਤ ਲਈ ਸਭ ਮੁਲਜ਼ਮ ਬਰਾਬਰ ਹਨ। ਅਪੀਲ ਦੀ ਸੁਣਵਾਈ ਵਾਰੀ ਆਉਣ 'ਤੇ ਹੋਏਗੀ। ਸੰਮਤੀ ਦੂਜੀ ਬੇਨਤੀ ਕਰਦੇ, ਫੈਸਲੇ ਤੱਕ ਜ਼ਮਾਨਤ ਉੱਪਰ ਰਿਹਾ ਕਰ ਦਿਓ। ਹਾਈ ਕੋਰਟ ਫਿਰ ਹੱਥ ਖੜ੍ਹੇ ਕਰ ਦਿੰਦੀ, ਇਹ ਮੁਕੱਦਮਾ ਅੱਤਵਾਦੀ ਗਤੀਵਿਧੀਆਂ ਨਾਲ ਸੰਬੰਧਿਤ ਹੈ, ਅੱਤਵਾਦੀਆਂ ਨੂੰ ਜ਼ਮਾਨਤ ਨਹੀਂ ਮਿਲ ਸਕਦੀ। ਬਦਲੇ ਹਾਲਾਤਾਂ 'ਚ ਸੰਮਤੀ ਫਿਰ ਪਹਿਲੀ ਮੰਗ ਦੁਹਰਾਉਣ ਲੱਗੀ। ਅੱਤਵਾਦ ਨੂੰ ਠੱਲ ਪੈ ਚੁੱਕਾ, ਅਸਲ ਅੱਤਵਾਦੀ 20-20 ਮੁਕੱਦਮਿਆਂ 'ਚ ਬਰੀ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, ਇਹਨਾਂ 'ਤੇ ਰਹਿਮ ਕਰੋ। ਹਾਈ ਕੋਰਟ ਫਿਰ ਝੋਟੇ ਅੰਗ ਸਿਰ ਮਾਰ ਦਿੰਦੀ। ਜਦੋਂ ਅਪੀਲ ਦੀ ਵਾਰੀ ਆਈ ਫਿਰ ਉਹ ਕੁਹਾੜਾ ਰਹਿਣ ਲੱਗਾ। ਪਹਿਲੇ ਦਿਨ ਸੁਪਰੀਮ ਕੋਰਟ 'ਤੇ ਇੱਕ ਜੱਜ ਦੀ ਮੌਤ ਹੋ ਗਈ, ਹਾਈ ਕੋਰਟ ਵਿੱਚ ਛੁੱਟੀ ਹੋ ਗਈ। ਦੂਸਰੀ ਵਾਰ ਇੱਕ ਜੱਜ ਨੇ ਵਿਆਹ 'ਤੇ ਜਾਣਾ ਪੈ ਗਿਆ, ਸੁਣਵਾਈ ਫਿਰ ਟਲ ਗਈ। ਵਕੀਲਾਂ ਨੇ ਭੱਜ ਨੱਠ ਕਰਕੇ ਕੇਸ ਤੀਜੀ ਵਾਰ ਸੁਣਵਾਈ 'ਤੇ ਲਵਾਇਆ। ਇਸ ਵਾਰ ਸੁਣਵਾਈ ਵਾਲੇ ਜੱਜ ਇੱਕ ਹੋਰ ਅਹਿਮ ਮਾਮਲੇ 'ਚ ਉਲਝ ਗਏ। ਜੰਗਲੀ ਜੀਵਾਂ ਦੇ ਹੱਕਾਂ ਦੀ ਰੱਖਿਆ ਲਈ ਇੱਕ ਨਵੀਂ ਸੰਸਥਾ ਬਣੀ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਹਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਇਸ ਸੰਸਥਾ ਨੂੰ ਸਰਕਸਾਂ 'ਚ ਛਾਂਟੇ ਖਾਂਦੇ ਸ਼ੇਰਾਂ, ਪਿੰਜਰਿਆਂ 'ਚ ਬੰਦ ਤੋਤਿਆਂ ਅਤੇ ਮਦਾਰੀਆਂ ਦੇ ਇਸ਼ਾਰਿਆਂ 'ਤੇ ਨੱਚਦੇ ਰਿੱਛਾਂ ਨਾਲ ਹਮਦਰਦੀ ਸੀ। ਸੰਸਥਾ ਦੀ ਮੰਗ ਸੀ ਇਹਨਾਂ ਜਾਨਵਰਾਂ ਨੂੰ ਗੁਲਾਮੀ ਤੋਂ ਮੁਕਤੀ ਦਵਾਈ ਜਾਏ। ਮੀਡੀਆ ਇਸ ਮਾਮਲੇ 'ਚ ਖੂਬ ਦਿਲਚਸਪੀ ਲੈ ਰਿਹਾ ਸੀ। ਰਿੱਟ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਹਾਈ ਕੋਰਟ 'ਚ ਹੋਣ ਵਾਲੀ ਹਰ ਛੋਟੀ ਵੱਡੀ ਕਾਰਵਾਈ ਅਖਬਾਰਾਂ 'ਚ ਪਹਿਲੇ ਪੰਨੇ 'ਤੇ ਛਾਪ ਰਿਹਾ ਸੀ। ਜਾਨਵਰਾਂ ਲਈ ਮਸੀਹਾ ਬਣੇ ਜੱਜ ਅਤੇ ਸੰਸਥਾ ਦੇ ਕਾਰਕੁਨ ਜੰਗਲਾਤ ਮਹਿਕਮੇ ਦੇ ਅਫਸਰਾਂ ਦੇ ਨਾਲ ਨਾਲ ਜਾਜਾ ਪਿੰਜਰਿਆਂ ਵਿੱਚੋਂ ਤੋਤੇ ਮਦਾਰੀਆਂ ਕੋਲੋਂ ਬਾਂਦਰ ਅਤੇ ਸਪੇਰਿਆਂ ਕੋਲੋਂ ਸੱਪ ਆਜ਼ਾਦ ਕਰਵਾ ਰਹੇ ਸਨ। ਇਸ ਸ਼ੁਭ ਕਾਰਜ ਸਮੇਂ ਲਈਆਂ ਗਈਆਂ ਤਸਵੀਰਾਂ ਵੀ ਅਖਬਾਰਾਂ 'ਚ ਮੁੱਖ ਥਾਂ ਪ੍ਰਾਪਤ ਕਰ ਰਹੀਆਂ ਸਨ। ਸੰਮਤੀ ਵਾਲਿਆਂ ਨੇ ਸਿੱਟਾ ਕੱਢਿਆ, ਜੱਜਾਂ ਨੂੰ ਕੇਵਲ ਉਹਨਾਂ ਕੇਸਾਂ 'ਚ ਦਿਲਚਸਪੀ ਹੈ ਜਿਨ੍ਹਾਂ ਦੀ ਚਰਚਾ ਮੀਡੀਏ 'ਚ ਹੁੰਦੀ ਹੈ ਅਤੇ ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਨੂੰ ਲੋਕ ਹਿਤੈਸ਼ੀ ਅਤੇ ਅਗਾਂਹ ਵਧੂ ਆਖਿਆ ਜਾਂਦਾ ਹੈ। ਸੰਮਤੀ ਦਾ ਜੰਗਲੀ ਜੀਵਾਂ ਨਾਲ ਕੋਈ ਵਿਰੋਧ ਨਹੀਂ ਸੀ, ਪਰ ਉਹਨੂੰ ਬੰਦਿਆਂ ਨਾਲੋਂ ਜਾਨਵਰਾਂ ਨੂੰ ਤਰਜੀਹ ਦੇਣ 'ਤੇ ਇਤਰਾਜ਼ ਸੀ। ਜੱਜਾਂ ਨੂੰ ਸਬਕ ਸਿਖਾਉਣ ਲਈ ਸੰਮਤੀ ਨੇ ਇਸ ਸਮੱਸਿਆ ਦੇ ਦੂਜੇ ਪੱਖ ਨੂੰ ਉਘਾੜਨਾ ਸ਼ੁਰੂ ਕੀਤਾ। ਸੰਮਤੀ ਨੇ ਬੇਰੁਜ਼ਗਾਰ ਹੋਏ ਮਦਾਰੀਆਂ, ਸਪੇਰਿਆਂ ਅਤੇ ਤੋਤਿਆਂ ਵਾਲਿਆਂ ਨਾਲ ਮੁਲਾਕਾਤਾਂ ਕੀਤੀਆਂ। ਇਹ ਜਾਨਵਰ ਇਹਨਾਂ ਦੇ ਰੁਜ਼ਗਾਰ ਦਾ ਸਾਧਨ ਤਾਂ ਸਨ ਹੀ, ਨਾਲ ਘਰ ਦੇ ਮੈਂਬਰਾਂ ਵਾਂਗ ਵੀ ਸਨ। ਇੱਕ ਪਾਸੇ ਉਹਨਾਂ ਦੇ ਬੱਚੇ ਆਪਣੇ ਬਚਪਨ ਦੇ ਸਾਥੀਆਂ ਦੇ ਖੁੱਸ ਜਾਣ ਤੋਂ ਦੁਖੀ ਸਨ, ਦੂਜੇ ਪਾਸੇ ਇਹਨਾਂ ਹੀ ਕਾਰਨਾਂ ਕਾਰਨ ਜਾਨਵਰ ਚਿੜੀਆ ਘਰਾਂ 'ਚ ਭੁੱਖ ਹੜਤਾਲ ਕਰੀ ਬੈਠੇ ਸਨ। ਸੰਮਤੀ ਵਾਲਿਆਂ ਨੇ ਇਹਨਾਂ ਉਦਾਸ ਚਿਹਰਿਆਂ ਦੀਆਂ ਫੋਟੋਆਂ ਖਿੱਚੀਆਂ, ਹਰ ਰੋਜ਼ ਬਿੱਚੜਖਾਨਿਆਂ 'ਚ ਮਾਰੇ ਜਾਂਦੇ ਮੁਰਗਿਆਂ ਅਤੇ ਬੱਕਰਿਆਂ ਦੇ ਅੰਕੜੇ ਇਕੱਠੇ ਕੀਤੇ। ਫਿਰ ਹਾਈ ਕੋਰਟ ਅੱਗੇ ਕਈ ਪ੍ਰਸ਼ਨ ਰੱਖੇ। ਮੁਰਗਿਆਂ ਅਤੇ ਤੋਤਿਆਂ ਬੱਕਰਿਆਂ ਦੇ ਰਿੱਛਾਂ 'ਚ ਕੀ ਫਰਕ ਹੈ? ਮੁਰਗਿਆਂ ਅਤੇ ਬੱਕਰਿਆਂ ਦੀ ਕਤਲੇਆਮ 'ਤੇ ਪਾਬੰਦੀ ਕਿਉਂ ਨਹੀਂ ਲੱਗਦੀ? ਜਾਨਵਰ ਖੁੱਸਣ, ਰੁਜ਼ਗਾਰ ਦੇ ਸਾਧਨ ਦੇ ਖੋਏ ਜਾਣ ਬਾਅਦ ਬੇਰੁਜ਼ਗਾਰ ਹੋਏ ਪਰਿਵਾਰ ਦੇ ਬਦਲਵੇਂ ਰੁਜ਼ਗਾਰ ਦਾ ਪ੍ਰਬੰਧ ਕੌਣ ਕਰੇਗਾ? ਸੰਮਤੀ ਦੀ ਇਸ ਨੁਕਤਾਚੀਨੀ ਨਾਲ ਜੱਜਾਂ ਦੇ ਕੰਨ ਖੜ੍ਹੇ ਹੋ ਗਏ। ਅਖਬਾਰਾਂ ਦੀਆਂ ਸੁਰਖੀਆਂ 'ਚ ਰਹਿਣ ਦਾ ਲਾਲਚ ਤਿਆਗ ਕੇ ਉਹ ਆਮ ਮੁਕੱਦਮੇ ਵੱਲ ਧਿਆਨ ਦੇਣ ਲੱਗੇ। ਅੰਗ 65 ਪਾਲੇ ਨੀਤੇ ਹੋਰਾਂ ਦੀ ਅਪੀਲ ਸੁਣਨ ਲਈ ਇੱਕ ਦਿਨ ਰਾਖਵਾਂ ਰੱਖਿਆ ਗਿਆ। ਪਹਿਲੀਆਂ 3 ਪੇਸ਼ੀਆਂ 'ਤੇ ਸੰਮਤੀ ਦੇ ਬਹੁਤ ਸਾਰੇ ਕਾਰਕੁਨ ਕਾਰਵਾਈ ਦੇਖਣ ਆਏ। ਸੁਣਵਾਈ ਦੇ ਬਾਰ ਬਾਰ ਟਲਣ ਕਾਰਨ ਉਹਨਾਂ ਦਾ ਉਤਸ਼ਾਹ ਮੱਠਾ ਪੈ ਚੁੱਕਾ ਸੀ। ਇਸ ਵਾਰ ਉਹਨਾਂ ਨੇ ਘਰ ਬੈਠ ਕੇ ਉਡੀਕਣ ਲਈ ਆਖਿਆ ਗਿਆ ਸੀ। ਵਕੀਲਾਂ ਨਾਲ ਇਸ ਵਾਰ ਇਕੱਲਾ ਬਾਬਾ ਆਇਆ ਸੀ। ਗੁਰਮੀਤ, ਪਿਆਰੀ ਲਾਲ ਅਤੇ ਹਰੀਸ਼ ਦੇ ਨਾਲ ਨਾਲ ਹਾਕਮ ਨੇ ਵੀ ਕਾਲਾ ਕੋਟ ਪਾਇਆ ਸੀ। ਸੰਮਤੀ ਦੇ ਵਕੀਲਾਂ ਨੂੰ ਕਾਰਵਾਈ ਦੇ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਸੀ। ਅਪੀਲ ਦੀ ਸੁਣਵਾਈ ਦੇ 2 ਜੱਜਾਂ ਦੀ ਪੀਠ ਕਰ ਰਹੀ ਸੀ। ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਜੱਜ ਮਿਸਲ ਘੋਖਣ ਲੱਗੇ। ਮਿਸਲ ਪੜ੍ਹ ਦੋਹਾਂ ਜੱਜਾਂ ਦੇ ਦਿਲ ਧੜਕਣ ਲੱਗੇ। ਸੰਮਤੀ ਵਾਲੇ ਠੀਕ ਦਵਾਈ ਪਾ ਰਹੇ ਸਨ। ਮਿਸਲ ਦੇ ਦੋਸ਼ੀਆਂ ਨੂੰ ਕਾਤਲ ਸਿੱਧ ਕਰਨ ਵਾਲਾ ਇੱਕੋ ਸਬੂਤ ਨਹੀਂ ਸੀ। ਜੇਲ੍ਹ ਅਧਿਕਾਰੀਆਂ ਦੀ ਸਿਫਾਰਿਸ਼ ਵੀ ਮਿਸਲ ਨਾਲ ਨੱਥੀ ਸੀ। ਕੈਦ ਦੇ ਦੌਰਾਨ ਉਹਨਾਂ ਦਾ ਚਾਲ ਚੱਲਣ ਅਤਿ ਉੱਤਮ ਰਿਹਾ ਸੀ। ਆਪਣੇ ਵਧੀਆ ਵਿਹਾਰ ਕਾਰਨ ਉਹਨਾਂ ਨੇ ਢੇਰ ਸਾਰੀਆਂ ਮਾਫੀਆਂ ਕਮਾਈਆਂ ਸਨ। ਮਿਸਲ ਦੇ ਨਾਲ ਦੋਸ਼ੀਆਂ ਨੂੰ ਹੋਈ ਅਤੇ ਕੱਟੀ ਜਾ ਚੁੱਕੀ ਸਜ਼ਾ ਦਾ ਚਿੱਠਾ ਵੀ ਲੱਗਾ ਸੀ। ਉਹਨਾਂ ਨੂੰ ਉਮਰ ਕੈਦ ਹੋਈ ਸੀ। ਉਮਰ ਕੈਦ ਦਾ ਮਤਲਬ 14 ਸਾਲ ਦੀ ਕੈਦ। ਮਿਲੀਆਂ ਮਾਫੀਆਂ ਨੂੰ 14 ਸਾਲਾਂ ਵਿੱਚੋਂ ਘਟਾਇਆ ਜਾਣਾ ਸੀ। ਹਿਸਾਬ ਕਿਤਾਬ ਤੋਂ ਪਤਾ ਲੱਗਾ ਉਹਨਾਂ ਦੀ ਰਿਹਾਈ ਵਿੱਚ 4 ਮਹੀਨੇ ਬਾਕੀ ਸਨ। ਜੱਜ ਸਮਝ ਗਏ ਸੰਮਤੀ ਦੀ ਲੜਾਈ ਚਿੰਨਾਤਮਕ ਹੈ। ਉਹ ਦੋਸ਼ੀਆਂ ਨੂੰ ਬਰੀ ਕਰਵਾ ਕੇ
ਉਹਨਾਂ ਦੇ ਮੱਥੇ ਤੇ ਲੱਗੇ ਕਲੰਕ ਨੂੰ ਧੋਣਾ ਚਾਹੁੰਦੀ ਹੈ। ਦੋ ਬੇਕਸੂਰ ਬੰਦਿਆਂ ਤੋਂ ਕਤਲ ਤੇ ਜੁਰਮ ਜਿੰਨੀ ਸਜ਼ਾ ਕਟਵਾ ਕੇ ਉਹਨਾਂ ਨੂੰ ਬੇਕਸੂਰ ਘੋਸ਼ਿਤ ਕਰਨ ਨਾਲ ਕਾਨੂੰਨ ਦੇ ਮੂੰਹ ਤੇ ਜੋ ਕਾਲਖ ਮਲੀ ਜਾਏਗੀ, ਜੱਜ ਉਸ ਬਾਰੇ ਸੋਚਣ ਲੱਗੇ। ਇੱਕ ਵਾਰ ਜੱਜ ਦਾ ਮਨ ਬਣਿਆ, ਫੈਸਲਾ ਪ੍ਰਭਾਵਸ਼ਾਲੀ ਤੇ ਵਿਸਥਾਰ ਨਾਲ ਲਿਖਿਆ ਜਾਏ। ਫੈਸਲਿਆਂ ਦੇ ਸਾਲਾਂ ਬੱਧੀ ਲਟਕਦੇ ਰਹਿਣ ਨਾਲ ਕਾਨੂੰਨ ਤੇ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਸਰਕਾਰ ਦੀ ਅਣਗਹਿਲੀ ਦੀ ਭਰਪੂਰ ਨਿੰਦਿਆ ਕੀਤੀ ਜਾਏ, ਸਰਕਾਰ ਨੂੰ ਹਦਾਇਤ ਕੀਤੀ ਜਾਏ, ਅਦਾਲਤਾਂ ਦੀ ਗਿਣਤੀ ਤੁਰੰਤ ਵਧਾਈ ਜਾਏ, ਹੇਠਲੀਆਂ ਅਦਾਲਤਾਂ ਨੂੰ ਹੁਕਮ ਦਿੱਤਾ ਜਾਏ ਮੁਕੱਦਮੇ ਦੀ ਸੁਣਵਾਈ 6 ਮਹੀਨੇ ਅੰਦਰ ਮੁਕੰਮਲ ਹੋਣੀ ਯਕੀਨੀ ਬਣਾਈ ਜਾਏ। ਕਾਨੂੰਨ ਇਨਸਾਫ ਮੁਖੀ ਦੀ ਥਾਂ ਨਿਯਮ ਮੁਖੀ ਹੈ, ਇਹਨੂੰ ਵੀ ਸੋਧਣ ਦੀ ਸਿਫਾਰਿਸ਼ ਕੀਤੀ ਜਾਏ। ਹੋਏ ਨੁਕਸਾਨ ਲਈ ਪਾਲੇ ਤੇ ਮਿੱਤੇ ਨੂੰ ਭਰਪੂਰ ਮੁਆਵਜ਼ਾ ਦਵਾਇਆ ਜਾਏ। ਫਿਰ ਜੱਜਾਂ ਨੂੰ ਕਾਨੂੰਨ ਦੀ ਇੱਕ ਹੋਰ ਕਮਜ਼ੋਰੀ ਦਾ ਖਿਆਲ ਆਇਆ। ਹਾਈ ਕੋਰਟ ਦਾ ਹਰ ਫੈਸਲਾ ਹੇਠਲੀਆਂ ਅਦਾਲਤਾਂ ਲਈ ਰਾਹ ਦਸੇਰਾ ਹੁੰਦਾ ਹੈ। ਹੇਠਲੀਆਂ ਅਦਾਲਤਾਂ ਕਿਧਰੇ ਇਸ ਫੈਸਲੇ ਦੀ ਗਲਤ ਵਰਤੋਂ ਨਾ ਕਰਨ ਲੱਗ ਜਾਣ, ਦੋਸ਼ੀਆਂ ਨੂੰ ਧੜਾ ਧੜ ਬਰੀ ਕਰਨਾ ਅਤੇ ਸਰਕਾਰ ਨੂੰ ਹਰ ਕੇਸ 'ਚ ਹਰਜਾਨਾ ਪਾਉਣਾ ਸ਼ੁਰੂ ਨਾ ਕਰ ਦੇ। ਆਪਣੇ ਦਾਇਰੇ 'ਚ ਰਹਿ ਕੇ ਫੈਸਲਾ ਕੀਤਾ ਜਾਏ, ਇਹ ਸੋਚ ਕੇ ਉਹਨਾਂ ਨੇ ਆਮ ਵਾਂਗ ਫੈਸਲਾ ਸੁਣਾਉਣਾ ਸ਼ੁਰੂ ਕੀਤਾ। ਪਹਿਲਾਂ ਜੱਜਾਂ ਨੇ ਕੰਮ ਦੀ ਬਹੁਤਾਤ ਕਾਰਨ, ਸੁਣਵਾਈ ਦੇ ਸਾਲਾਂ ਬੱਧੀ ਲਟਕਣ ਅਤੇ ਇਸ ਕਾਰਨ ਦੋਸ਼ੀਆਂ ਨੂੰ ਹੋਏ ਨੁਕਸਾਨ 'ਤੇ ਦੁੱਖ ਪ੍ਰਗਟਾਇਆ। ਫਿਰ ਇਹ ਜਤਾਉਣ ਲਈ ਕਿ ਉਹ ਬਿਲਕੁਲ ਬੇਕਸੂਰ ਹਨ, ਬਿਨਾਂ ਬਹਿਸ ਸੁਣਿਆ ਉਹਨਾਂ ਨੂੰ ਬਰੀ ਕਰਨ ਦਾ ਹੁਕਮ ਫਰਮਾਇਆ। ਫੈਸਲਾ ਹੱਕ 'ਚ ਹੋਣ 'ਤੇ ਵਕੀਲਾਂ ਵੱਲੋਂ ਧੰਨਵਾਦ ਵਜੋਂ ਜੱਜ ਅੱਗੇ ਸਿਰ ਝੁਕਾਉਣ ਦਾ ਸਦੀਆਂ ਪੁਰਾਣਾ ਰਿਵਾਜ ਹੈ। ਬਿਨਾਂ ਇਸ ਰਸਮ ਦੀ ਪਾਲਣਾ ਕੀਤੇ ਸੰਮਤੀ ਦੇ ਵਕੀਲ ਅਦਾਲਤ ਤੋਂ ਬਾਹਰ ਆ ਗਏ। ਅਖੀਰਲਾ ਅੰਗ 66। ਪਾਲੇ ਮੀਤੇ ਦੇ ਰਿਹਾਅ ਹੋ ਕੇ ਸ਼ਾਮ ਤੱਕ ਸ਼ਹਿਰ ਪੁੱਜਣ ਦੀ ਖ਼ਬਰ ਸੰਮਤੀ ਸਮਰਥਕਾਂ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿੱਤ ਦਾ ਜਸ਼ਨ ਮਨਾਉਣ ਲਈ ਉਹ ਬਾਬਾ ਗੁਰਦਿੱਤ ਸਿੰਘ ਦੇ ਘਰ ਵੱਲ ਵਹੀਰਾਂ ਕੱਤਣ ਲੱਗੇ। ਵੱਡੀ ਗਿਣਤੀ 'ਚ ਪੁੱਜ ਰਹੇ ਲੋਕਾਂ ਦਾ ਛੋਟੇ ਘਰ 'ਚ ਸਵਾਗਤ ਕਰਨਾ ਸੰਭਵ ਨਹੀਂ ਸੀ। ਬਾਕੀ ਕਾਰਕੁਨਾਂ ਸਮੇਤ ਬਾਬਾ ਦੁਸਹਿਰਾ ਗਰਾਊਂਡ 'ਚ ਜਾ ਬੈਠਾ। ਬੁਢਾਪੇ ਕਾਰਨ ਬਾਬੇ ਦੇ ਸਰੀਰ 'ਚ ਪਹਿਲਾਂ ਵਾਲੀ ਚੁਸਤੀ ਫੁਰਤੀ ਨਹੀਂ ਸੀ ਰਹੀ। ਆਪਣੀ ਆਰਾਮ ਕੁਰਸੀ ਉਹਨੇ ਗਰਾਊਂਡ ਦੇ ਇੱਕ ਪਾਸੇ ਢਹਾ ਲਈ। ਉੱਥੇ ਬੈਠਾ ਬਾਬਾ ਨਾਲੇ ਵਧਾਈਆਂ ਲੈਂਦਾ ਰਿਹਾ, ਨਾਲੇ ਦੁਪਹਿਰ ਨੂੰ ਸ਼ੁਰੂ ਹੋਣ ਵਾਲੀ ਰੈਲੀ ਦੇ ਪ੍ਰਬੰਧ 'ਚ ਜੁਟੇ ਕਾਰਕੁਨਾਂ ਨੂੰ ਹਦਾਇਤਾਂ ਦਿੰਦਾ ਰਿਹਾ। ਗੁਰਮੀਤ ਉਹਨਾਂ ਨੂੰ ਲੈਣ ਮਾਇਆ ਨਗਰ ਗਿਆ ਹੋਇਆ ਸੀ। ਉਹਨਾਂ ਦੇ ਸ਼ਹਿਰ ਪੁੱਜਣ ਤੱਕ ਰੈਲੀ ਨੇ ਪੂਰੇ ਜੋਬਨ 'ਤੇ ਪੁੱਜ ਜਾਣਾ ਸੀ। ਰੈਲੀ ਬਾਅਦ ਉਹਨਾਂ ਨੂੰ ਨਾਲ ਲੈ ਕੇ ਸ਼ਹਿਰ 'ਚ ਜਲੂਸ ਕੱਢਿਆ ਜਾਣਾ ਸੀ। ਨੁੱਕੜ ਭਾਸ਼ਣਾਂ ਰਾਹੀਂ ਦਿੱਤੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਕੀਤਾ ਜਾਣਾ ਸੀ, ਨਾਲੇ ਸੰਮਤੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਜਾਣਾ ਸੀ। ਪਾਲਾਮਿਤਾ ਮੋਹਨ ਜੀ ਦੇ ਪੁਰਾਣੇ ਸਾਇਲ ਸਨ। ਬੰਟੀ ਕਤਲ ਕੇਸ 'ਚ ਫਸਣ ਤੋਂ ਪਹਿਲਾਂ ਉਹ ਉਹਨਾਂ ਦੇ ਮੁਕੱਦਮੇ ਲੜਿਆ ਕਰਦਾ ਸੀ। ਇਹ ਮੁਕੱਦਮਾ ਲੜਨ ਲਈ ਸੰਘਰਸ਼ ਸੰਮਤੀ ਵੱਲੋਂ ਜਦੋਂ ਵਕੀਲਾਂ ਦੀ ਟੀਮ ਤਿਆਰ ਕੀਤੀ ਗਈ ਸੀ, ਮੋਹਨ ਜੀ ਉਹਦਾ ਮੈਂਬਰ ਬਣਿਆ ਸੀ। ਸੰਮਤੀ ਦੇ ਹੋਰ ਕਾਮਿਆਂ ਵਾਂਗ ਉਹਨੇ ਦੋਸ਼ੀਆਂ ਨੂੰ ਬਰੀ ਕਰਾਉਣ ਲਈ ਜੀ ਜਾਨ ਨਾਲ ਕੰਮ ਕੀਤਾ ਸੀ। ਗੁਰਮੀਤ ਤੇ ਪਿਆਰੇ ਲਾਲ ਵਾਂਗ ਉਹ ਸੰਮਤੀ ਦਾ ਸਰਗਰਮ ਮੈਂਬਰ ਨਹੀਂ ਸੀ ਬਣਿਆ, ਪਰ ਕਦੇ ਕਦੇ ਸੰਮਤੀ ਦੇ ਆਖੇ ਉਹ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇ ਦਿਆ ਕਰਦਾ ਸੀ। ਇਸ ਲਈ ਉਹ ਆਪਣੇ ਆਪ ਨੂੰ ਸੰਮਤੀ ਨਾਲ ਜੁੜਿਆ ਹੀ ਸਮਝਦਾ ਸੀ। ਆਪਣੇ ਪੁਰਾਣੇ ਸਾਇਲਾਂ ਦੇ ਬਰੀ ਹੋਣ 'ਤੇ ਉਹਨੂੰ ਖੁਸ਼ੀ ਹੋਈ ਸੀ। ਖੁਸ਼ੀ ਸਾਂਝੀ ਕਰਨ 'ਤੇ ਲੀਗਲ ਸੈੱਲ ਦੇ ਸਾਥੀ ਮੈਂਬਰਾਂ ਨੂੰ ਵਧਾਈ ਦੇਣ ਉਹ ਦੁਸਹਿਰਾ ਗਰਾਊਂਡ ਆਇਆ ਸੀ। ਸੰਮਤੀ ਦੇ ਸਾਰੇ ਨੇਤਾ ਡਾਢੇ ਖੁਸ਼ ਸਨ। ਰੈਲੀ ਦੀ ਸਫਲਤਾ ਲਈ ਉਹ ਸਿਰ ਤੋੜ ਯਤਨ ਕਰ ਰਹੇ ਸਨ। ਮੋਹਨ ਜੀ ਭੰਬਲ ਭੂਸੇ 'ਚ ਪੈ ਗਿਆ। ਬਿਨਾਂ ਮਤਲਬ 10 ਸਾਲ ਕੈਦ ਕੱਟਣ ਬਾਅਦ ਬਰੀ ਹੋਣ ਵਿੱਚ ਇਹਨਾਂ ਖੁਸ਼ ਹੋਣ ਵਾਲੀ ਕਿਹੜੀ ਗੱਲ ਸੀ? ਜੇ ਹਾਈ ਕੋਰਟ ਫੈਸਲਾ ਉਹਨਾਂ ਦੇ ਹੱਕ 'ਚ ਨਾ ਕਰਦੀ ਤਾਂ ਵੀ ਉਹਨਾਂ ਨੇ 2-3 ਮਹੀਨਿਆਂ ਬਾਅਦ ਛੁੱਟ ਜਾਣਾ ਸੀ। ਲੰਬੀ ਕੈਦ ਕੱਟਣ ਦੇ ਜੋ ਨੁਕਸਾਨ ਹੁੰਦੇ ਹਨ ਉਹ ਹੋ ਚੁੱਕੇ ਸੀ। ਉਸ ਨੁਕਸਾਨ ਦੀ ਪੂਰਤੀ ਲਈ ਹਾਈ ਕੋਰਟ ਨੇ ਕੋਈ ਮੁਆਵਜ਼ਾ ਨਹੀਂ ਸੀ ਦਿੱਤਾ। ਪਾਲੇ ਦਾ ਘਰ ਤਬਾਹ ਹੋ ਚੁੱਕਾ ਸੀ। ਸੰਮਤੀ 2 ਸਾਲ ਹੀ ਬੰਤੇ ਨੂੰ ਉਹਦੇ ਘਰੋਂ ਭੱਜਣ ਤੋਂ ਰੋਕ ਸਕੀ। ਜਦੋਂ ਅਪੀਲ ਲਟਕ ਗਈ ਤੇ ਸਭ ਨੂੰ ਯਕੀਨ ਹੋ ਗਿਆ ਕਿ ਪਾਲੇ ਦੀ ਰਿਹਾਈ ਜਲਦੀ ਸੰਭਵ ਨਹੀਂ ਹੈ ਤਾਂ ਬੰਤੋ ਨੂੰ ਇਕੱਲੀ ਨੂੰ ਕਾਲੀਆਂ ਬੋਲੀਆਂ ਰਾਤਾਂ ਕੱਟਣੀਆਂ ਔਖੀਆਂ ਹੋ ਗਈਆਂ। ਬਹੁਤੀ ਦੇਰ ਉਹ ਪੇਕੀ ਰਹਿਣ ਲੱਗੀ। ਬੰਤੋ ਦੇ ਕਹਿਣ 'ਤੇ ਬੰਤੋ ਦੇ ਪੇਕੇ ਪਾਲੇ ਦੇ ਘਰਦਿਆਂ 'ਤੇ ਜ਼ੋਰ ਪਾਉਣ ਲੱਗੇ। ਕੁੜੀ ਜਵਾਨ ਹੈ, ਨਵਾਂ ਘਰ ਵਸਾਉਣ ਦੇ ਯੋਗ ਹੈ, ਪਾਲੇ ਨੂੰ ਉਡੀਕਦੇ ਆਪਣੀ ਜਵਾਨੀ ਨਹੀਂ ਗਲ ਸਕਦੀ, ਮਾਮਲਾ ਨਿਬੇੜ ਲਓ। ਪਾਲੇ ਦੇ ਘਰ ਦੇ ਢਿੱਲ ਮਿਸ ਕਰਦੇ ਰਹੇ। ਫਿਰ ਬੰਤੇ ਦੇ ਮਾਪਿਆਂ ਨੇ ਸਾਫ਼ ਕਹਿਣਾ ਸ਼ੁਰੂ ਕਰਤਾ, ਕੁੜੀ ਦੇ ਚਾਲੇ ਠੀਕ ਨਹੀਂ, ਕਿਧਰੇ ਦੋਵਾਂ ਘਰਾਂ ਦਾ ਮੂੰਹ ਕਾਲਾ ਨਾ ਕਰਦੇ। ਇਹ ਸੁਣ ਕੇ ਪਾਲੇ ਦੇ ਘਰਦਿਆਂ ਨੂੰ ਹਥਿਆਰ ਸੁੱਟਣੇ ਪਏ। ਕੁੜੀ ਪਾਲੇ ਦੀ ਮਾਂ ਦੀ ਝੋਲੀ ਪਾ ਕੇ ਉਹ ਕਿਸੇ ਹੋਰ ਦੇ ਜਾ ਬੈਠੀ। ਇਹ ਪਾਲੇ ਦੇ ਘਰ ਦੇ ਉਜਾੜੇ ਦੀ ਸ਼ੁਰੂਆਤ ਸੀ। ਸਾਰਾ ਦਿਨ ਰੋਂਦੇ ਰਹਿਣ ਕਾਰਨ ਪਾਲੇ ਦੀ ਮਾਂ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ। ਇਕੱਲੇ ਰਹਿ ਗਏ ਪਾਲੇ ਦੇ ਬਾਪ ਨੂੰ ਰੋਟੀ ਟੁੱਕ ਚਲਾਉਣ ਲਈ ਦਿਨ ਰਾਤ ਇੱਕ ਕਰਨੀ ਪਈ। 24 ਘੰਟੇ ਮਿੱਟੀ ਘੱਟੇ 'ਚ ਰਹਿਣ ਕਾਰਨ ਉਹਨੂੰ ਦਮਾ ਹੋ ਗਿਆ। ਪਾਲੇ ਦੀ ਕੁੜੀ ਨੂੰ ਬੁਖਾਰ ਚੜਿਆ। ਸਾਂਭ ਸੰਭਾਲ ਦੀ ਕਮੀ ਕਾਰਨ ਉਹਨੂੰ ਲਕਵਾ ਹੋ ਗਿਆ। ਹੁਣ ਉਹ ਹੱਥਾਂ ਦੇ ਸਹਾਰੇ ਰਿੜਦੀ ਹੈ, ਜੇ ਜੀਵਨ ਆੜਤੀ ਹੈ।
अपनी जबान ते पूरा ना उतरदा इह परिवार कदों दा मंदर गुरद्वारे अगे जा बैठा हुंदा। संपत्ति की प्रेरणा ते पाले ने जेल च सिलाई कढ़ाई का काम सीख लिया सी। 4 साल चंगी मेहनत करके चंगा कारीगर बन गया सी। पर मानसिक तनाव, सख्त शरीरक मेहनत ते पौष्टिक खुराक की घाट कारण उहदी नज़र कमजोर हो गई। हुण ऐनक ला के भी उहतों सूई च धागा नहीं सी पैंदा। हथ कंबण लग पए सन। अजकल ना उहतों वधिया सिलाई हुंदी ना कढ़ाई। मीता पहले दिनों मन दा चंचल है। हड़भनवी मेहनत नाल उहनूं जुर्म करके कमाउणा चंगा लगदा रहा। उम्र कैद की सज़ा सुनने बाद हताश हो गया। सिंघां दी बैरक च रह के उन्होंने प्रभाव हेठ आ गया। उन्हें दाढ़ी केस वधा ले सन। संती नूं उहनूं सिंघां वल्लों उचाट करन लई सख्त मेहनत करनी पई सी। अपने पैरां सिर खड़े होण लई मीते ने तरखाणा काम सिख्या सी। तख्ते जोड़ियां बना के बहुत कमाई नहीं सी होनी। उन्हें फर्नीचर बनाउणा सिख्या सी। कई साल उहदे काम दा चंगा मुल पैंदा रहा सी। 2 साल तो टीबी दी बीमारी ने उस उत्ते हमले करने शुरू करते सन। लक्कड़ दे बूर तों उहनूं एलर्जी हो गई सी। थोड़ा जिहा सख्त काम करन नाल बुखार चढ़ जांदा सी। हड्ड पैर दुखण लगदे सन। एक बार चढ़िया बुखार महीना महीना नहीं सी उतरदा। हथला काम विचे छुट जांदा सी। बाहर आ के उहनूं कोई होर जुगाड़ करना पएगा। दोवां दीआं शकलां सूरतां विच वी जमीन आसमान दा फर्क पै चुका सी। हुण उह 30-35 साल दे फुर्तीले नौजवान नहीं सन। 60-65 दे बुढ बढेर लगदे सी। ਉਹਨਾਂ ਦੇ ਅੱਧਿਆਂ ਨਾਲੋਂ ਵੱਧ ਦੰਦ ਨਿਕਲ ਚੁੱਕੇ ਸਨ। ਦਾੜ੍ਹੀ ਮੁੱਛਾਂ ਚਿੱਟੀਆਂ ਹੋ ਗਈਆਂ ਸਨ। ਅੱਖਾਂ ਅੰਦਰ ਧਸ ਗਈਆਂ ਸਨ ਅਤੇ ਜਾਬਾਂ ਬਾਹਰ ਨਿਕਲ ਆਈਆਂ ਸਨ। ਮੋਹਨ ਜੀ ਨੂੰ ਲੱਗਦਾ ਸੀ ਜਦੋਂ ਲੋਕ ਉਹਨਾਂ ਦੀਆਂ ਸ਼ਕਲਾਂ ਦੇਖਣਗੇ ਉਹਨਾਂ ਦੀ ਖੁਸ਼ੀ ਗਮੀ 'ਚ ਬਦਲ ਜਾਏਗੀ। ਮੋਹਨ ਜੀ ਦੇ ਜ਼ਹਿਨ 'ਚ ਪਾਲੇ ਮੀਤੇ ਦਾ ਭੂਤ ਅਤੇ ਭਵਿੱਖ ਘੁੰਮ ਰਿਹਾ ਸੀ। ਅੱਖਾਂ ਅੱਗੇ ਕੰਮਾਂ 'ਚ ਰੁੱਝਾ ਹਾਕਮ ਅਤੇ ਉਹਦਾ ਵਰਤਮਾਨ ਸੀ। ਹਾਕਮ ਨੌਜਵਾਨ ਸੀ, ਵਕਾਲਤਪਾਤ ਸੀ, ਪਰ ਉਹਦੀ ਚਾਲ 'ਚੋਂ ਫੁਰਤੀ ਨਹੀਂ ਸੀ ਜੋ ਸਵਰਗੀ ਨੌਜਵਾਨ 'ਚ ਹੋਣੀ ਚਾਹੀਦੀ ਸੀ। ਉਲਟਾ ਉਹਦੇ ਚਿਹਰੇ ਉੱਪਰ ਉਦਾਸੀ ਦੀ ਇੱਕ ਗਹਿਰੀ ਪਰਤ ਸੀ। ਇਸ ਉਦਾਸੀ ਦਾ ਕਾਰਨ ਮੋਹਨ ਜੀ ਤੋਂ ਗੁਜ਼ਰ ਨਹੀਂ ਸੀ। ਹਾਕਮ ਦੀ ਛੁੱਟੀ ਖਤਮ ਹੋਣ ਵਾਲੀ ਸੀ। ਉਹਨੂੰ ਨਰਕੋਂ ਸੁਨੇਹਾ ਆਉਣ ਵਾਲਾ ਸੀ। ਮੁੜ ਸ਼ੁਰੂ ਹੋਣ ਵਾਲੀ ਗੁਲਾਮੀ ਤੋਂ ਡਰਦਾ ਝੂਰ ਰਿਹਾ ਸੀ। ਉਹਦੀ ਉਦਾਸੀ ਦਾ ਇੱਕ ਕਾਰਨ ਹੋਰ ਵੀ ਹੋ ਸਕਦਾ। ਉਹਦੀ ਅਪੀਲ ਸੁਪਰੀਮ ਕੋਰਟ ਤੱਕ ਰੱਦ ਹੋ ਚੁੱਕੀ ਸੀ। ਉਮਰ ਕੈਦ ਦੀ ਸਜ਼ਾ ਭੁਗਤਣੀ ਪੈਣੀ ਸੀ। ਜੇਲ੍ਹ ਅਧਿਕਾਰੀਆਂ ਨੇ ਉਹਨੂੰ ਗੁਸਤਾਖ ਅਤੇ ਝਗੜਾਲੂ ਗਰਦਾਨ ਕੀ। ਪਹਿਲਾਂ ਕਮਾਈਆਂ ਮਾਫੀਆਂ ਰੱਦ ਕਰ ਦਿੱਤੀਆਂ ਸਨ, ਨਾਲੇ ਇਹਨਾਂ ਜੁਰਮਾਂ ਬਦਲੇ ਵਾਧੂ ਸਜ਼ਾਵਾਂ ਵੀ ਦੇ ਦਿੱਤੀਆਂ ਸਨ। ਬੇਕਸੂਰ ਹੁੰਦਿਆਂ ਹੋਇਆ ਵੀ ਘੱਟੋ ਘੱਟ 4 ਸਾਲ ਹੋਰ ਉਹਨੂੰ ਜੇਲ੍ਹ 'ਚ ਰਹਿਣਾ ਪੈ ਸਕਦਾ ਸੀ। ਮੋਹਨ ਜੀ ਤੋਂ ਮਨ ਦੀ ਗੱਲ ਮਨ 'ਚ ਨਾ ਰੱਖੀ ਗਈ। ਜਿਉਂ ਹੀ ਬਾਬੇ ਦੇ ਖੱਬੇ ਪਾਸੇ ਪਈ ਕੁਰਸੀ ਖਾਲੀ ਹੋਈ, ਉਹ ਝੱਟ ਉਸ ਉੱਪਰ ਜਾ ਬੈਠਾ। ਫਿਰ ਪੁੱਛਣ ਲੱਗਾ, ਬਾਬਾ ਜੀ ਕਿ ਅਸੀਂ ਸੱਚਮੁੱਚ ਮੁਕੱਦਮਾ ਜਿੱਤ ਗਏ? ਕਿ ਸੱਚਮੁੱਚ ਪਾਲਾ ਅਤੇ ਮੀਤਾ ਬਾਇੱਜ਼ਤ ਬਰੀ ਹੋਏ ਹਨ? ਬਥੇਰੇ ਪਾਲੇ ਮੀਤੇ ਜੇਲ੍ਹਾਂ 'ਚ ਬੰਦ ਹਨ, ਦੂਰ ਜਾਣ ਦੀ ਜ਼ਰੂਰਤ ਨਹੀਂ। ਆਹ ਹਾਕਮਾਂ ਲਈ ਵੇਖ ਲਓ, ਅਜਿਹੇ ਹਾਲਾਤਾਂ ਵਿੱਚ ਕੀ ਜਸ਼ਨ ਮਨਾਉਣਾ ਜਾਇਜ਼ ਹੈ? ਬਾਬੇ ਨੂੰ ਪਤਾ ਸੀ ਇਹੋ ਜਿਹੇ ਪ੍ਰਸ਼ਨ ਮੋਹਨ ਜੀ ਦੇ ਨਾਲ ਨਾਲ ਹਜ਼ਾਰਾਂ ਲੋਕਾਂ ਦੇ ਮਨਾਂ 'ਚ ਉੱਠ ਰਹੇ ਹੋਣਗੇ। ਸ਼ੰਕੇ ਦੂਰ ਕਰਨ ਲਈ ਅੱਜ ਦੀ ਰੈਲੀ ਰੱਖੀ ਗਈ ਸੀ। ਇਹ ਸੰਘਰਸ਼ ਵਿੱਢ ਕੇ ਅਸਾਂ ਬਹੁਤ ਕੁਝ ਜਿੱਤਿਆ। ਪਾਲੇ ਮੀਤੇ ਦੇ ਮੱਥੇ ਤੋਂ ਇੱਕ ਬੱਚੇ ਦੇ ਕਾਤਲ ਹੋਣ ਦਾ ਕਲੰਕ ਲਾਇਆ। ਜੇਲ੍ਹੋਂ ਬਾਹਰ ਆ ਕੇ ਉਹਨਾਂ ਨੂੰ ਜ਼ਿਲਤ ਭਰੀ ਜ਼ਿੰਦਗੀ ਜਿਉਣ ਦੀ ਲੋੜ ਨਹੀਂ। ਕੀ ਇਹ ਪ੍ਰਾਪਤੀ ਘੱਟ ਹੈ? ਜੇ ਅਸੀਂ ਸੰਘਰਸ਼ ਨਾ ਕਰਦੇ, ਬੰਟੀ ਦੇ ਅਸਲ ਕਾਤਲਾਂ ਦੇ ਚਿਹਰੇ 'ਤੇ ਨਕਾਬ ਨਾ ਲੈਂਦਾ, ਇੱਕ ਦਿਨ ਅਸੀਂ ਹਰਮਨਵੀਰ ਨੂੰ ਗ੍ਰਿਫਤਾਰ ਕਰਵਾ ਕੇ ਛੱਡਾਂਗੇ। ਜੇ ਅਸੀਂ ਸੰਘਰਸ਼ ਨਾ ਕਰ ਰਹੇ ਹੁੰਦੇ, ਹਾਕਮ ਵਰਗਾ ਹੋਣਹਾਰ ਨੌਜਵਾਨ ਕਦੇ ਦਾ ਤਨਹਾਈ ਚੱਕੀ 'ਚ ਦਮ ਤੋੜ ਚੁੱਕਾ ਹੁੰਦਾ। ਇਹ ਵੀ ਸਾਡੀ ਇੱਕ ਪ੍ਰਾਪਤੀ ਹੈ। ਪੁੱਤਰਾ, ਇੱਕ ਗੱਲ ਹੋਰ ਸਮਝ ਲੈ, ਸੰਘਰਸ਼ ਨਿੱਜੀ ਫਾਇਦਿਆਂ ਲਈ ਨਹੀਂ ਉਦੇਸ਼ਾਂ ਦੀ ਪ੍ਰਾਪਤੀ ਲਈ ਵਿੱਢੇ ਜਾਂਦੇ ਹਨ। ਇਸ ਸੰਘਰਸ਼ ਦਾ ਆਰੰਭ ਇੱਕ ਵਿਅਕਤੀ ਦੇ ਮਨ 'ਚ ਸੁਲਗੀ ਚਿੰਗਾੜੀ ਤੋਂ ਬੱਝਿਆ। ਦੇਖ ਹੁਣ ਇਹਨੇ ਕਿੱਡੇ ਭਾਂਬੜ ਦਾ ਰੂਪ ਧਾਰ ਲਿਆ। ਬੀਸੀਆਂ ਜਥੇਬੰਦੀਆਂ ਅਤੇ ਲੱਖਾਂ ਲੋਕ ਇਸ ਕਾਫਲੇ 'ਚ ਸ਼ਾਮਲ ਹੋ ਗਏ ਹਨ। ਹੁਣ ਤੱਕ ਅਸੀਂ ਸੈਂਕੜੇ ਲੋਕਾਂ ਨੂੰ ਪੁਲਿਸ ਵਧੀਕੀਆਂ ਅਤੇ ਬੀਸੀਆਂ ਨੂੰ ਜੇਲ੍ਹਾਂ ਜਾਣੋਂ ਬਚਾ ਚੁੱਕੇ ਹਾਂ। ਲੋਕ ਸਾਡੇ 'ਤੇ ਟੇਕ ਰੱਖਣ ਲੱਗ ਗਏ ਹਨ। ਦਿਨੋ ਦਿਨ ਅਸੀਂ ਤਕੜੇ ਹੁੰਦੇ ਜਾ ਰਹੇ ਹਾਂ। ਅਸੀਂ ਆਪਣੀ ਮੰਜ਼ਿਲ ਦੇ ਬਹੁਤ ਨੇੜੇ ਹਾਂ। ਦੱਸ ਕੀ ਇਹ ਖੁਸ਼ੀਆਂ ਭਰਿਆ ਦਿਨ ਨਹੀਂ ਹੈ? ਕੀ ਸਾਡਾ ਜਸ਼ਨ ਮਨਾਉਣਾ ਗਲਤ ਹੈ? ਮੋਹਨ ਜੀ ਦੇ ਸ਼ੰਕੇ ਦੂਰ ਹੋਣ ਲੱਗੇ, ਉਹਦਾ ਮਨ ਖੇੜਨ ਲੱਗਾ। ਬਾਬੇ ਅਤੇ ਮੋਹਨ ਜੀ ਨੂੰ ਗੱਲੀ ਲੱਗੇ ਦੇਖ ਕੇ ਹਾਕਮ ਵੀ ਉਹਨਾਂ ਕੋਲ ਆ ਬੈਠਾ। ਬਾਬਾ ਜੀ, ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਾ ਹਾਂ। ਪਾਲੇ ਮੀਤੇ ਦੀ ਅਪੀਲ ਦਾ ਫੈਸਲਾ ਵੀ ਹੋ ਚੁੱਕਾ ਹੈ। ਹੁਣ ਮੇਰਾ ਮਨ ਜੇਲ੍ਹ ਜਾਣ 'ਤੇ ਆਪਣਾ ਅਧੂਰਾ ਕੰਮ ਪੂਰਾ ਕਰਨ ਨੂੰ ਕਰਦਾ ਹੈ। ਜੇਲ੍ਹ ਤਾਂ ਜਾਣਾ ਹੀ ਹੈ, ਪਰ ਇੰਨੀ ਕਾਹਲ ਵੀ ਕੀ ਹੈ ਪੁੱਤਰ? ਬਾਹਰਲੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਤੁਸੀਂ ਬਹੁਤ ਲੋਕ ਹੋ, ਅੰਦਰਲਿਆਂ ਦੀਆਂ ਆਹਾਂ ਸੁਣਨ ਵਾਲਾ ਕੋਈ ਨਹੀਂ। ਇਹਨਾਂ ਦਿਨਾਂ 'ਚ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ। ਹੁਣ ਮੈਂ ਆਪਣਾ ਕੰਮ ਨਵੇਂ ਸਿਰਿਓਂ ਵਿਗਿਆਨਕ ਢੰਗ ਨਾਲ ਵਿੱਢਾਂਗਾ। ਦੇਖਣਾ ਕਿੰਨੇ ਵਧੀਆ ਸਿੱਟੇ ਨਿਕਲਣਗੇ। ਮੈਨੂੰ ਇਸ ਸ਼ੁਭ ਮੌਕੇ ਭਰੇ ਮੇਲੇ 'ਚੋਂ ਵਿਦਾ ਕਰੋ। ਕਿਉਂ ਨਾ ਆਖ ਪੁੱਤਰਾ, ਤੇਰੀ ਸਾਨੂੰ ਬਾਹਰ ਵੀ ਬਹੁਤ ਜ਼ਰੂਰਤ ਹੈ। ਉਂਝ ਤੇਰਾ ਫੈਸਲਾ ਬਿਲਕੁਲ ਠੀਕ ਹੈ। ਭੈੜੇ ਦਿਨਾਂ ਦੀ ਗਿਣਤੀ ਅੱਜ ਤੋਂ ਹੀ ਘਟਣੀ ਸ਼ੁਰੂ ਹੋਣੀ ਚਾਹੀਦੀ ਹੈ। ਜਲਦੀ ਜਾਏਂਗਾ ਤਾਂ ਹੀ ਜਲਦੀ ਵਾਪਸ ਆਏਗਾ। ਸਾਨੂੰ ਸਦਾ ਤੇਰਾ ਇੰਤਜ਼ਾਰ ਰਹੇਗਾ।
खड़ा होके बाबे ने पहला हाकम की पिट थापड़ी, फिर घुट के हिक ना लाया। हाकम का उत्साह देख के मोहन जी ने उस प्रति बनी अपनी सोच से पछतावा होया। अपनी गलती सोध के मन ही मन उन्हें हाकम अगे सिर चुकाया। हाकम के फैसले को ध्यान च रखदिया पहला उलीके प्रोग्राम च सोधा कीतियां गईयां। हुण जदों जलसा पूरे जोगन ते होएगा उस समय हाकम दे जेल जाण दे फैसले दा ऐलान कीता जाएगा। फिर हाकम भाषण देगा। फिर बाबे दी अगवाई च समती दे 94 कारकुनां दा एक जथा जलूस दी शक्ल इख्तियार करेगा। ये जथा पूरे माण नाल सन्मान नाल हाकम नूं जेल छड के आएगा। ਉਹ ਜਥਾ ਜੇਲ ਦੇ ਮੁੱਖ ਦਰਵਾਜ਼ੇ ਤੇ ਪਾਲੇ ਮੀਤੇ ਦਾ ਸਵਾਗਤ ਕਰੇਗਾ। ਪੂਰੀ ਸ਼ਾਨੋ ਸ਼ੌਕਤ ਨਾਲ ਉਹਨਾਂ ਨੂੰ ਸ਼ਹਿਰ ਲੈ ਕੇ ਆਏਗਾ। ਫਿਰ ਦਰੋਣਾਚਾਰੀਆ ਵੱਲੋਂ ਰਚੇ ਖਤਰਨਾਕ ਚੱਕਰ ਵੀ ਉਹਨੂੰ ਤਹਿਸ ਨਹਿਸ ਕਰਨ ਲਈ ਵੀਰ ਅਭਿਮਨਿਊ ਨੂੰ ਯੁੱਧ ਖੇਤਰ 'ਚ ਭੇਜੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ। ਧੰਨਵਾਦ।